ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਰੇਡੀਓ ਸਿੰਘਨਾਦ ਦੀ ਆਵਾਜ਼ ਰੇਡੀਓ ਸਿੰਘਨਾਦ ਜੋ ਕਿ ਸੁਣਿਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਆਈਫੋਨ ਦੇ ਮਾਧਿਮ ਰਾਹੀਂ ਐਂਡਰੋਇਡ ਦੇ ਮਾਧਿਮ ਰਾਹੀਂ ਖਾਲਸਾ ਨਿਊਜ਼ ਇੰਟਰਨੈਟ ਦੇ ਮਾਧਿਮ ਰਾਹੀਂ ਜਿਵੇਂ ਖਾਲਸਾ ਨਿਊਜ਼ ਸਿੰਘਨਾਦ.com ਤੇ ਆਈਟੂਨਸ ਰਾਹੀਂ ਵੀ ਤੁਸੀਂ ਇਹਨੂੰ ਸੁਣ ਸਕਦੇ ਜੇ ਵਿੰਡੋ ਫੋਨਸ ਰਾਹੀਂ ਵੀ ਤੁਸੀਂ ਸੁਣ ਸਕਦੇ ਜੇ ਬਣੇ ਰਹੋ ਬਸ ਅੱਜ ਆਪਣਾ ਜੋ ਅਹਿਮ ਵਿਸ਼ਾ ਸਪੈਸ਼ਲ ਪ੍ਰੋਗਰਾਮ ਜੋ ਯੂਕੇ ਦੀ ਧਰਤੀ ਤੇ ਸਿੰਘ ਸਭਾ ਸਾਊਥ ਹਾਲ ਗੁਰਦੁਆਰਾ ਵੱਲੋਂ ਇੱਕ ਇੱਕ ਪ੍ਰਚਾਰਕ ਨਾਲ ਹੁੱਲੜਬਾਜੀ ਜਿਹੜੀ ਕਰਵਾਈ ਗਈ ਉਹਦੀ ਦਸਤਾਰ ਦੀ ਬੇਅਦਬੀ ਕਰਵਾਈ ਗਈ ਉਹਦੀ ਕੀ ਉਹ ਦਸਤਾਰ ਅਸੀਂ ਸਾਰੇ ਮੰਨਦੇ ਹਾਂ ਵੀ ਗੁਰੂ ਦੀ ਹੈ ਜੋ ਉਹਦੀ ਬੇਅਦਬੀ ਹੋਈ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਹੈ ਤੇ ਸਟੂਡੀਓ ਦੇ ਵਿੱਚ ਮੇਰੇ ਨਾਲ ਸਰਦਾਰ ਜਗਰੂਪ ਸਿੰਘ ਜੀ ਨੇ ਤੇ ਅੱਜ ਜੋ ਵਿਸ਼ੇ ਤੇ ਜਿਸ ਵਿਸ਼ੇ ਤੇ ਆਪਾਂ ਗੱਲਬਾਤ ਕਰਨੀ ਉਹ ਤੁਸੀਂ ਕਾਲਸਾ نیوز ਰਾਈਂ ਦੇਖ ਲਿਆ ਹੋਏਗਾ ਕਿ ਕਿਵੇਂ ਪਿਛਲੇ ਦਿਨੀ ਭਾਈ ਮਰੀਖ ਸਿੰਘ ਚੰਡੀਗੜ੍ਹ ਵਾਲੇ ਜਿਹੜੇ ਕਥਾਵਾਚਕ ਨੇ ਉਹ ਜਦੋਂ ਯੂਕੇ ਦੀ ਧਰਤੀ ਤੇ ਆਏ ਬੜੇ ਸੋਹਣੇ ਉਹਨਾਂ ਦਾ ਪ੍ਰੋਗਰਾਮ ਸਲਾਉ ਦੇ ਵਿੱਚ ਹੋਇਆ ਕੋਈ ਰੌਲਾ ਨਹੀਂ ਪਿਆ ਉੱਥੇ ਉਸ ਤੋਂ ਬਾਅਦ ਜਦੋਂ ਪ੍ਰੋਗਰਾਮ ਇਹਨਾਂ ਦਾ ਸੌਥ ਹਾਲੋਂ ਰੱਖਿਆ ਗਿਆ ਤੇ ਉੱਥੇ ਉਹਨਾਂ ਦੀ ਦਸਤਾਰ ਉਤਾਰੀ ਗਈ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਗਈ ਤੇ ਕਮੇਟੀ ਵਾਲਿਆਂ ਦੇ ਸਾਹਮਣੇ ਅੱਜ ਆਪਾਂ ਇਸੇ ਵਿਸ਼ੇ ਤੇ ਗੱਲਬਾਤ ਕਰਨੀ ਹੈ ਵੀ ਅਸਲ ਚ ਕਾਰਨ ਕੀ ਹੈ ਕਿਉਂ ਨਹੀਂ ਕਮੇਟੀ ਵਾਲੇ ਜਿਹਦੇ ਵਿੱਚ ਗਰਮੇਲ ਸਿੰਘ ਮੱਲੀ ਜੋ ਮੋਦੀ ਦੇ ਬੜੇ ਖਾਸੇ ਭਗਤ ਨੇ ਤੇ ਸਰਪੰਚ ਜੋ ਤੁਮੇ ਦਾ ਕਿਹੇ ਵੇਲੇ ਆਮ ਆਦਮੀ ਪਾਰਟੀ ਦਾ ਉਹ ਸਰਪੰਚ ਦਾ ਹਾਲ ਮਿਕਸ ਵੈਜੀਟੇਬਲ ਵਾਲਾ ਜਿਵੇਂ ਆਲੂ ਨਹੀਂ ਆਲੂ ਉਹਨਾਂ ਦੀ ਉਹ ਹਰ ਸਬਜ਼ੀ ਚ ਪੈ ਜਾਂਦੇ ਨੇ ਉਹ ਹਾਲਾਤ ਸਰਪੰਚ ਦੇ ਨੇ ਮੈਂ ਨਹੀਂ ਕਹਿੰਦਾ ਇਹ ਕੋਲੋਂ ਆਪ ਕਹਿੰਦਾ ਹੋ ਜਿਹੜੀ ਇਹਦੀ ਆਡੀਓ ਲੀਕ ਹੋਈ ਸੀ ਨਾ ਉਹਦੇ ਵਿੱਚ ਆਪ ਬੋਲਿਆ ਏ ਪਿਆਮ ਆਦਮੀ ਵਾਲੀ ਪਾਰਟੀ ਵਾਲੇ ਆਏ ਤੁਸੀਂ ਉਧਰੋਂ ਵੀ ਕਹੀ ਵੜੇ ਗੱਲ ਕਰ ਦਈਦੀ ਐ ਫੋਟੋਆਂ ਵੀ ਇਹਦੀਆਂ ਮਿਲ ਜਾਂਦੀਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਬੈਠਾ ਏ ਕਦੀ ਕਾਂਗਰਸ ਆਏ ਉਧਰ ਵੀ ਬੈਠਾ ਏ ਤੇ ਮੋਦੀ ਦੇ ਤੇ ਭਗਤੀ ਨੇ ਕਿਉਂਕਿ ਇਹਨਾਂ ਦਾ ਬੌਸ ਜੋ ਮੱਲੀ ਐ ਗੁਰਮੇਲ ਮੱਲੀ ਐ ਹਾਂਜੀ ਜੀ ਉਹ ਭਗਤ ਨੇ ਤੇ ਫਿਰ ਸਰਪੰਚ ਹਣੀ ਕਿਹੜੀ ਬਾਗ ਦੀ ਮੂਲੀ ਐ ਸੋ ਇਹ ਮਿਕਸ ਵੈਜੀਟੇਬਲ ਜੇ ਕਿਸਮ ਦੇ ਲੋਕ ਨੇ ਸਰਪੰਚ ਵੀ ਉਥੇ ਤੇ ਬਾਅਦ ਵਿੱਚ ਜਦੋਂ ਇੱਕ ਫਤਵਾ ਅਮਰੀਕ ਸਿੰਘ ਗਿੱਲ ਜੋ ਫੈਡਰੇਸ਼ਨ ਦਾ ਆਪਣੇ ਆਪ ਨੂੰ ਆਖਦਾ ਹੈ ਮੁਖੀ ਹੈ ਜਾਂ ਕੀ ਹੈ ਉਹਦੇ ਕੋਲ ਜਿਹੜਾ ਇਹਨਾਂ ਨੇ ਪੱਤਰਾ ਪੜਾਇਆ ਫਤਵੇ ਦੇ ਰੂਪ ਦੇ ਵਿੱਚ ਉਹ ਵੀ ਅਹੀਂ ਲਾ ਕੇ ਸੁਣਾਉਣਾ ਨਾਲ ਨਾਲ ਉਹਦੇ ਤੇ ਆਪਾਂ ਵਿਚਾਰ ਕਰਨੀ ਇਹਦੇ ਨਾਲੇ ਅਮਰੀਕ ਸਿੰਘ ਗਿੱਲ ਨੂੰ ਸਵਾਲ ਵੀ ਪੁੱਛਣੇ ਆ ਕੁਝ ਤੇ ਨਾਲ ਹੀ ਅਸੀਂ ਜਿਹਦਾ ਜੀਦਾ ਵੀ ਨਾਂ ਲੈਨੇ ਆ ਉਹਨੂੰ ਅਸੀਂ ਬੇਨਤੀ ਕਰਦੇ ਆ ਭਿਓ ਆਓ ਆਓ ਕਰੀਏ ਵਿਚਾਰ ਖੁੱਲਾ ਸੱਦਾ ਤੁਹਾਨੂੰ ਆਓ ਕਰੀਏ ਵਿਚਾਰ ਬਾਕੀ ਸਰਪੰਚਤ ਦੇ ਨਾਲ ਤੇ ਪੁਰਾਣਾ ਸਾਡਾ ਮੋਹ ਵੜਾ ਵਾ ਉਹਨਾਂ ਨੂੰ ਤੁਸੀਂ ਆਪ ਵੀ ਫੋਨ ਕਰਨਾ ਵਾ ਤੇ ਜੇ ਕਿਹੋ ਜਿਹਾ ਹੋਰ ਦਾ ਨੰਬਰ ਜੀ ਦਾ ਵੀ ਨਾਮ ਲਈਏ ਤੁਹਾਡੇ ਕੋਲ ਹੋਵੇ ਤੋ ਸਾਨੂੰ ਮੈਸੇਜ ਕਰ ਦਿਓ ਆਪਾਂ ਫੋਨ ਤੇ ਟਰਾਈ ਕਰ ਲਾਂਗੇ ਲਾਈਵ ਇਹ ਵੇਖੀਏ ਰਤ ਪੀਣੇ ਜਿਹੜੇ ਆਏ ਇਹ ਕਰ ਗੱਲ ਕੀ ਕਰਦੇ ਆ ਤੇ ਜਿਹਦੇ ਤੋਂ ਵੀ ਨੰਬਰ ਇਹਨਾਂ ਦਾ ਹੋਵੇ ਅਮਰੀਕ ਸਿੰਘ ਗਿੱਲ ਦਾ ਜਾਂ ਕਿਸੇ ਦਾ ਵੀ ਹੋਵੇ ਤੋ ਸਾਨੂੰ ਮੈਸੇਜ ਕਰ ਸਕਦਾ ਹੈ ਮੈਨੂੰ ਫੇਸਬੁੱਕ ਤੇ ਮੈਸੇਜ ਭੇਜ ਦੇ ਤਾਂ ਕਿ ਅਸੀਂ ਉਹਨਾਂ ਨਾਲ ਗੱਲ ਕਰ ਸਕੀਏ ਪੁੱਛੀਓ ਨੰਨੋਬੀਏ ਗੁਰੂ ਦੇ ਲਾਲ ਜਿਨ੍ਹਾਂ ਨੂੰ ਕਈ ਨਾ ਵੀ ਲਾ ਕੇ ਖੜੇ ਤੇਰੇ ਗੁਰੂ ਦੇ ਲਾਲ ਨਾਲੇ ਤੇਰਾ ਵੀ ਪੁੱਛੀਏ ਵੀ ਤੂੰ ਕਿੰਨਾ ਖ ਲਾਲ ਐ ਗੁਰੂ ਦਾ ਜਦੋਂ ਤਰਲੋਚਨ ਸਿੰਘ ਆਉਂਦਾ ਏ ਕਹੇ ਉਹਦੇ ਨਾਲ ਫੋਟੋ ਲਵਾ ਲੈਣਾ ਪਾ ਕੇ ਪ੍ਰੈਸ ਕਰਕੇ ਮੋਢੇ ਤੇ ਪਰਨਾ ਜਾਂ ਟਾਂਕੇ ਆ ਜੰਨਾ ਹੈ ਮੋਢਿਆਂ ਤੇ ਪਰਨੇ ਟੰਗ ਲੈਂਦੇ ਨੇ ਪ੍ਰੈਸ ਕਰਕੇ ਇਦਾਂ ਲੀਡਰ ਨਹੀਂ ਬਣ ਜਾਈਦਾ ਮੋਢਿਆਂ ਤੇ ਪ੍ਰੈਸ ਕਰਕੇ ਪਰਨੇ ਰੱਖਣ ਨਾਲ ਅੱਜ ਇਹ ਤੁਹਾਡੀ ਲੀਡਰਸ਼ਿਪ ਦੀ ਗੱਲ ਕਰਨੀ ਹੈ ਵੀ ਕਿਥੇ ਖੜੇ ਜੀ ਫੋਟੋਵਾਂ ਦਾ ਲੀਡਰ ਹੈ ਹਾਂਜੀ ਫੋਟੋਵਾਂ ਦਾ ਲੀਡਰ ਹੈ ਫੋਟੋ ਵਾਲੇ ਪਹਿਲਾਂ ਫੋਟੋ ਹੁੰਦੀ ਸੀ ਟੀਵੀ ਟੂ ਵੀ ਨਹੀਂ ਸੀਗਾ ਹਾਂਜੀ ਸਰਪੰਚ ਦਾ ਵੀ ਇਹੋ ਹਾਲ ਹੈ ਸਰਪੰਚ ਜਿਵੇਂ ਮੈਂ ਕਿਹਾ ਮਿਕਸ ਵੈਜੀਟੇਬਲ ਜਿੱਥੇ ਮਰਜ਼ੀ ਪਾ ਦਿਓ ਫਿੱਟ ਹੋ ਜਾਂਦੀ ਏ ਸਰਪੰਚ ਤੇ ਇੱਕੋ ਜਿਹੜਾ ਗਾਉਣ ਵਾਲੀ ਆ ਬੀਬੀ ਮਿਸ ਪੂਜਾ ਮਤਲਬ ਬਰਾਬਰ ਹੀ ਆ ਜਿਵੇਂ ਮਿਸ ਪੂਜਾ ਜਿੰਨਾ ਮਰਜ਼ੀ ਗਾਦੇ ਜਾ ਕੇ ਇਦਾਂ ਇਦਾਂ ਹੀ ਇਹੋ ਹਾਲਾਤ ਹਾਲਾਤ ਸਰਪੰਚ ਦੇ ਆ ਵੀ ਇਹਨੂੰ ਜਿੱਥੇ ਮਰਜ਼ੀ ਖੜਾ ਕਰਦੇ ਹੋ ਖੜਾ ਹੋ ਜਾਂਦਾ ਤੇ ਫਿੱਟ ਵੀ ਹੋ ਜਾਂਦਾ ਉਹਨਾਂ ਦੇ ਵਿੱਚ ਇਹ ਇਹਨਾਂ ਦੇ ਹਾਲਾਤ ਇਹ ਉਹ ਕਿਸਮ ਦੇ ਲੋਕ ਹੁੰਦੇ ਨੇ ਜਦਾਂ ਕਿਸੇ ਦੇ ਕਾਕੇ ਬੱਚੇ ਦਾ ਕੋਈ ਵੀਜ਼ਾ ਲੱਗ ਜਾਣਾ ਗਵਾਂਢੀ ਆਉਂਦੇ ਨੇ ਲਾਗੋ ਬੱਲਾ 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 ਹੈ ਅਮਰੀਕਾ ਦਾ ਵੀਜ਼ਾ ਲੱਗ ਗਿਆ ਹੈ ਪੁੱਤ ਕਮਾਈ ਕਰੂ ਜਾ ਕੇ ਸਾਰਾ ਪਰਿਵਾਰ ਆਪਣੇ ਇਹਦਾ ਵੀ ਧਿਆਨ ਰੱਖੀਏ ਆਪਣੇ ਹੁਣ ਨਾਲ ਵਾਲਾ ਜਿਹੜਾ ਨਾ ਮਿੰਟੂ ਇਹਦਾ ਵੀ ਧਿਆਨ ਰੱਖੀਏ ਨੂੰ ਨਾਲ ਹੀ ਲੈ ਜਾਈ ਬਾਅਦ ਚ ਤੇ ਜੇਕਰ ਰੱਬ ਨਾ ਕਰੇ ਉਸੇ ਦਾ ਬੱਚੇ ਦਾ ਜਿਹਦਾ ਵੀਜ਼ਾ ਲੱਗਾ ਏਰਪੋਰਟ ਤੋਂ ਵਾਪਸ ਮੋੜ ਦਿੱਤਾ ਜਾਵੇ ਨਾ ਫਿਰ ਉਹ ਗਵਾਂਢੀ ਵਾਪਸ ਆ ਜਾਂਦੇ ਨੇ ਲੈ ਆਪਣੇ ਦੇਸ਼ ਨਾਲ ਦੀ ਰੀਸਿਆ ਕੋਈ ਐਸ ਦੇਸ਼ ਨਾਲ ਦਾ ਕਿੱਥੇ ਦੇਸ਼ ਆ ਇੱਥੇ ਪੁੱਤ ਕਮਾਈਆ ਕਰੋ ਕੀ ਕਰਨਾ ਬਾਹਰ ਜਾ ਕੇ ਮਾਂ ਪਿਓ ਤੋਂ ਦੂਰ ਇਹ ਉਹ ਹਾਲਾਤ ਨੇ ਇਹਨਾਂ ਦੇ ਇੱਕ ਸਕਿੰਟ 'ਚ ਸਟੇਟਮੈਂਟ ਬਦਲ ਦਿੰਦੇ ਆ ਸਿਚੁਏਸ਼ਨ ਭਾਵੇਂ ਕੋਈ ਹੋਵੇ ਇਹ ਖੋਰ ਹਾਲਾਤੀ ਬਹੁਤ ਸੋਹਣੇ ਆ ਜੇ ਤੁਹਾਨੂੰ ਪਤਾ ਨਹੀਂ ਹੋ ਗੁਰਦਵਾਰੀ ਇਲੈਕਸ਼ਨਾਂ ਹੁੰਦੀਆਂ ਨਾ ਹਾਂਜੀ ਮੈਂਬਰਸ ਨੇ 12 14 ਜਿੰਨੇ ਵੀ 16 ਹਾਂਜੀ ਤਾਂ ਸਾਰੇ ਟਿਕ ਕਰਨਾ ਪੈਂਦਾ ਹੂੰ ਹੂੰ ਤੁਸੀਂ ਹੈਰਾਨ ਹੋ ਜਾਓ ਸਭ ਤੋਂ ਘੱਟ ਵੋਟਾਂ ਸਰਪੰਚ ਨੂੰ ਮਿਲਦੀਆਂ ਨਹੀਂ ਪਰ ਉਹਨੇ ਪਾਗ ਲਵਾਈ ਹੈ ਨਾ ਦੋ ਤਿੰਨ ਰਾਂ ਨਹੀਂ ਸਭ ਤੋਂ ਘੱਟ ਮਿਲਦੀਆਂ ਹੁਣ ਗੱਲ ਪੱਗ ਦੀ ਆਉਂਦੀ ਹੈ ਨਾ ਘੁੰਮ ਕੇ ਹੂੰ ਜਦੋਂ ਪੱਗ ਦੀ ਗੱਲ ਕਰਦੇ ਆ ਤੇ ਸਰਪੰਚ ਦਾ ਦਾਵਾ ਸੀ ਜਦੋਂ ਇਹਨੂੰ ਮੈਂਬਰਸ਼ਿਪ ਇਹਨੇ ਆਪਣਾ ਵਾਈਸ ਪ੍ਰੈਜ਼ੀਡੈਂਟ ਨਹੀਂ ਹਿਮਾੰਦਾ ਇਹਨਾਂ ਦੇ ਬੰਦੇ ਅੰਦਰਲੇ ਦੇ ਨੇ ਦੱਸਿਆ ਸੀ ਵੀ ਸਰਪੰਚ ਕਹਿੰਦਾ ਹੈਗਾ ਭਾਈ ਮੈਂ ਤੇ ਤਿੰਨ ਰਾਂ ਪੱਗ ਲਵਾਈ ਹੈ ਮੈਨੂੰ ਕਿਉਂ ਨਹੀਂ ਬਣਾਉਂਦੇ ਪ੍ਰਧਾਨ ਮਤਲਬ ਇਹਨਾਂ ਨੇ ਪ੍ਰਧਾਨਗੀ ਲੈਣ ਵਾਸਤੇ ਵੀ ਗੇਂਦੇ ਨੇ ਵੀ ਸਾਡੀ ਪੱਗ ਕਿੰਨੀਆਂ ਨਾਲ ਲੱਥੀ ਹੈ ਸੋ ਇਹਨਾਂ ਵਾਸਤੇ ਪੱਗ ਲੈਣੀ ਲਵਾਉਣੀ ਆਮ ਜੀ ਗੱਲ ਹੈ ਹੁਣ ਇਹ ਪੱਗ ਅਗਲੀ ਕਮੇਟੀ ਵਾਲੇ ਲਾਉਣ ਪਾਵੇਂ ਨਾ ਲਾਉਣ ਇਹ ਆ ਵੀ ਦਾ ਕੇ ਹੱਥ ਚ ਪਹਿਲਾਂ ਹੀ ਫੜ ਲੈਂਦੇ ਨੇ ਹਾਂਜੀ ਤਾਂ ਕਿ ਵੱਡਾ ਇਸ਼ੂ ਬਣ ਜਾਏ ਇਹਨਾਂ ਦਾ ਹਾਲਾਤ ਹੈ ਤੇ ਜਿਹੜੀ ਇਹ ਆਪ ਹੁਲੜਬਾਜੀ ਕਰਦੇ ਨੇ ਉਹਦੇ ਉਹਦੀ ਫਿਰ ਕੈਮਰਾ ਰਿਕਾਰਡਿੰਗ ਵੀ ਰਿਲੀਜ਼ ਨਹੀਂ ਕਰਦੇ ਬਾਹਰ ਜਿਹੜੀ ਇਹ ਕਰਵਾਉਂਦੇ ਨੇ ਹੁਣ ਸਭ ਤੋਂ ਪਹਿਲਾ ਸਵਾਲ ਆਪਾਂ ਤੇ ਖੁੱਲੀਆਂ ਗੱਲਾਂ ਕਰ ਰਹੇ ਸੀ ਸਭ ਤੋਂ ਪਹਿਲਾ ਸਵਾਲ ਆਪਾਂ ਇੱਥੇ ਆਈਏ ਵੀ ਹਮਲਿਆਂ ਦਾ ਮੁੱਖ ਕਾਰਨ ਕੀ ਹੈ ਹਾਂਜੀ ਕਿਉਂ ਹੁੰਦੇ ਨੇ ਹਮਲੇ ਭਾਈਏ ਕੋਈ ਨਾ ਕੋਈ ਬੁਨਿਆਦੀ ਕਾਰਨ ਤੇ ਹੋਏਗਾ ਨਾ ਵੀ ਹਮਲੇ ਹੁੰਦੇ ਕਿਉਂ ਨੇ ਜਦੋਂ ਤੁਸੀਂ ਇਨ੍ਹਾਂ ਹਮਲਿਆਂ ਦਾ ਕਾਰਨ ਲੱਭਣ ਤੁਰ ਜਾਂਦੇ ਜੇ ਨਾ ਤੇ ਇਹ ਸਪਸ਼ਟ ਸਾਨੂੰ ਸਾਡੇ ਸਾਹਮਣੇ ਆ ਜਾਂਦਾ ਵੀ ਇੱਕ ਬੰਨੇ ਇੱਕ ਸਥਾਪਿਤ ਵਿਚਾਰ ਜੋ ਬੜਾ ਪੁਰਾਣਾ ਸਥਾਪਿਤ ਹੋਇਆ ਸੀ ਉਹਦਾ ਉਹ ਵਿਚਾਰ ਚੂਰ-ਚੂਰ ਹੋ ਰਿਹਾ ਹੈ ਕੰਡਮ ਸੀ ਵਿਚਾਰ ਉਹ ਟੁੱਟ ਰਿਹਾ ਹੈ ਤੇ ਉਸ ਵਿਚਾਰ ਨੂੰ ਲੀਡ ਕਰਨ ਵਾਲੀ ਧਿਰ ਜਿਹੜੀ ਉਹ ਵੀ ਟੁੱਟ ਰਹੀ ਹੈ ਹਾਂਜੀ ਇਹ ਵਿਚਾਰ ਨਵਾਂ ਨਹੀਂ ਹੈ ਜਿਹੜਾ ਵਿਚਾਰ ਇਹ ਖਾਉਤੀ ਜਿਹੜੇ ਇਹ ਗੁੰਡੇ ਜਿਹੜੇ ਆਉਂਦੇ ਨੇ ਜਿਨ੍ਹਾਂ ਨੂੰ ਖਾਉਤੀ ਸਿੱਖ ਕਹਿੰਦੇ ਆਪਾਂ ਜਿਹੜੇ ਲੜਨ ਆਉਂਦੇ ਨੇ ਨਾ ਪ੍ਰਚਾਰਕਾਂ ਨਾਲ ਜਿਹੜੀ ਭਾਵੇਂ ਉਹ ਮਿਸ਼ਨਰੀ ਜਮਾਤ ਹੈ ਭਾਵੇਂ ਵਿਦਵਾਨ ਹੈ ਸਕਾਲਰ ਹੈ ਕਿਸੇ ਵੇਲੇ ਕੋਈ ਸਰਦਾਰ ਗੁਰਤੇਜ ਸਿੰਘ ਵਰਗੇ ਉਹ ਯੋਧੇ ਗਰਤੇਜ ਸਿੰਘ ਵਰਗੇ ਜਿਨੇ ਕੌਮ ਦੀ ਝੋਲੀ ਬੜਾ ਵਧੀਆ ਲਿਟਰੇਚਰ ਲਿਖ ਕੇ ਪਾਇਆ ਉਹ ਜਿਹੜਾ ਅੰਡਰਗਰਾਉਂਡ ਰਿਹਾ ਖੁਦ ਉਹ ਜਿਹਨੂੰ ਬਾਬਾ ਜਰਨੈਲ ਸਿੰਘ ਮੰਨਦਾ ਸੀ ਵੀ ਪ੍ਰੋਫੈਸਰ ਹੈ ਵਾਕਈ ਮਤਲਬ ਜਿਹਦੀ ਇਸੇ ਕਰਕੇ ਹੈ ਕਹਿੰਨੇ ਵੀ ਤੁਹਾਡਾ ਟਕਸਾਲ ਨਾਲ ਕੋਈ ਸਬੰਧ ਨਹੀਂ ਜੀ ਉਹਦਾ ਜਰਨੈਲ ਦਾ ਉਸ ਜੋਦੇ ਦਾ ਜਰਨੈਲ ਦਾ ਤੁਹਾਡੀ ਟਕਸਾਲ ਨਾਲ ਕੋਈ ਸਬੰਧ ਨਹੀਂ ਤੁਸੀਂ ਤਾਂ ਗੁੰਡੇ ਜੇ ਤੁਸੀਂ ਤੇ ਉਹ ਗੁੰਡੇ ਸੀ ਲੁੱਟ ਲੁੱਟਾਂ ਖੂਹਾਂ ਕਰਨ ਵਾਲੇ ਜਿਹੜੇ ਇੱਥੇ ਮੋਢਿਆਂ ਦੇ ਪਰਨੇ ਰੱਖ ਕੇ ਆ ਜਾਂਦੇ ਨੇ ਲੀਡਰਸ਼ਿਪਾਂ ਭਾਲਣ ਵਾਸਤੇ ਕਿੱਥੇ ਉਹ ਜਰਨੈਲ ਸਿੰਘ ਕਿੱਥੇ ਤੁਸੀਂ ਬਿਸ਼ਰਮੋ ਆਪਣੀ ਅਕਾਤ ਵੇਖੋ ਤੁਸੀਂ ਕੌਣ ਜੀ ਸੋ ਗੁਰਤੇਜ ਸਿੰਘ ਵਰਗੇ ਹੋਣ ਜਾਂ ਪ੍ਰੋਫੈਸਰ ਦਰਸ਼ਨ ਸਿੰਘ ਵਰਗੇ ਹੋਣ ਜਿਨ੍ਹਾਂ ਨੇ ਉਸ ਵਿਖੜੇ ਪੈਂਡੇ ਦੇ ਵਿੱਚ ਕਮਾਂਡ ਸੰਭਾਲੀ ਜਦੋਂ ਮੂੰਹ ਨਹੀਂ ਕਰਦਾ ਕੋਈ ਉਧਰ ਨੂੰ ਬੜੀ ਉਹ ਕਿਤਾਬ ਤੁਸੀਂ ਪੜ ਕੇ ਵੇਖ ਲਓ ਉਹਦੇ ਵਿੱਚ ਬੜੇ ਉਸ ਹਾਲਾਤਾਂ ਦੇ ਜ਼ਿਕਰ ਨੇ ਬੜੀਆਂ ਚੀਜ਼ਾਂ ਉਹਨਾਂ ਨੇ ਬਾਅਦ ਚ ਵੀ ਕਈ ਜ਼ਿਕਰ ਕੀਤੀਆਂ ਨੇ ਮੈਨੂੰ ਸੋ ਐਸੇ ਬੰਦੇ ਇਹ ਵਿਰੋਧ ਕਰਨ ਆਉਂਦੇ ਨੇ ਕੌਣ ਆਹ ਛਲਾਰੂ ਜਮਾਤ ਇੱਥੋਂ ਵਾਲੀ ਥੋੜੇ ਜਿਹੀ ਹੈ ਇਹ ਇਹ ਤਾਂ ਢਾਈਕ ਟੋਟਕੂਈ ਹੈ ਪਰ ਪ੍ਰੋਬਲਮ ਇਹ ਹੈ ਨਾ ਜਿਹੜੀ ਆ ਸਾਡੀ ਕਲਮਾਂ ਵਾਲੀ ਜਮਾਤ ਹੈ ਇਹ ਕਲਮਾਂ ਵਾਲੀ ਕਲਮ ਨੂੰ ਡਿਫਾਈਨ ਕਰੀ ਜਾਂਦੀ ਹੈ ਜੇ ਉਹ ਤਾਂ ਇਹ ਜਾਦੇ ਲੱਗਦੇ ਨੇ ਜਦੋਂ ਇਹ ਕਲਮਾਂ ਵਾਲੀ ਜਮਾਤ ਥੋੜੀ ਜੀ ਬਾਹਰ ਆਏਗੀ ਫਿਰ ਆਪਣੇ ਆਪ ਹੀ ਅੰਦਰ ਵੜ ਜਾਣੇ ਆ ਸੋ ਹਮਲਿਆਂ ਦਾ ਮੁੱਖ ਕਾਰਨ ਕੀ ਹੈ ਵੀ ਕਾਰਨ ਇਹ ਹੋਈ ਹੈ ਵੀ ਇੱਕ ਬੰਨੇ ਇੱਕ ਸਥਾਪਿਤ ਜਿਹੜੀ ਸੀ ਹਜ਼ਾਰਾਂ ਸਾਲਾਂ ਤੋਂ ਸਥਾਪਿਤ ਸੀ ਬਿਪਰ ਨੇ ਇੱਕ ਮਿਥੋਲੋਜੀ ਨੂੰ ਸਟੈਬਲਿਸ਼ ਕੀਤਾ ਸੀ ਉਹ ਚਖਣਾ ਚੂਰ ਹੋ ਗਈ ਹੈ ਹਲਾਕੇ ਰੱਖਦੀ ਉਹ ਹਿੱਲ ਕੇ ਰਹਿ ਗਈ ਹੈ ਤੇ ਦਿਨ ਬਦ ਦਿਨ ਗ੍ਰੈਜੂਅਲੀ ਉਹ ਉਹਦੀ ਹੋਂਦ ਖਤਮ ਹੋ ਰਹੀ ਹੈ ਹੁਣ ਇਹਨਾਂ ਦੀ ਜਿੰਨਾ دارو ਮਦਾਰ ਹੈ ਇਹਨਾਂ ਦੇ ਡੇਰੇ ਜਿਹੜੇ ਨੇ ਜਾਂ ਜੋ ਕੁਝ ਵੀ ਹੈ ਇਹਨਾਂ ਦਾ ਉਹ ਸਭ ਕੁਝ ਖੜਾ ਹੈ ਉਸ ਵਿਚਾਰਧਾਰਾ ਦੇ ਉੱਤੇ ਹੁਣ ਜਦੋਂ ਵਿਚਾਰ ਹੀ ਨਹੀਂ ਰਹੇਗੀ ਤੇ ਡੇਰਾ ਕਿਵੇਂ ਰਹੇਗਾ ਮੁਸ਼ਕਲ ਸਭ ਤੋਂ ਵੱਡੀ ਇਹ ਹੈ ਕਿ ਇਹਨਾਂ ਦਾ ਡੇਰਾ ਟੁੱਟ ਰਿਹਾ ਤਕਸਾਲ ਐਸ ਵੇਲੇ ਡੇਰਾ ਹੈ ਉਹ ਟੁੱਟ ਰਹੀ ਹੈ बार-बार ਇਹਨਾਂ ਦਾ ਹੁਣ ਤੁਸੀਂ ਮੈਨੂੰ ਦੱਸੋ ਕੀ ਇਹ ਪੰਡਤ ਨਹੀਂ ਵਿਪਰ ਨਹੀਂ ਹੈ ਵਿਪਰ ਕੀ ਮੰਨਦਾ ਸੀ ਅਵਤਾਰਵਾਦ ਨੂੰ ਪ੍ਰਮੋਟ ਕਰਦਾ ਸੀ ਇਹਨਾਂ ਨੇ ਤੁਸੀਂ ਨਾਨਕ ਸਾਹਿਬ ਤੋਂ ਸ਼ੁਰੂ ਕਰ ਲਓ ਨਾਨਕ ਸਾਹਿਬ ਨੂੰ ਤੁਸੀਂ ਇਹਨਾਂ ਨੇ ਬੇਦੀ ਕੁਲ ਦੇ ਵਿੱਚੋਂ ਪ੍ਰਗਟ ਕੀਤਾ ਆਪਣੇ ਅਖੌਤੀ 73 ਦਸ਼ਮ ਗ੍ਰੰਥ ਦੇ ਰਾਹੀਂ ਕਸੂ ਦੇ ਖਾਨਦਾਨ ਵਿੱਚੋਂ ਲਵ ਕੁਸ਼ ਸੀ ਨਾ ਕੁਛ ਦੀ ਖਾਨਦਾਨ ਦੇ ਵਿੱਚੋਂ ਨਾਨਕ ਸਾਹਿਬ ਹੋਏ ਨੇ ਤੇ ਲਵ ਕੁਸ਼ ਕੀ ਦੇ ਪੁੱਤਰ ਸਨ ਰਾਮ ਦੇ ਲਵ ਤੋਂ ਲਾਹੌਰ ਤੇ ਕੁਸ਼ ਤੋਂ ਕਸੂਰ ਜੋ ਇਹ ਇਹਨਾਂ ਦਾ 73 ਨਾਟਕ ਆਖਦਾ ਹੈ ਹੁਣ ਰਾਮ ਦੇ ਪੁੱਤਰ ਲਵ ਕੁਸ਼ ਤੇ ਕੁਸ਼ ਦੇ ਗਾਂ ਵਾਂਛ ਦੇ ਵਿੱਚੋਂ ਨਾਨਕ ਇਹਦਾ ਮਤਲਬ ਨਾਨਕ ਆਪਣੇ ਆਪ ਵੀ Hindu ਦਾ ਅੰਗ ਹੋ ਗਿਆ ਉਜਵੇਂ ਉਹ ਕਹਿੰਦੇ ਨੇ ਅਟੁੱਟ ਹਿੰਦੂ ਦਾ ਅੰਗ ਹਾਂਜੀ ਵੀ ਸਾਡੀ ਵੰਸ਼-ਵੰਚ ਚੋਂ ਸਾਡੇ ਅੰਦਰੋਂ ਪੈਦਾ ਹੋਈ ਹੈ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਇਹ ਤ੍ਰੇਹਣ ਵੰਸ਼ ਜਿਹੜੀ ਹੈ ਲਖਮਨ ਦੇ ਤਖਨ ਨਾਮੇ ਪੁੱਤਰ ਤੋਂ ਤ੍ਰੇਹਣ ਵੰਸ਼ ਚੱਲੀ ਗੁਰਬਾਣੀ ਪਾਠ ਦਰਸ਼ਨ ਇਹਨਾਂ ਦਾ ਪੰਨਾ 10 ਫਿਰ ਗੁਰੂ ਅਮਰਦਾਸ ਜੀ ਦੇ ਭਰਾ ਭਰਤ ਦੇ ਪੁੱਤਰ ਭੱਲਣ ਤੋਂ ਭੱਲੇ ਦੀ ਵੰਸ਼ ਚੱਲੀ ਭਰਤ ਦੇ ਪੁੱਤਰ ਤੁਸੀਂ ਕੋਈ ਇੱਕ ਕੈਰੈਕਟਰ ਹਿੰਦੂ ਦਾ ਛੱਡਿਆ ਇਹ ਨਾ ਕੋਈ ਮਹਾਭਾਰਤ ਵਾਲਾ ਨਾ ਕੋਈ ਕੋਈ ਰਮਾਇਣ ਵਾਲਾ ਪੀ ਜਿਹਦੇ ਵਿੱਚੋਂ ਤੁਸੀਂ ਕਿਸੇ ਗੁਰੂ ਦੀ ਪਿੱਠ ਨਹੀਂ ਜੋੜੀ ਬੇਸ਼ਰਮੋ ਅੱਜ ਤੋਂ ਮੇਰਾ ਬਿਆਨ ਹੈ ਵੀ ਵਿਵਾਦਿਤ ਜਿਹੜਾ ਲਿਟਰੇਚਰ ਹੈ ਬੈਨ ਹੋਣਾ ਚਾਹੀਦਾ ਕਰੋ ਸਭ ਤੋਂ ਪਹਿਲਾਂ ਗੁਰਬਾਣੀ ਪਾਠ ਦਰਸ਼ਨ ਬੈਨ ਤੁਹਾਡੇ ਬਾਬੇ ਦੀ ਜਿਹੜੀ ਹੈ ਇਹਨੂੰ ਬੈਨ ਕਰੋ ਪਹਿਲਾਂ ਜਿੰਨੇ ਸਾਰੇ ਗੁਰੂਆਂ ਦੀ ਪਿੱਠ ਪਿਛੇ ਬ੍ਰਾਹਮਣਾਂ ਨਾਲ ਕਿਤੇ ਰਮਾਇਣਾਂ ਜੋੜ ਦਿੱਤੀ ਕਿਤੇ ਮਹਾਪਾਤਨਾ ਜੋੜ ਦਿੱਤੀ ਤੁਹਾਨੂੰ ਅਕਲ ਨਹੀਂ ਆਉਂਦੀ ਗੱਲ ਕਰਦਿਆਂ ਨੂੰ RAMDAS ji ਲਹੂ ਦੇ ਪੁੱਤਰ ਕਾਲ ਰਾਏ ਦੇ ਵੰਸ਼ ਤੋਂ ਪੈਦਾ ਹੋਏ ਹੁਣ ਲਾਭਤ ਕੁਛ ਹੋਏ ਨਾ ਉਹਦਾ ਉਹਦਾ ਲਹੂ ਦਾ ਪੁੱਤਰ ਹੋਇਆ ਕਾਲ ਰਾਏ ਕਿ ਕੁਛ ਦਾ ਹੋਇਆ ਕਾਲਕੇਤ ਇਹਨਾਂ ਦਾ ਗਾਂ ਜੰਗ ਹੋਇਆ ਬਚਤਰਨਾਟਕ ਅਨਸਾਰ ਮੈਂ ਉਧਰ ਨਹੀਂ ਜਾਣਾ ਪਰ ਮੈਂ ਤੁਹਾਨੂੰ ਸਿਰਫ ਇਸ਼ਾਰਾ ਕਰ ਰਿਹਾ ਕਿ ਕਿੱਥੋਂ ਇਨਫੋਰਮੇਸ਼ਨ ਆਂਦੀ ਆਈ ਹੈ ਗੁਰੂ ਹਰ Rai ਜੀ ਦੇ 8 ਵਿਆਹ ਸਨ ਬੇੜਾ ਬਹਿ ਜੇ ਤੁਹਾਡਾ ਇਸੇ ਕਰਕੇ ਤੁਹਾਡਾ ਉਹ ਜਿਹੜਾ ਪਟਨੇ ਵਾਲਾ ਜਾਹੇਦਾਰਾ ਉਹਦੇ ਵੀ 3-4 ਚੱਕੀ ਫਿਰਦਾ ਉਹ ਵੀ ਉਹਨੂੰ ਜਦੋਂ ਸਵਾਲ ਪੁੱਛੀਏ ਕਹਿੰਦਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਨਹੀਂ ਕਰਾਏ ਤੇ ਉਹਨੇ ਕਹਿੰਦਾ ਜਿਹਦੇ ਨਾਲ ਕਰਾਇਆ ਆਪਣੇ ਘਰ ਵਾਲੀ ਰੋਂਦੀ ਵੀ ਤੇ ਰੋਂਦੀ ਦੇ ਵੀ ਜਰਾ ਉਹਦੇ ਵੀ ਹਾੜੇ ਸੁਣ ਲੈਣੇ ਹੈ ਉਹ ਕੀ ਕਹਿ ਰਹੀ ਹੈ ਗੁਰੂ ਤੇਗਵਧਰ ਪਾਸ਼ਾ ਪਾਸ਼ਾ ਨੇ ਗੁਰਗੱਦੀ ਦਿੱਲੀ ਤੋਂ ਭੇ ਪੰਜਾਬ ਪਿਆਰ ਦੀ ਜੇ ਗੱਲ ਕਰਦੇ ਜੇ ਤੁਸੀਂ ਤੇ ਭਾਈ ਦਇਆ ਸਿੰਘ ਪਿਆਰਾ ਜਿਹੜਾ ਲਹੂ ਦੇ অবতার ਧਰਮ ਸਿੰਘ ਧੰਨੇ ਦੇ ਹਿੰਮਤ ਸਿੰਘ ਚਤਰਪੂਜੀ ਦੇ ਭਾਈ ਮੁਖਮ ਸਿੰਘ ਨਾਮਦੇਵ ਦੇ ਤੇ ਭਾਈ ਸਾਹਿਬ ਸਿੰਘ ਸੈਨ ਦੇ অবতার ਭਗਤ ਸੈਨ ਦੇ ਮਤਲਬ ਅਵਤਾਰਵਾਦ ਜਿਹੜਾ ਵਾ ਇਹਨਾਂ ਨੇ ਕੁੱਟ-ਕੁੱਟ ਕੇ ਗੁਰਬਾਣੀ ਪਾਠ ਦਰਸ਼ਨ ਦੇ ਵਿੱਚ ਅਭਾਰਿਆ ਹੁਣ ਹਮਲੇ ਦਾ ਕਾਰਨ ਕੀ ਹੈ ਹਮਲੇ ਦਾ ਕਾਰਨ ਇਹ ਹੈ ਵੀ ਜਦੋਂ ਤੁਸੀਂ ਇੱਕ ਇੱਕ ਵਿਚਾਰ ਕਹਿੰਦੀ ਹੈ ਵੀ ਅਵਤਾਰਵਾਦ ਸਿੱਖੀ ਦੇ ਵਿੜੇ ਵਿੱਚ ਨਹੀਂ ਨਾਨਕ ਸਾਹਿਬ ਨੂੰ ਪੁੱਛਦੇ ਨੇ ਕੌਣ ਹੈ ਤੂੰ ਉਹ ਹੋਕਾ ਦੇ ਕੇ ਕਹਿੰਦਾ ਵੀ ਮੈਂ ਆਦਮੀ ਆ ਮੈਂ ਨਹੀਂ ਅਵਤਾਰ ਮੈਂ ਆਦਮੀ ਆ ਤੁਸੀਂ ਸਿੱਧਾ ਹੀ ਅਵਤਾਰਾਂ ਦੇ ਅਵਤਾਰਵਾਦ ਦਾ ਫਲਸਫਾ ਉਹਨੂੰ ਪ੍ਰਚਾਰ ਰਹਿ ਜੇ ਹੁਣ ਇੱਧਰ ਲੈ ਬਣੇ ਅਵਤਾਰਵਾਦ ਦਾ ਫਲਸਫਾ ਫਲਸਫਾ ਟੁੱਟ ਰਿਹਾ ਇਹੋ ਕਾਰਨ ਹੈ ਕਿ ਹਮਲੇ ਸ਼ੁਰੂ ਹੋ ਰਹੇ ਨੇ ਇਹਨਾਂ ਨੂੰ ਆਪਣੀਆਂ ਕਿਤਾਬਾਂ ਸੜਦੀਆਂ ਇਹਨਾਂ ਨੂੰ ਕਿਤਾਬਾਂ ਫਟਦੀਆਂ ਨਜ਼ਰ ਆ ਰਹੀਆਂ ਨੇ ਇਹਨਾਂ ਦੇ ਡੇਰੇ ਟੁੱਟਦੇ ਨਜ਼ਰ ਆ ਰਹੇ ਨੇ ਨੌਣ ਵਾਲੇ ਸਮੇਂ ਦੇ ਵਿੱਚ ਬੜੀਆਂ ਅਸੋਈਆਂ ਗੱਲਾਂ ਨੇ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਕਿਉਂ ਹਮਲੇ ਸ਼ੁਰੂ ਹੁੰਦੇ ਨੇ ਕਾਰਨ ਮੈਂ ਦੱਸ ਰਿਹਾ ਆਂਦਾ ਇੱਕ ਬੀਬੀ ਨੇ ਪਤੀਵਰਤ ਸ਼ਕਤੀ ਕਰਨ ਵੀ ਪਤੀਵਰਤਾ ਬੀਬੀ ਸੀ ਉਹਨੇ ਹਾਂਜੀ ਪਤੀ ਮਰਨ ਤੇ ਸੂਰਜ ਚੜਨ ਨੂੰ ਰੋਕ ਲਿਆ ਤੇ ਪਤੀ ਜੀਵਿਤ ਕਰ ਦਿੱਤਾ ਉਹ ਬੇੜਾ ਵਹਜੇ ਤੁਹਾਡਾ ਸੂਰਜ ਸੂਰਜ ਜਿੰਨੇ ਗ੍ਰਹਿ ਨੇ ਉਹਨਾਂ ਸਾਰਿਆਂ ਗ੍ਰਹਿ ਨੂੰ ਮਿਲਾ ਲੀਏ ਤੇ ਫਿਰ ਵੀ ਉਹਨਾਂ 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 ਨਾਲੋਂ ਫਿਰ ਵੀ ਵੱਡਾ ਰਹਿੰਦਾ ਏ ਉਹ ਤੁਹਾਡਾ ਬਾਬਾ ਜਿੰਨੂੰ ਤੁਸੀਂ ਬਾਬਾ ਮਹਾਂਪੁਰਖ ਗਿਆਨੀ ਵਿਦਿਆ ਮਾਰਤੰਡ ਪਤਾ ਨਹੀਂ ਕੀ ਕੁਝ ਤੁਸੀਂ ਵਰਤਦੇ ਜਿਉ ਦੇ ਨਾਂ ਤੇ ਸੂਰਜ ਚੰਨ ਨੂੰ ਰਖਾਤਾ ਤੁਸੀਂ ਉਹ ਤੁਹਾਡੇ ਬੀਬੀ ਰਾਹੀਂ ਉਹਦੇ ਨਾਲ ਹੀ ਇਹ ਤੁਹਾਡੀਆਂ ਕਿਤਾਬਾਂ ਕਹਿੰਦੀਆਂ ਨੇ ਤੇ ਜਦੋਂ ਇਥੋਂ ਗੁਰੂ ਦੇ ਲਾਲ ਗੁਰਮਤਿ ਦੀ ਰੋਸ਼ਨੀ ਚ ਗੱਲ ਕਰਦੇ ਨੇ ਉਹ ਵੀ ਇਹ ਸੂਰਜ ਐਸਾ ਹੀ ਗ੍ਰਹਿ ਆ ਜਿਵੇਂ ਧਰਤੀ ਆ ਫਰਕ ਇੰਨਾ ਵਾ ਵੀ ਇਹ ਰਹਿਣ ਯੋਗ ਆ ਤੇ ਉਹ ਰਹਿਣ ਯੋਗ ਨਹੀਂ ਕਿਉਂਕਿ ਹੀਟ ਹੈ ਕਿਉਂਕਿ ਅੱਗ ਹੈ ਅੱਗ ਦਾ ਗੋਲਾ ਹੈ ਗੈਸਾਂ ਦਾ ਗੋਲਾ ਹੈ ਪਰ ਹੈ ਇਦਾਂ ਹੀ ਜਿਵੇਂ ਧਰਤੀ ਤੇ ਧਰਤੀ ਤੋਂ ਹਜ਼ਾਰਾਂ ਗੁਣਾ ਵੱਡਾ ਹੁਣ ਸੂਰਜ ਚੜਨ ਨੂੰ ਰੋਕ ਦਿੱਤਾ ਉਹਨੇ ਜੀ ਬੀਬੀ ਨੇ ਕੌਣ ਕਹਿੰਦਾ ਜੀ ਤੁਹਾਡੇ ਬਾਬੇ ਦੀ ਕਿਤਾਬ ਕਹਿੰਦੀ ਆ ਪੰਨਾ ਨੰਬਰ 22 ਤੇ ਲਿਖਿਆ ਵਾ ਕੁਰਬਾਨੀ ਪਾਠ ਦਰਸ਼ਨ ਦੇ ਵਿੱਚ ਸੁਣੀ ਜਾ ਉਹ ਕੰਨ ਖੋਲ ਕੇ ਹੁਣ ਅਖਾੜੇ ਪਿੰਡ ਦੇ ਇੱਕ ਪਰਿਵਾਰ ਦੇ ਬੱਚੇ ਮਰ ਜਾਂਦੇ ਨੇ ਇੱਕ ਸਿੱਖ ਨੇ ਕਿਰਪਾਨ ਦਾ ਅੰਮ੍ਰਿਤ ਬੱਚੇ ਨੂੰ ਸ਼ਿਕਾਇਆ ਫਿਰ ਮਾਤਾ ਮਰ ਗਈ ਤੇ ਬੱਚਾ ਨਹੀਂ ਮਰਿਆ ਕਿਰਪਾਨ ਨਾਲ ਅੰਮ੍ਰਿਤ ਸ਼ਿਕਾਇਆ ਮਾਤਾ ਮਰ ਗਈ ਤੇ ਬੱਚਾ ਨਹੀਂ ਮਰਿਆ ਇਹ ਤੁਹਾਡਾ ਮਹਾਂਪੁਰਖ ਕਿਉਂ ਨਹੀਂ ਜਾ ਗਿਆ ਜਿਹਦਾ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਕੇ ਆਪਰੇਸ਼ਨ ਕਰਾਉਣ ਤੋਂ ਬਾਅਦ ਐਕਸੀਡੈਂਟ ਹੋਇਆ ਰੋਮਾਂ ਦੀ ਬੇਦਬੀ ਹੋਈ ਤੇ ਮਰੇ ਦੇ ਅਮਰਤ ਪਾਇਆ ਮੂੰਹ ਦੇ ਵਿੱਚ ਉਹ ਨਹੀਂ ਉਹ ਨਹੀਂ ਦੁਬਾਰਾ ਜਾਗਿਆ ਅਕਲ ਕਰੋ ਬੜਾ ਕੂੜ ਕਬਾੜ ਜੇ ਤੁਹਾਡੀਆਂ ਕਿਤਾਬਾਂ ਦੇ ਵਿੱਚ ਕੱਢ ਕੱਢ ਲਿਆਉਣਗੇ ਜੇ ਪ੍ਰਚਾਰਕ ਮੈਂ ਤੁਹਾਨੂੰ ਗੱਲ ਦੱਸ ਦਿਆਂ ਗੱਲ ਨਾ ਇਹਨਾਂ ਨੂੰ ਛੇੜੋ ਨਾ ਲੱਗੇ ਰਹਿੰਦੇ ਹੋ ਆਪਣੇ ਕੰਮ ਤੁਸੀਂ ਆਪਣੇ ਡੇਰੇ ਡੂਰੇ ਜਿਹੜੇ ਮਾੜੇ ਮੋਟੇ ਆ ਨਾ ਅੰਦਰ ਖਾਤੇ ਚਲਾਈ ਜਾਓ ਤੁਹਾਡੀ ਫੁਲਕਾ ਚੱਲਦਾ ਰਹੂ ਤੁਹਾਡੀ ਰੋਟੀ ਪਾਣੀ ਚੱਲਦਾ ਰਹੂਗਾ ਤੁਹਾਡੇ ਪੱਲੇ ਕੱਖ ਨਹੀਂ ਛੱਡਣਾ ਇਹਨਾਂ ਨੇ ਮੈਂ ਪ੍ਰਚਾਰਕਾਂ ਨੂੰ ਵੀ ਕਹਿਣਾ ਵੀ ਇਧਰੋਂ ਸ਼ੁਰੂ ਕਰੋ ਕੰਮ ਗੁਰਬਾਣੀ ਪ ਹਾਂਜੀ ਇੱਥੇ ਹੁਣ ਪੱਕੇ ਸ਼ੂ ਆਹੀ ਇੱਥੋਂ ਸ਼ੁਰੂ ਕਰਨੇ ਆਉਣ ਵਾਲੇ ਸਮੇਂ 'ਚ ਮੈਂ ਸਾਰੀ ਮੰਗਾ ਰਿਆਂ ਮੇਰੇ ਤੋਂ ਉਹਦਾ ਉਹ ਹਾਰਡ ਕਾਪੀ ਨਹੀਂ ਇੰਟਰਨੈਟ 'ਚ ਪਈ ਐ ਉੱਥੋਂ ਉੱਥੋਂ ਪੜੀ ਮੈਂ ਪਰੋਂਣ ਮੈਂ ਦੂਜੀ ਮੰਗਾ ਰਿਆਂ ਨਹੀਂ ਨਹੀਂ ਕਰਾਂਗੇ ਇਹਨਾਂ ਨੂੰ ਦੱਸਾਂਗੇ ਵੀ ਪੱਗਾਂ ਕਿਵੇਂ ਲਾਈ ਦੀਆਂ ਤੁਹਾਨੂੰ ਬੰਦੇ ਦੇ ਪੁੱਤ ਬਣਾਵਾਂਗੇ ਜਰਾ ਤੁਹਾਨੂੰ ਅਸਲ ਦੇ ਵਿੱਚ ਭਲੇਖਾ ਪੈ ਗਿਆ ਵੀ ਤੁਸੀਂ ਗੁੰਡੇ ਜੇ ਕੋਈ ਨਹੀਂ ਇਹ ਸਭ ਹਿੱਸੇ ਚੱਕਰ ਝੋਟਦੇ ਆਉਂਦੇ ਸਾਰੇ ਇੱਧਰ ਵੀ ਜਿਹੜਾ ਨਾ ਜੰਮਦਿਆਂ ਨਾਮ ਸਿਮਰਨੇ ਕੀਤਾ ਹੈ ਤੁਹਾਨੂੰ ਹੁਣ ਬੰਦੇ ਦੇ ਪੁੱਤ ਬਣਾ ਕੇ ਤੁਰਾਂਗੇ ਇਹ ਬਹਾਦਰ ਇੰਨੇ ਆ ਏਡੀ ਬਹਾਦਰ ਇਹ ਸਿਪਾਈ ਆ ਵੀ ਇੱਕ ਰਾਣਾ ਮੈਨੂੰ ਇਹ ਇਹਨਾਂ ਦਾ ਬੰਦਾ ਇੱਕ ਫੋਨ ਕਰੀ ਜਾਵੇ ਨਾ ਦਸੀ ਜਾਵੇ ਗੁਰਪ੍ਰੀਤ ਆ ਕਦੀ ਕੋਈ ਦਸੀ ਜਾਵੇ ਮੈਂ ਕਹਤੋਂ ਨਾ ਤੇ ਦੱਸ ਸਿੱਧਾ ਜੀ ਕਿਉਂ ਡਰੀ ਜਾਣਾ ਵਾ ਤੇਰਾ ਨਾਂ ਤੈਨੂੰ ਮੈਂ ਨਾਂ ਪੁੱਛਿਆ ਤਾਂ ਤੂੰ ਸੋਚਣਾ ਪਿਆ ਆਪਣੇ ਨਾਂ ਦੱਸਣ ਵਾਸਤੇ ਦਾ ਮਤਲਬ ਤੂੰ ਨਾ ਗਲਤ ਦੱਸ ਰਿਆਂ ਉਹ ਬਾਅਦ ਚ ਮੈਂ ਉਹ ਨੰਬਰ ਨੰਬਰ ਤੇ ਜਿਹੜਾ ਸੀ ਉਹ ਆਪਣਾ ਬਹੁਤਾ ਪ੍ਰਾਈਵੇਟ ਹੀ ਹੁੰਦਾ ਵਾ ਫਿਰ ਮੈਂ ਉਹਦਾ ਆਪਣਾ ਕੀਤਾ ਪਤਾ ਕਾਲਾ ਨਾਮ ਦਾ ਬੰਦਾ ਸੀ ਇਹਨਾਂ ਦਾ ਕੋਈ ਕਾਲਾ ਅੱਜ ਕੱਲ ਉਹ ਵੀਡੀਓ ਜੂ ਵੀ ਪਾਉਂਦੇ ਆ ਇੱਕ ਫੇਸਬੁਕ ਤੇ ਮੈਂ ਵੇਖਿਆ ਤੁਹਾਨੂੰ ਕੀ ਪਤਾ ਲੱਗਦਾ ਵੀ ਅਸੀਂ ਤੁਸੀਂ ਫੋਨ ਕਰ ਦੋਗੇ ਪਿਛੇ ਜੇ ਮੂੰਹ ਲਾ ਕੇ ਬਿਨਾ ਨਾਂ ਤੋਂ ਸਾਨੂੰ ਪਤਾ ਨਹੀਂ ਲੱਗੇ ਕਿ ਬੰਦਾ ਕੌਣ ਹੈ ਤੁਹਾਡੇ ਅੰਦਰ ਪਾਏ ਆ ਬੰਦੇ ਸਭ ਦੱਸਣਗੇ ਵੇਖੀ ਜਾਓ ਘਾਹਣ ਆਂਦਾ ਦਾਈ ਜਿਹੜੀ ਹੈ ਨਾ ਵੇਖੋ ਤੁਸੀਂ ਅਗਲਾ ਵੇਖੋ ਤੁਸੀਂ ਨੁਕਤਿਆਂ ਜਦੋਂ ਬੱਚਾ ਪੈਦਾ ਹੁੰਦਾ ਨਾ ਤੇ ਬੱਚਾ ਪੈਦਾ ਪੰਨਾ ਨੰਬਰ 28 ਜੇ ਵਾਲਾ ਧਿਆਨ ਰੱਖਿਓ ਜਿਹੜੇ ਸੁਣਨ ਵਾਲੇ ਨੇ ਜਦੋਂ ਬੱਚਾ ਜਮੇ ਤੇ ਦਾਈ ਜਿਹੜੀ ਹੈ ਨਾ ਸਿੱਖਣੀ ਹੋਣੀ ਚਾਹੀਦੀ ਹੈ ਬੱਚਾ ਪੈਦਾ ਕਰਨ ਵਾਲੀ ਇਦਾਂ ਕਰੋ ਫਿਰ ਆ ਜਿਹੜਿਆ ਟੀਵੀ ਦੇ ਵਾਲੇ ਗੁੰਡੇ ਆ ਨਾ ਇਹਨਾਂ ਨੂੰ ਕਹੋ ਕਿ ਅਮਰਤ ਕਰੋ ਤਿਆਰ ਜਿੰਨੇ ਹਸਪੀਟਲ ਆ ਭਾਵੇਂ ਉਹ ਆਕਸਫੋਰਡ ਤੋਂ ਚਲੇ ਜਾਓ ਜਿੱਥੇ ਜਿੰਨੇ ਵੀ ਹਸਪੀਟਲ ਤੁਹਾਨੂੰ ਲੱਗਦੇ ਬਰਮਿੰਗਮ ਲਿਸਟਰ ਵੋਲਵਰਮਟਾਨਾ ਇਹ ਸਾਰੇ ਹਸਪੀਟਲਾਂ ਚ ਜਿੰਨੀਆਂ ਅੰਗਰੇਜ਼ ਨਰਸਾਂ ਆ ਜਾਂ ਜਿੰਨੀਆਂ ਵੀ ਇਹ ਮਿਡਵਾਈਫ ਨੇ ਇਹਨਾਂ ਨੂੰ ਅਮਰਤ ਪਾਨ ਕਰਵਾ ਕੇ ਆਓ ਪਹਿਲਾਂ ਉੱਥੇ ਜਾ ਕੇ ਹਾਂਜੀ ਉਹ ਬੇਸ਼ਰਮੋ ਆ ਤੁਹਾਡੇ ਜਿਹੜੇ ਛਲਾਰੂ ਪੈਦਾ ਹੋਏ ਨੇ ਇਹ ਸਿੱਖਦਾਈਆਂ ਨੇ ਜੰਮੇ ਨੇ ਜੇ ਤੁਸੀਂ ਇੱਥੋਂ ਗੋਰੀਆਂ ਤੋਂ ਗੋਰੀਆਂ ਰਹੀ ਤੁਹਾਡੇ ਬਰਥ ਹੋਏ ਨੇ ਗੋਰੀ ਮੈਡ ਵਾਈਫ ਜਿਹੜੀ ਹੈ ਉਹਨੇ ਲੁੱਕ ਆਫਟਰ ਕੀਤੀ ਹੈ ਤੁਹਾਡੀ ਵਾਈਫ ਦੀ ਤੁਹਾਡੇ ਛਲਾਰੂਆਂ ਦੇ ਜਮਣ ਤੇ ਤੇ ਆ ਤੁਹਾਡੇ ਬਾਬੇ ਵਾਲੀ ਕਿਤਾਬ ਨੂੰ ਕੀ ਕਰਨਾ ਜੇ ਫਿਰ ਕੀ ਕਰੋਗੇ ਇਹਦਾ ਹੁਣ ਦੱਸੋ ਤੁਸੀਂ ਤਾਂ ਚੱਲ ਨਹੀਂ ਰਹੇ ਇਸ ਗੱਲ ਤੇ ਚੱਲੋ ਇਸ ਗੱਲ ਤੇ ਦਾਈ ਸਿੱਖਣੀ ਬਣਾਓ ਛਕਾ ਦਿਓ ਗੋਰੀਆਂ ਨੂੰ ਅਮਰਤ ਤਗੜੇ ਹੋਗੇ ਆਮਰੀਕ ਸਿੰਘ ਜੀ ਤੁਸੀਂ ਵੀ ਵਿਚਕਾਰ ਜੇ ਖੜਕੇ ਮੋਢੇ ਤੇ ਪਰਨਾ ਰੱਖ ਕੇ ਬੋਲਦੇ ਹੀ ਕੀ ਕਰਨਾ ਹੈ ਇਹਦਾ ਕਿਤਾਬ ਦਾ ਪੁੱਛਿਆ ਆਪਣੇ ਭਾਈਆਂ ਨੂੰ ਕਦੀ ਕਦੀ ਪੜਨ ਦਾ ਮੌਕਾ ਹੀ ਨਹੀਂ ਮਿਲਿਆ ਇਹਨਾਂ ਨੂੰ ਤੇ ਇਹ ਆ ਵੀ ਚਲੋ ਫੋਟੋ ਫਾੜੋ ਇੱਕ ਦੀ ਜਰਾਂ ਟੈਲੀਵਿਜ਼ਨ ਤੇ ਇਹਨਾਂ ਨੂੰ ਇਹਨਾਂ ਨੂੰ ਮੈਂ ਹੀ ਮਾਰ ਬੈਠੀ ਅਸਲ 'ਚ ਇਹ ਡੈਡ ਲੀਡਰਸ਼ਿਪ ਹੈ ਬਿਲਕੁਲ ਬਿਲਕੁਲ ਦੇਖ ਕੁਝ ਵੀ ਨਹੀਂ ਕਰ ਸਕਦੇ ਵਿਚਾਰੇ ਇਹਨਾਂ ਨੂੰ ਸਿਰਫ ਮੈਂ ਫੋਟੋ ਤੇ ਮੋਢੇ ਤੇ ਪਰਨਾ ਪ੍ਰੈਸ ਕਰਕੇ ਬਸ ਇੱਕ ਹੀ ਕੰਮ ਹੈ ਇਹਨਾਂ ਦਾ ਸੁਖਮਨੀ ਸਿੰਘ ਸਾਹਿਬ ਦੇ 24000 ਅੱਖਰ ਨੇ ਤੇ 24000 ਸਵਾਦ ਸਵਾਰ ਕਰ ਚਲੋ ਇੰਨੀ ਗੱਲ ਸੱਚ ਕਰ ਦਿਓ ਆ ਟੀਵੀ ਡੇਲ ਵਾਲੇ ਗੁੰਡੇ ਆਪਣੇ ਸਾਹ ਹੀ ਗਿਣ ਕੇ ਕੋਈ ਕੱਢ ਲੈਣ ਬੁੱਢਾ ਕੱਢ ਲੋ ਇਹਨਾਂ ਦਾ ਜਿਹੜਾ ਉਹ ਆਪਣਾ ਆਂਦੇ ਜਿਹੜਾ ਅਗਲੇ ਮਹੀਨੇ ਲੀਡਰ ਬਣ ਕੇ ਆਉਂਦਾ ਇਹਨੇ ਬੁੱਢੇ ਬਾਰੇ ਬੇਇੱਜ਼ਤੀ ਕਰਾਉਣੀ ਹੁਣ ਕਿਹੜਾ ਮਾ ਚਰਨਦਾਸ ਚਰਨਦਾਸ ਇਹ ਕੱਢੋ ਬੁੱਢਾ ਬਾਹਰ ਇਹਨੂੰ ਕਹੋ ਕਿ ਤੂੰ ਆਪਣੇ ਸਾਹ ਲਾ ਜਿਹੜਾ ਮੀਟਰ ਦੇ ਉੱਤੇ ਤੇ ਗਿਣ ਕੇ ਦਿਖਾ ਸਾਨੂੰ ਕਿ 24000 ਆ ਰਹੀ ਆਉਂਦਾ ਤੈਨੂੰ ਦੇ ਦਾਂ ਉਹ ਬੇਸ਼ਰਮੋ ਕਿਹੜੀ ਦੁਨੀਆ ਚ ਕਿਹੜੇ ਯੁੱਗ ਚ ਰਹਿ ਰਹਿ ਜੇ ਤੁਸੀਂ ਨਾ ਤੇ ਸੁਖਮਣੀ ਦੇ 24000 ਅੱਖਰ ਬੰਦੇ ਨੇ ਤੇ ਨਾ ਹੀ ਬੰਦੇ ਦੇ 24000 ਦਿਨ ਦੇ ਸਵਾਸ ਬੰਦੇ ਨੇ ਸਵਾਸ ਹਰ ਬੰਦੇ ਦੇ ਵੱਖਰੇ ਨੇ ਹਾਂਜੀ ਬੁੱਢੇ ਦੇ ਵੱਖਰੇ ਨੇ ਬੱਚੇ ਦੇ ਵੱਖਰੇ ਨੇ ਜੰਗ ਦੇ ਵੱਖਰੇ ਨੇ ਹਰ ਬੰਦੇ ਦੀ ਸਾਵਾਂ ਦੀ ਜਿਹੜੀ ਗਿਣਤੀ ਆ ਵੱਖੋ ਵੱਖਰੀ ਹੈ ਤੇ ਨਾ ਇਹ ਸੁਖਮਣੀ ਦੇ ਅੱਖਰ ਚ 20000 ਜੇ ਕੀ ਕਰਾਂਗੇ ਹੁਣ ਫਿਰ ਇਹਦਾ ਪੰਨਾ ਚਮਤੀ ਜੇ ਧਰੂ ਨੇ 36000 ਬਰੇ ਟੱਲ ਰਾਜ ਕੀਤਾ ਨਹੀਂ 24 24000 ਸਵਾਸਾਂ ਦਾ ਆਮ ਆਦਮੀ ਦਾ ਕੀ ਕਹੋਗੇ ਫਿਰ ਇੱਕ ਦਮ ਦਾ ਬੰਦਾ ਨਹੀਂ ਇਹਨਾਂ ਇਹਨਾਂ ਦਾ ਇਹਨਾਂ ਦਾ ਬਾਬਾ ਜੂ ਕਹਿੰਦਾ ਨਾ ਉਹ ਤਾਂ ਨਾਨਕ ਕਹਿੰਦੇ ਨੇ ਨਾ ਨਾਨਕ ਤੇ ਗਰੀਬ ਜੇ ਗੁਰੂ ਨੇ ਇਹਨਾਂ ਦਾ ਬਾਬਾ ਮਾਗਿਆਨੀ ਵਿਦਿਆ ਮਾਰਤੰਡ ਵੱਡੇ ਬ੍ਰह्म ਬ੍ਰह्म ਗਿਆਨੀ ਮਹਾਂਪੁਰਖ ਇਹਨਾਂ ਦਾ ਬਾਬਾ ਹੈ ਤੇ ਨਾਨਕ ਤੇ ਕਹਿੰਦਾ ਦਾਸ ਆਪਣੇ ਆਪ ਨੂੰ ਮਾਨਸਮੂਰਤ ਨਾਨਕ ਨਾਮ ਕਰਨੀ ਕੁੱਤਾਦਰ ਫਰਮਾਨ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਨੀਚਾ ਆਂਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆ ਸੋ ਨਾਨਕ ਤੇ ਇੱਥੇ ਖੜੇ ਨੇ ਨਾਨਕ ਸਾਹਿਬ ਤੇ ਇੱਥੇ ਖੜੇ ਨੇ ਇਹ ਪੰਜਾਹ ਪਹਿਲਾਂ ਆਪਣੇ ਨਾਂ ਤੇ ਵਿਸ਼ੇਸ਼ਣ ਲਾ ਦਿੰਦੇ ਨੇ ਗਿਆਨੀ ਵਿਦਿਆ ਮਾਰਤੰਡ 108 ਬੀੜਾ ਬਹਿਜੇ ਤੁਹਾਡਾ 36000 ਵਰੇ ਟੱਲ ਰਾਜਕੀਤਾ ਦੇ ਤਰੂ ਨੇ ਚਲੋ ਠੀਕ ਹੈ ਮੰਨ ਲਿਆ ਇਦਾਂ ਕਰੋ ਆ ਸਾਨੂੰ 50 ਸਾਲ ਰਾਜੀ ਲੈ ਦਿਓ ਪੰਜਾਬ ਦੇ ਵਿੱਚ ਬੇਸ਼ਰਮੋ ਤੁਹਾਡੀਆਂ ਬਿਸ਼ਰਮੀਆਂ ਕਰਕੇ ਤੁਸੀਂ ਆਪਣੇ ਭਾਈਆਂ ਦੀਆਂ ਪੱਗਾਂ ਨਹੀਂ ਜੇ ਛੜਦੇ ਤੁਹਾਡੇ ਵਰਗੇ ਗੁੰਡੇ ਅੰਸਰ ਲਹਿਰਾਂ ਦੇ ਵਿੱਚ ਲੜਲੇ ਸਨ ਉਦੋਂ ਆ ਜਿਹੜੇ ਇੱਥੇ ਤਕਰੀਬਨ ਆਏ ਨੇ ਗੁੰਡੇ ਨੇ ਸਾਰੇ ਇਹ ਉਹ ਨੇ ਜਿਹੜੇ ਭਗੌੜੇ ਹੋ ਕੇ ਆਏ ਨੇ ਸਾਰੇ ਪਿੱਛੋਂ ਇਹ ਉਹ ਨੇ ਜਿਹੜੇ ਗਵਰਨਮੈਂਟ ਪਲਾਂਟਡ ਲੋਕ ਸਨ ਯੈਸ ਤਕਰੀਬਨ 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 ਜਿਹੜੇ ਇੱਥੇ ਆਏ ਨੇ ਮੈਂ ਸਾਰਿਆਂ ਦਾ ਸਾਰਿਆਂ ਦਾ ਜਕਰਨੀ ਕਰਦਾ ਕੁਝ ਠੀਕ ਵੀ ਨਹੀਂ ਪਰ ਤਕਰੀਬਨ ਇੱਕ ਦਿਨ ਮੈਨੂੰ ਪ੍ਰੋਫੈਸਰ ਸਾਹਿਬ ਦੱਸ ਰਹੇ ਸਨ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਨੇ ਤੇ ਬੜਾ ਕਲੋਜ਼ਲੀ ਵੇਖਿਆ ਉਹਾਂ ਦੇ ਸਨ ਵੀ ਜਿਹੜੀ ਬੱਬਰਾਂ ਦੀ ਲਹਿਰ ਸੀ ਜਦੋਂ ਬੱਬਰ ਫੜਿਆ ਜਾਂਦਾ ਸੀ ਨਾ ਤੇ ਬੱਬਰ ਨੂੰ ਬੁਲਾਉਣਾ ਬਕਾਉਣਾ ਉਹਦੇ ਅੰਦਰ ਕੀ ਬੜਾ ਔਖਾ ਹੁੰਦਾ ਹੈ ਤੇ ਜਿਹੜੇ ਆ ਗੁੰਡੇ-ਗੰਡੇ ਜਿਹੜੇ ਸਨ ਇੱਥੇ ਤੁਰੇ-ਫਿਰਦੇ ਨੇ ਬਹੁਤੇ ਇਹ ਤੇ ਇੱਕ ਸਕਿੰਟ ਦੇ ਵਿੱਚ ਨਾਲ ਹੀ ਵਿਕ ਜਾਂਦੇ ਸਨ ਉਹ ਫਿਰ ਉਹਦਾਂ ਵੀ ਸਿਆਣੇ ਸਨ ਅਸਲ ਦੇ ਵਿੱਚ ਜਦੋਂ ਤੁਸੀਂ ਬਾਬਾ ਜਰਨੈਲ ਸਿੰਘ ਨੂੰ ਇੱਧਰ ਕਰ ਲੈਂਦੇ ਜੇ ਨਾ ਹਾਂਜੀ ਜਦੋਂ ਉਹ ਦਰਬਾਰ ਤੇ ਆ ਗਿਆ ਉਹਨੂੰ ਕੱਢ ਦਿਓ ਦੋ ਬਾਰ ਉਹ ਉਹਦਾ ਇਲਾਕਾ ਖਤਮ ਹੋ ਗਿਆ ਪਿੱਛੇ ਤੇ ਪਿੱਛੇ ਰਹਿ ਕੱਖ ਨਹੀਂ ਜਾਂਦਾ ਪਛੇ 22 ਸਾਲ ਝੂਠ ਬੋਲਣ ਵਾਲੇ ਨਾਲ ਕੇ ਪੀ ਐਸ ਗਿੱਲ ਨੂੰ ਸਰੂਪੇ ਦੇਣ ਵਾਲੇ ਇਹਨਾਂ ਦੇ ਮਗਰ ਬੈਠੇ ਸਨ ਜੱਡੇ ਸਾਰੇ ਆਵੈਦਿਆ ਮਾਰਤੰਡ ਵਾਲੇ ਮਗਰ ਬੈਠੇ ਸਨ ਜਿਨ੍ਹਾਂ ਦੀਆਂ ਤੁਸੀਂ ਕਥਾ ਕਹਾਣੀਆਂ ਪੜ੍ਹਦੇ ਜੀ ਆ ਸੀ ਮਗਰ ਬਾਬਾ ਜਰਨੈਲ ਸਿੰਘ ਉਹ ਹੋ ਗਿਆ ਕੌਮ ਦਾ ਸ਼ਹੀਦ ਹੋ ਗਿਆ ਹਾਂਜੀ ਕਿਉਂਕਿ ਸੰਸਤਾ ਦੇ ਕਿਸੇ ਨੂੰ ਸ਼ਹੀਦ ਸੈਕਸ਼ਨ ਦੇ ਸ਼ਹੀਦ ਨੂੰ ਤੇ ਕੌਮ ਨਹੀਂ ਮੰਨਦੀ ਨਾ ਕੌਮ ਤੇ ਕੌਮ ਦੇ ਸ਼ਹੀਦ ਨੂੰ ਮੰਨਦੀ ਉਹ ਤੇ ਹੋ ਗਿਆ ਕੌਮ ਦਾ ਸ਼ਹੀਦ ਜਿਹੜੇ ਇਹ ਸਨ ਗੁੰਡਾ ਬਰਗੇਡ ਸੀ ਸਾਰੀ ਇਹ ਉਹ ਲੋਕ ਸਨ ਜਿਨ੍ਹਾਂ ਨੇ ਜਿਨ੍ਹਾਂ ਨੂੰ ਪੁਲਿਸ ਨੇ ਵਰਤਿਆ ਬੜੇ ਤਰੀਕੇ ਨਾਲ ਵਰਤਿਆ ਇਹ ਉਹ ਲੋਕ ਸਨ ਜਿਹੜੇ ਮਾਰਕਿੰਗ ਕਰਾਉਂਦੇ ਸਨ ਦੁਜੇ ਜਿਹਾਰੂਆਂ ਦੀ ਜਿਨ੍ਹਾਂ ਦੇ ਅੰਦਰ ਕੁਝ ਹੈ ਸੀ ਕੁਝ ਕਰਨਾ ਚਾਹੁੰਦੇ ਸਨ ਬਲੈਕ ਕੈਟ ਇਹ ਬਲੈਕ ਕੈਟ ਕਿਸਮ ਦੇ ਲੋਕ ਸਨ ਉਹੋ ਕੰਮ ਇੱਥੇ ਕਰ ਰਹੇ ਨੇ ਪੱਗ ਦੀ ਗੱਲ ਤੁਸੀਂ ਬੜੀ ਸੋਹਣੀ ਨੁਕਤਾ ਛੇੜਿਆ ਸੀ ਪੱਗ ਦਾ ਕੇਸ ਉਹ ਸਿੰਘ ਨੇ ਠਾਇਆ ਦਿੱਲੀ ਦੇ ਵਿੱਚ ਹਾਂਜੀ ਪੂਰੀ ਨੇ ਜਗਦੀਪ ਸਿੰਘ ਜਗਦੀਪ ਸਿੰਘ ਪੂਰੀ ਨੇ ਉਹਦਾ ਕਾਰਨ ਜੱਜ ਨੇ ਸਵਾਲ ਕੀਤਾ ਕਿ ਕੀ ਲੋੜ ਹੈ ਭਾਈ ਤੁਹਾਨੂੰ ਪੱਗ ਬੰਨ ਦੀ ਮਿਰਖਾ ਸਿੰਘ ਤੇ ਬੰਦਾ ਨਹੀਂ ਸੀ ਨਹੀਂ ਉਹ ਕਹਿੰਦਾ ਮੰਡੀਟਰੀ ਹੈ ਜਰੂਰੀ ਹੈ ਜਰੂਰੀ ਹੈ ਕੀ ਹੁਣ ਜੱਜ ਜੇ ਉੱਥੇ ਅੱਜ ਜੱਜ ਦੇ ਹਾਲਾਤ ਅੱਜ ਵੇਖੇ ਨਾ ਜੱਜ ਦੇ ਅੱਜ ਦੇ ਹਾਲਾਤਾਂ ਨੂੰ ਜੱਜ ਤੂਦ ਕੋਲ ਪੁਆਇੰਟ ਇੱਕ ਹੋਰ ਹੈਗਾ ਜਿਵੇਂ ਉਹਨੇ ਰੈਫਰੈਂਸ ਦਿੱਤੀ ਨਾ ਮਿਲਖਾ ਸਿੰਘ ਤੇ ਬੰਦ ਨਹੀਂ ਤੇ ਜੇ ਅੱਜ ਦੇ ਹਾਲਾਤਾਂ ਲਜਾਜ ਵੇਖੇ ਨਾ ਤੂੰ ਇਹ ਗੱਲ ਇਹ ਵੀ ਕਰ ਸਕਦਾ ਹੈ ਵੀ ਤੁਸੀਂ ਬੰਨ ਕੇ ਵੀ ਕੀ ਕਰਨੀ ਹੈ ਤੁਹਾਡੇ ਆਪਣੇ ਤੇ ਲਾ ਦਿੰਦੇ ਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਕਹਿੰਦੇ ਜੇ ਜੋ ਹੈ ਨਹੀਂ ਉਹੋ ਹੀ ਤੇ ਲਾ ਦਿੰਦੇ ਨੇ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਤੇ ਪੱਗ ਲੱਤ ਜਾਂਦੀ ਹੈ ਤੇ ਤੁਸੀਂ ਸਾਈਕਲ ਤੇ ਉੱਤੇ ਪੱਗ ਬੰਨ ਕੇ ਚਲਾਉਣਾ ਹੈ ਜਿੱਥੇ ਤੁਸੀਂ ਸੇਫਟੀ ਵਾਸਤੇ ਹੈਲਮਟ ਪਾ ਸਕਦੇ ਉੱਥੇ ਤੁਸੀਂ ਪੱਗ ਬਣਾਉਣਾ ਚਾਹੁੰਦੇ ਜੀ ਤੇ ਜਿੱਥੇ ਗੁਰਦਾਰੇ ਤੁਸੀਂ ਪੱਗ ਬੰਨ ਕੇ ਜਾਣੀ ਹੈ ਉਥੇ ਆਉਣ ਵਾਲੇ ਸਮੇਂ ਦੇ ਵਿੱਚ ਮੱਲੀ ਉਹਨਾਂ ਦੀ ਮਿਹਰਬਾਨੀ ਨਾਲ ਬੋਰੀ ਵਾਲੇ ਬਾਬੇ ਦੀ ਮਿਹਰਬਾਨੀ ਨਾਲ ਆਉਣ ਵਾਲੇ ਸਮੇਂ ਤੁਹਾਨੂੰ ਹੈਲਮਟ ਪਾ ਕੇ ਜਾਣਾ ਪਿਆ ਕਰਨਾ ਕਿਉਂਕਿ ਉਥੇ ਜਾ ਕੇ ਫਿਰ ਜੰਗ ਲੜਨੀ ਹੈ ਤੇ ਫਿਰ ਹੈਲਮਟ ਤੇ ਪੋਣੇ ਪਹਿਣੇ ਆ ਨਾ ਇਹਨਾਂ ਬਸ਼ਰਮਾ ਦੀ ਮਿਹਰਬਾਨੀ ਹੈ ਕਿ ਜਿਹੜੇ ਆ ਪੱਗ ਦੇ ਮਸਲੇ ਆ ਨਾ ਪਛਾਲੇ ਗਏ ਇਹ ਸਾਰਾ ਲਿੰਕਡ ਹੈ ਆ एवरीथिंग ਇੰਟਰਲਿੰਕਡ ਜੀ ਇਹ ਕਿਉਂਕਿ ਗਵਰਨਮੈਂਟ ਦਾ ਕੰਮ ਕਰ ਰਹੇ ਨੇ ਲੋਕ ਜੇ ਪੱਗ ਦਾ ਉਧਰੋਂ ਮਸਲਾ ਉੱਠੇਗਾ ਤੇ ਪੱਗ ਲਾ ਦੇਣਗੇ ਦਸਵੇਂ ਕਿ ਵੀ ਪੱਗ ਦੀ ਕੋਈ ਇੰਪੋਰਟੈਂਸ ਨਹੀਂ ਸਾਨੂੰ 20 ਤੁਹਾਡੇ ਮਤ ਭੇਜ ਦੋਣ ਅਸੀਂ ਇਦਾਂ ਨਾਰਮਲੀ ਬੋਲਦੇ ਨਹੀਂ ਪਰ ਇਹ ਲੋਕ ਜਿਹੜੇ ਨੇ ਨਾ ਇਹ ਜੋ ਇਥੋਂ ਦਾ ਇੰਗਲੈਂਡ ਦਾ ਜਿੰਨੀ ਆ ਗੰਦਗੀ ਹੈ ਇਹ ਲੋਕ ਸਾਨੂੰ ਬੋਲਣ ਤੇ ਮਜਬੂਰ ਕਰਦੇ ਨੇ ਨਹੀਂ ਕਈ ਵਾਰ ਆਪਾਂ ਕਹਿੰਨਾ ਚੱਲ ਯਾਰ ਕੀ ਹੁਣ ਇੱਕ ਉਹ ਅਮਰੀਕ ਫੈਡਰੇਸ਼ਨ ਵਾਲੇ ਨਾਲ ਜਿਹੜਾ ਖੜਾ ਸਾਈਕਲ ਚੋਰ ਕਿ ਉਹਦਾ ਉਹਦਾ ਕੇਸ ਵੀ ਉਥੇ ਸਾਈਕਲ ਚੋਰੀਸ਼ पे ਆ ਹੁਣ ਦੱਸੋ ਹਾਂ ਨਹੀਂ ਚਲੋ ਐਸੇ ਕਈ ਨੇ ਮੈਂ ਇਹ ਨਹੀਂ ਕਰਿਆ ਪਿਕਨਿਕ ਨੇ ਕੀ ਕੀਤਾ ਮੈਂ ਕਹਿਣਾ ਵੀ ਜੇ ਇਹਨਾਂ ਦੇ ਪੱਲੇ ਕੱਖ ਹੁੰਦਾ ਜ ਇਹਨਾਂ ਲੋਕਾਂ ਦੇ ਇਹਨਾਂ ਤੋਂ ਵਿਚਾਰ ਤੇ ਹੁੰਦੀ ਬਿਲਕੁਲ ਇਹਨਾਂ ਦੇ ਕੋਲ ਤੇ ਵਿਚਾਰ ਹੀ ਨਹੀਂ ਇਹ ਤੇ ਦੇ ਡੋਨਟ ਹੈਵ ਥਾਟ ਐਟ 올 ਵੀ ਸਿੱਖੀ ਥਾਟ ਕੀ ਹੈ ਜੇ ਇਹਨਾਂ ਦੇ ਪੱਲੇ ਕੱਖ ਹੁੰਦਾ ਜੇ ਵਾਕਏ ਇਹਨਾਂ ਨੇ ਮੂਵਮੈਂਟ ਦੇ ਵਿੱਚ ਕੁਝ ਸਮਝਿਆ ਹੁੰਦਾ ਵੀ ਸਿੱਖ ਕੌਮ ਐ ਤੇ ਕੌਮ ਵੱਖਰੀ ਕਿਵੇਂ ਹ ਹੁਣ ਇਹਨਾਂ ਦਾ ਇੱਕ ਬਸ਼ਰਮਜਾ ਟਾਡੀ ਜਿਹੜਾ ਪਰਮਜੀਤ ਪਰਮਜੀਤ ਹਾਂਜੀ ਜਿਹੜਾ ਬਾਦਲ ਦੇ ਨਾਲ ਖੜਾ ਹੈ ਉਹ ਬਸ਼ਰਮੋ ਤੁਸੀਂ ਬਾਨਾ ਬਾਦਲ ਦੇ ਬੱਚੇ ਜਿਹੜਾ ਬਾਹਾਂ ਖੜੀਆਂ ਕਰਕੇ ਬਾਹਰ ਆਉਣ ਵਾਲਾ ਹੋਵੇ ਉਹਦੇ ਕਾਕੇ ਦੇ ਲਾਗੇ ਖਿੱਚ ਕੇ ਫੋਟੋ ਲਵਾਉਣ ਚ ਤੁਹਾਨੂੰ ਮਾਣ ਮਹਿਸੂਸ ਹੋ ਰਿਹਾ ਵਾ ਇਸ ਪਰਮਜੀਤ ਢਾਡੀ ਨੂੰ ਤੇ ਰਗਵੀਰ ਸਿੰਘ ਕੀ ਉਹਦਾ ਰਗਵੀਰ ਸਿੰਘ ਹੀ ਹੈ ਜਿਹੜਾ ਚੈਨਲ ਤੇ ਆਉਂਦਾ ਹੁੰਦਾ ਬਹੁਤਾ ਪਾਰਾ ਜਾਂਦਾ ਤੇ ਜਦੋਂ ਗੱਲ ਇਧਰੋਂ ਸ਼ੁਰੂ ਕਰਦਾ ਵਾ ਤਾਂ ਲੈ ਜਾਂਦਾ ਉੱਪਰਲੇ ਬੰਨੇ ਨੂੰ ਹਾਂਜੀ ਹਾਂਜੀ ਉਹੀ ਉਹੀ ਸਾਰੇ ਤੇ ਵਿਚਾਰਕ ਨੇ ਨਾ ਆਏ ਸਾਰੇ ਤੇ ਸਾਰੇ ਹੀ ਤੇ ਸਕਾਲਰ ਆ ਇਥੋਂ ਉਹਨੇ ਗੱਲ ਸ਼ੁਰੂ ਚ ਕਰਨੀ ਉੱਤਰ ਤੋਂ ਤੇ ਤੁਰਪੈਦਾ ਦਖਣ ਵਾਲ ਨੂੰ ਅਕਬੀਰ ਸਿੰਘ ਤੇ ਤੁਹਾਡਾ ਜਿਹੜਾ ਪਰਮਜੀਤ ਸਿੰਘ ਢਾਡੀਆਂ ਦੇ ਜਿਹੜਾ ਗਾਂ ਵਧ ਵਧ ਕੇ ਆਉਂਦਾ ਹੈ ਉਹ ਬੇਸ਼ਰਮਾ ਅਕਲ ਨੂੰ ਹੱਥ ਮਾਰਾ ਤੂੰ ਬਾਦਲ ਦਾ ਬੱਚਾ ਬਾਦਲ ਦਾ ਗੁੰਡਾ ਤੂੰ ਪ੍ਰਚਾਰਕਾਂ ਨੂੰ ਗੁਰਮਤ ਸਿਖਾਏਗਾ ਓਏ ਕੀ ਤੇਰੀ ਅਕਾਤ ਹੈ ਕਰ ਫੋਨ ਇੱਥੇ ਤਨ ਕਰੀਏ ਗੱਲ ਤੈਨੂੰ ਪੁੱਛੀ ਆ ਵੀ ਕਿਹੜੀ ਤੈਨੂੰ ਗੁਰਮਤ ਆਉਂਦੀ ਖੁੱਲੇ ਆ ਨੰਬਰ ਫੋਨ ਕਰ ਪਹਿਲਾਂ ਵੀ ਸੱਦਾ ਦਿੱਤਾ ਏ ਤੁਹਾਨੂੰ ਵੇਖਾਂ ਮੈਂ ਤੈਨੂੰ ਕਿਹੜੀ ਗੁਰਮਤ ਆਉਂਦੀ ਤੈਨੂੰ ਕਿੱਥੋਂ ਆਮਦ ਹੁੰਦੀ ਹੈ ਗੁਰਮਤ ਤੁਹਾਨੂੰ ਬੰਦਾ ਨਹੀਂ ਟੱਕਰਿਆ ਕੋਈ ਲੱਗਦਾ ਅਗਲੇ ਮਨੇ ਅਕਲ ਕਰ ਤੁਸੀਂ ਪੋਲੀਟੀਸ਼ੀਨਾਂ ਦੇ ਗੁੰਡੇ ਜੇ ਬਾਦਲ ਵਰਗਿਆਂ ਦੇ ਤੁਸੀਂ ਗੁੰਡੇ ਜੇ ਉਹਨਾਂ ਦਾ ਤੁਸੀਂ ਜਾ ਕੇ ਥੁੱਕ ਚਟਦੇ ਜੇ ਤੇ ਤੁਸੀਂ ਦੱਸਣ ਦਾ ਜੇ ਲੋਕਾਂ ਨੂੰ ਵੀ ਕਿਵੇਂ ਗੁਰਮਤਿ ਦੀ ਗੱਲ ਜੀ ਹਜ਼ਾਰਾਂ ਸਾਲ ਸਾਡੀਆਂ ਪ੍ਰਾਣੀਆਂ ਪਰੰਪਰਾਵ ਬਿਸ਼ਰਮਾ ਕਿਹੜੀ ਹਜ਼ਾਰ ਸਾਲ ਪੁਰਾਣੀ ਤੇਰੀ ਪਰੰਪਰਾ ਹੋਏ ਰੇਡੀਓ ਤੇ ਬੋਲਣ ਡਿਆ ਹਾਂਜੀ ਹਜ਼ਾਰਾਂ ਸਾਲ ਪੁਰਾਣਾ ਪਤਾ ਨਹੀਂ ਰੇਡੀਓ ਕਿ ਟੈਲੀਵਿਜ਼ਨ ਦਾ ਹੈ ਮੇਰੇ ਕੋਲ ਪਈ ਰਿਕਾਰਡਿੰਗ ਮੈਂ ਰੱਖਦਾ ਨਾ ਸਾਰੀਆਂ ਸਾਹਮਣੇ ਇਹਨਾਂ ਦੀਆਂ ਅਸੀਂ ਇਹਨੂੰ ਬੇਨਤੀ ਕਰਨ ਗਏ ਸੀ ਸਿੱਖਾਂ ਦੇ ਵਿੱਚ ਤੁਸੀਂ ਕਿਉਂ ਕਿ ਅੱਜ ਤੋਂ ਹਜ਼ਾਰਾਂ ਸਾਲ ਹੋ ਗਿਆ ਸਾਡੇ ਲੋਕਾਂ ਨੂੰ ਗੁਰੂ ਸਾਹਿਬ ਨਾਲ ਜੁੜਿਆ ਨੂੰ ਹਜ਼ਾਰਾਂ ਸਾਲ ਹੋ ਗਿਆ ਸਾਡੇ ਲੋਕਾਂ ਨੂੰ ਗੁਰੂ ਸਾਹਿਬ ਨਾਲ ਜੁੜਿਆ ਨੂੰ ਹਜ਼ਾਰਾਂ ਸਾਲ ਹੋ ਗਿਆ ਸਾਡੇ ਲੋਕਾਂ ਨੂੰ ਗੁਰੂ ਸਾਹਿਬ ਨਾਲ ਜੁੜਿਆ ਨੂੰ ਹਾਂਜੀ ਤੇ ਇਹ ਬੰਦੇ ਸਾਨੂੰ ਸਿੱਖੀ ਤੋਂ ਤੋੜ ਰਹੇ ਆ ਸਿੱਖੀ ਨਾਲ ਜੋੜ ਨਹੀਂ ਇਹ ਕਹਿੰਦਾ ਮੈਂ ਪ੍ਰਚਾਰ ਕਰਦਾ ਮੈਨੂੰ 20 30 35 ਸਾਲ ਹੋ ਗਿਆ ਧੱਡ ਵਜਾਉਂਦੇ ਨੂੰ ਹਜ਼ਾਰਾਂ ਸਾਲ ਪੁਰਾਣੀਆਂ ਸਾਡੀਆਂ ਪੰਪਰਾ ਕਿਵੇਂ ਤੋੜ ਦੇਣਗੇ ਸਿੱਖ ਧਰਮ ਕਦੋਂ ਸ਼ੁਰੂ ਹੋਇਆ ਸੀ ਭਲਾ ਯਾਨੀ ਉਹ ਬਿਲਕੁਲ ਠੀਕ ਕਹਿ ਰਿਹਾ ਹੈ। ਨਾ ਉਹ ਠੀਕ ਆ। ਹਜ਼ਾਰਾਂ ਸਾਲ ਦੀਆਂ ਪ੍ਰਾਣੀਆਂ। ਹਾਂ। ਉਹ ਵਿਪਰ ਦੀਆਂ ਪਰੰਪਰਾਵਾਂ ਹਜ਼ਾਰਾਂ ਸਾਲ ਹੀ ਪੁਰਾਣੀਆਂ ਨੇ। ਪਰ ਮੈਂ ਇਹਨੂੰ ਪੁੱਛ ਰਿਹਾ ਵੀ ਇਹ ਤੇਰੀ ਹਜ਼ਾਰਾਂ ਸਾਲ ਪਰੰਪਰਾ ਜਿਹੜੀ ਤੈਨੂੰ ਜਿਹੜੀ ਇੰਨਾ ਏਕ ਜਾਗ ਪਿਆ ਇਹ ਦਸਵੀਂ ਪਲਾਸ ਸਿੱਖੀ ਦੀ ਬੁਨਿਆਦ ਕਿਤੋਂ ਆਈ ਸੀ? ਕਦੋਂ ਬੁਨਿਆਦ ਰੱਖੀ? ਚੱਲ ਸਿੱਖੀ ਦੀ ਬੁਨਿਆਦ ਨੂੰ ਛੱਡ। ਗੁਰੂ ਗੁਰੂ ਲਹਿਰ ਨੂੰ ਛੱਡ। ਭਗਤੀ ਲਹਿਰ ਤੇ ਆ ਜਾ। ਭਗਤੀ ਲਹਿਰ ਕਿਹੜੇ ਯੁੱਗ 'ਚ ਸ਼ੁਰੂ ਹੋਈ ਸੀ? ਜਿਹਦਾ ਇਹਦਾ ਨੰਬਰ ਕਿਸੇ ਕੋਲ ਹੋਵੇਗਾ ਤਾਂ ਮੈਨੂੰ ਫੇਸਬੁੱਕ ਤੇ ਭੇਜੋ ਇਹਨੂੰ ਇਨੂੰ ਹਜ਼ਾਰਾਂ ਸਾਲ ਪੁਰਾਣੀਆਂ ਪਰੰਪਰਾਵਾਂ ਤੇ ਪੁੱਛੀਏ ਵੀ ਕਿਹੜੀਆਂ ਪਰੰਪਰਾਵਾਂ ਨੇ ਜਿਹੜੀਆਂ ਹਜ਼ਾਰਾਂ ਸਾਲ ਪੁਰਾਣੀਆਂ ਤੈਨੂੰ ਲੱਗਦੀਆਂ ਨੇ ਇਹ ਟਾਢੀ ਆ ਜੀ ਟਾਢੀ ਕਾਹਦਾ ਫਿਰ ਰਾਮ ਰੌਲਾ ਪਾਉਣ ਵਾਲਾ ਹੀ ਐ ਜਿੱਦਾਂ ਉਹ ਉਹ ਆਪਣਾ ਇਹਨਾਂ ਦਾ ਇੱਕ ਯਹੂਦੀਆਂ ਦਾ ਇਹਨਾਂ ਦਾ ਯਹੂਦੀਆਂ ਦਾ ਨਹੀਂ ਉਹ ਆਪਣਾ 크ਿਸਚੀਅਨਾਂ ਦਾ ਇੱਕ ਨਵਾਂ ਹੀ ਉਹ ਮੁੰਡਾ ਜਾਂ ਉੱਠਿਆ ਵਾ ਉਹ ਉਹਦੀਆਂ ਵੀ ਗੱਲਾਂ ਸੁਣਨੀ ਵਾਲੀ ਦਾ ਬੜਾ ਸੰਗ ਪਾੜਦਾ ਉਹ ਇਦਾਂ ਦਾ ਸੰਗ ਪਾੜੇ ਹੋਣਾ ਇਹਦੀ ਕਿਤੇ YouTube ਤੇ ਪਈ ਹੋਈ ਤੇ ਚੈੱਕ ਕਰਾਂਗੇ ਭਲਾ ਕੀ ਕਮਲ ਕੁੱਟਦਾ ਏ ਪਰ ਜਿਹੜੀਆਂ ਦੀਆਂ ਗੱਲਾਂ ਨੇ ਉਹ ਤੋਂ ਤਾਂ ਮੈਂ ਹੈਰਾਨ ਹੋ ਗਿਆ ਬਈ ਹਜ਼ਾਰਾਂ ਸਾਲ ਪੁਰਾਣੀਆਂ ਪਰੰਪਰਾਵਾਂ ਤੁਹਾਡੀਆਂ ਅੱਛਾ ਵਾਹ ਬੜਾ ਕੁਝ ਸਿੱਖਿਆ ਮੈਂ ਬਾਦਲ ਤੋਂ ਤੂੰ ਇੱਕ ਆ ਰਗਬੀਰ ਸਿੰਘ ਜੀ ਸੰਧੇ ਉੱਥੇ ਖੜਾ ਸੀ ਜਦੋਂ ਜਿਹੜੀ ਆਪਾਂ ਆਡੀਓ ਚਲਾਉਣੀ ਉਹ ਅੱਗੇ ਜਾ ਕੇ ਕੀ ਗੱਲ ਛੜਦਾ ਤਾਂ ਬਾਦਲ ਨੇ ਆਪਣੀ ਤੁਹਾਨੂੰ ਜਾ ਜਫੀ ਦੇ ਵਿੱਚੋਂ ਬੜਾ ਮਾਣ ਮਹਿਸੂਸ ਕਰ ਰਿਹਾ ਸੀ ਜਫੀਆਂ ਪਾ ਕੇ ਤੁਸੀਂ ਬਾਦਲ ਨੂੰ ਫੋਟੋਆਂ ਜਿਹੜੀਆਂ ਤੁਹਾਡੀਆਂ ਸੀ ਲਾਈਆਂ ਸੀ ਆਖਿਆ ਤੁਹਾਡੇ ਤੇ ਸਾਡੀ ਧਿਆਨ ਚ ਰਹੋ ਥੋੜਾ ਜਿਹਾ ਹੁਣ ਆਂਦੇ ਜੇ ਕਸ਼ਹਿਰਾ ਪਹੁੰਚ ਕਤਾਈ ਹੋ ਗਈ ਤੇ ਪੰਜ ਸਿੰਘਾਂ ਤੋਂ ਅਰਦਾਸ ਕਰਾਏ ਪੰਜ ਜਵਜੀ ਸਾਹਿਬ ਦੇ ਪਾਠ ਕਰੇ ਪੰਨਾ 26 ਬੇੜਾ ਬਹਿ ਜਾ ਤੁਹਾਡਾ ਕਿ ਸ਼ਹਿਰਾ ਨਾ ਪਾਉਂਦਿਓ ਸਿੰਘਾ ਨੂੰ ਤੁਸੀਂ ਹੈ ਤਾਈਓ ਇੱਕ ਪੈਰ ਇੱਕ ਪੈਰ ਚ ਪਾ ਕੇ ਦੂਜੇ ਪੈਰ ਤੇ ਭੁੜਕਦੇ ਰਹਿੰਦੇ ਨੇ ਕਿਹੜੇ ਵੇਲੇ ਪਤਾ ਨਹੀਂ ਜੇ ਕਿਤੇ ਮੜਾ ਜਾਵੇ ਕਿ ਇੱਕ ਬੰਨਾ ਨਿਕਲ ਗਿਆ ਥੱਲੇ ਦਾ ਬੇੜਾ ਬਹਿ ਜਾਣਾ ਸਾਰਾ ਕੁਝ ਹੀ ਭੰਗ ਹੋ ਜਾਣਾ ਇਹ ਕਿਹੜਾ ਅਮਰਤ ਆ ਜਿਹੜਾ ਕਿ ਸ਼ਹਿਰੇ ਨਾਲ ਇਡੀ ਛਤੀ ਭੰਗ ਹੋ ਜਾਂਦਾ ਲਾਹਣ ਪਹੁੰਚੀ ਕਿ ਸ਼ਹਿਰਾ ਲਾਹਣ ਪਹੁੰਚੀ ਅਮਰਤ ਭੰਗ ਹੋ ਜਾਂਦਾ ਤੁਹਾਡਾ ਵਾਹ ਮੰਨ ਗਏ ਤੁਹਾਡੇ ਐਸੇ ਅਮਰਤ ਨੂੰ ਜਿਹੜਾ ਕਿ ਸ਼ਹਿਰਾ ਲਾਹਣ ਪਹੁੰਚ ਭੰਗ ਹੁੰਦਾ ਗੁਰੂ ਦਾ ਅਮਰਤ ਨਹੀਂ ਭੰਗ ਹੁੰਦਾ ਨਾ ਨੈਵਰ ਗੁਰੂ ਦਾ ਅਮਰਤ ਅਦੇਸ ਜਿਹੜੀਆਂ ਨਾ ਸਿਰੀਆਂ ਫਿਆਂ ਵੀ ਪੰਗ ਨਹੀਂ ਹੁੰਦਾ ਪਰ ਤੁਹਾਡੇ ਵਾਲਾ ਕਸ਼ੇਰੀ ਜੀ ਬੰਗ ਹੋ ਜਾਂਦਾ ਤਾਂ ਨੇ ਤੁਹਾਡੇ ਉਸ ਬਾਬੇ ਦਾ ਅਮਰਤ ਗੁਰਬਾਣੀ ਪਾਠ ਦਰਸ਼ਨ ਵਾਲੇ ਦਾ ਜਿਹਨੂੰ ਤੁਸੀਂ ਛੱਕਦੇ ਜੀ ਚੰਡੀ ਦੀ ਵਾਰ ਪੜਿਆ ਕਰੋ ਤਗੜੇ ਹੋਗੇ ਤੁਹਾਨੂੰ ਮੈਖਾਸੁਰ ਤੋਂ ਵੱਲ ਵੇਖ ਕੇ ਥੋੜੀ ਅਕਲ ਆਵੇ ਜਿਹਦੇ ਚ ਦ੍ਰਿੜਤਾ ਤੇ ਹੈ ਨਾ ਅਗਲੇ ਬੰਨੇ ਪਰ ਤੁਸੀਂ ਚੰਡੀ ਨੂੰ ਪੈਦਾ ਚੰਡੀ ਨੂੰ ਮਹੱਤਤਾ ਦੇ ਦਿੱਤੀ ਤੇ ਮੈਖਾਸੁਰ ਨੂੰ ਕਦੇ ਸੁਣੋ ਪੜੋ ਮੈਖਾਸੁਰ ਬਾਰੇ ਪੜੋ ਸ਼ੂਦ ਕਰਤਾਵਾਂ ਦੀਆਂ ਪੁਸਤਕਾਂ ਤੁਹਾਨੂੰ ਪਤਾ ਲੱਗੇ ਮੈਖਾਸੁਰ ਕੌਣ ਹੈ ਅੱਛਾ ਜੀ ਕਿਰਪਾਨ ਦੀ ਤੂ ਦੀਪ ਆਦਿਕ ਨਾਲ ਅਦਵ ਪੂਜਾ ਕਰੋ ਕੀ ਹੋਇਆ ਲੋਹਾ ਪੂਜੋ ਤਗੜੇ ਹੋ ਗਿਆਂਦੇ ਮਤਲਬ ਲੋਹੇ ਦੇ ਸਰੀਏ ਇਹਨਾਂ ਦਾ ਬੇੜਾ ਬਹਿ ਜੇ ਲੋਹੇ ਦੇ ਸਰੀਏ ਬਸ ਆਂਦੇ ਵੀ ਸਿੰਘਾਂ ਨੇ ਇੱਕ ਵਾਰ ਕੰਗਾ ਨਹੀਂ ਕੀਤਾ ਆ ਗੱਲ ਸੁਣਨ ਵਾਲੀ ਜੇ ਮੈਂ ਜਿਹੜੇ ਨੋਟ ਬਣਾਏ ਨੇ ਨਾ ਉੱਤੇ ਵੀ ਲਿਖਿਆ ਹਾਸੋ ਹੀ ਨਹੀਂ ਆ ਗੱਲਾਂ ਆਂਦੇ ਸਿੰਘਾਂ ਨੇ ਇੱਕ ਵਾਰ ਕੰਗਾ ਨਹੀਂ ਕੀਤਾ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਸ਼ਿਕਾਰ ਖੇਡਣ ਗਏ ਸੀ ਜਿਉਂ ਉਹਨਾਂ ਨੂੰ ਸ਼ਿਕਾਰ ਨਹੀਂ ਮਿਲਿਆ ਪੰਨਾ 64 ਵੇਬਾ ਬਹਿ ਜੇ ਤੁਹਾਡਾ ਵੀ ਸਿਰ ਚ ਗੰਗਾ ਨਹੀਂ ਕੀਤਾ ਤੇ ਉਧਰ ਸ਼ਿਕਾਰ ਨਹੀਂ ਮਿਲਿਆ ਚੰਗਾ ਕੰਬੀਨੇਸ਼ਨ ਕੀਤਾ ਜੇ ਮਾਨਸਿਕ ਰੋਗੀ ਨੇ ਇੱਕ ਰਿਖੀ ਨੇ ਇੱਜ਼ਤ ਬਚਾਉਣ ਖਾਤਰ ਮੰਤਰ ਪੜਿਆ ਤੇ ਚਫੇਰੇ ਲੋਹੇ ਦੀ ਕੰਧ ਉੱਤਰ ਗਈ ਅੱਛਾ ਵਾ ਬੱਲੇ 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 ਰਿਖੀ ਨੇ ਤੇ ਅਮਰਤ ਪੜ ਲਿਆ ਤੇ ਚਫੇਰੇ ਲੋਹੇ ਦੀ ਕੰਧ ਉੱਭਰ ਗਈ ਉਹ ਇਹ ਤੁਹਾਡੇ ਬਾਬੇ ਨੇ ਇਹ ਨੁਕਤਾ ਚਮਕੌਰ ਦੀ ਗੜੀ ਦੇ ਵਿੱਚ ਨਹੀਂ ਦਿੱਤਾ ਜਾ ਕੇ ਵੀ ਗੁਰੂ ਵਰਗਾ ਦਾ ਮੰਤਰ ਮੂਲ ਮੰਤਰ ਜਿਹਨੂੰ ਤੁਸੀਂ ਕਹਿੰਦੇ ਜੇ ਹੈ ਕਿਤੇ ਨਹੀਂ ਸੀ ਦੁਨੀਆਂ ਦੇ ਧਰਮਾਂ ਵਿੱਚ ਇਹ ਸਭ ਤੋਂ ਵੱਡੀ ਕ੍ਰਾਂਤੀ ਸੀ ਹਜ਼ਾਰਾਂ ਧਰਮ ਸੀ ਦੁਨੀਆ ਦੇ ਵਿੱਚ ਹਜ਼ਾਰਾਂ ਧਰਮਾਂ ਨੂੰ ਰੱਦ ਕਰਕੇ ਧਰਮ ਪੈਦਾ ਹੋਇਆ ਸੀ ਧਰਮ ਤੇ ਕੀ ਹੁੰਦਾ ਹੈ ਦੁਨੀਆ ਦੇ ਧਰਮਾਂ ਵਿੱਚ ਕ੍ਰਾਂਤੀ ਸੀ ਜਿਹੜਾ ਤੁਹਾਡਾ ਮੰਤਰ ਸੀ ਜਿਹਨੂੰ ਮੰਗਲ ਕਹਿੰਦੇ ਜੀ ਤੁਸੀਂ ਤੇ ਚਮਕੌਰ ਦੀ ਗੜੀ ਹੀ ਜਿਹੜੀ ਹੈ ਉਹਨੂੰ ਹੀ ਲੋਹੇ ਨਾਲ ਕਵਰ ਕਰ ਦਿੰਦੇ ਬਾਹਰ ਜਿਹੜੀ ਫੌਜ ਖੜੀ ਸੀ ਉਹਦੇ ਨਾਲ ਯੰਗ ਲੜਨ ਦੀ ਲੋੜ ਨਾ ਪੈਂਦੀ ਇਹ ਰਿਸ਼ੀ ਕੌਣ ਸੀ ਨਾਲੇ ਤੁਹਾਡਾ ਕੋਈ ਇਹਦੇ ਬਾਰੇ ਵੀ ਦੱਸ ਦਿਓ ਮਾੜਾ ਜੀ ਕੌਣ ਹੈ ਰਿਸ਼ੀ ਇੱਕ ਇਹ ਕਦੇ ਟੀਵੀ ਡੀਲ ਤੋਂ ਤੇ ਨਹੀਂ ਗਿਆ ਕੋਈ ਰਿਸ਼ੀ ਨਾ ਕਿਹੜੇ ਕਾਲ ਵਿੱਚ ਸੀਗਾ ਕਾਲਕੂਨ ਨੇ ਦੱਸ ਦੇ ਹੁੰਦੇ ਇਹਨਾਂ ਦੀ ਰੈਫਰੈਂਸ ਬਸ ਇਦਾਂ ਰਿਸ਼ੀ ਇੱਕ ਰਿਸ਼ੀ ਜਦੋਂ ਉਹ ਇਹਨਾਂ ਦਾ ਇੱਕ ਹੋਰ ਹੈਗਾ ਪ੍ਰਚਾਰਕ ਉਹ ਪਟਿਆਲੇ ਵਾਲਾ ਕੱਪੀ ਮੈਂ ਭੇੜਾ ਬਹਿ ਜੇ ਉਹਦਾ ਕੀ ਉਹਦਾ ਨਾਮ ਠਾਕਰ ਸਿੰਘ ਠਾਕਰ ਸੋਂ ਪਟਿਆਲੇ ਵਾਲਾ ਉਹ ਤੇ ਕਿਆ ਹੀ ਬਾਤ ਆ ਜਦੋਂ ਕਦੇ ਹਸਣਾ ਹੁਸਣਾ ਹੋਵੇ ਨਾ ਉਹਨੂੰ ਲਾ ਲੋ ਤੇ ਸਦਾ ਜ਼ਬਰਗਾਂ ਤੋਂ ਸੰਤਰੇ ਮਗੰਦਾ ਆਂਦਾ ਮੈਂ ਖਾਦੇ ਇੱਕ ਰਾਂ ਇੱਕ ਸਿੰਘ ਨੇ ਉਹ ਸਿੰਘ ਕੌਣ ਆ ਕਿੱਥੇ ਰਹਿੰਦਾ ਵਾ ਕੀ ਉਹਦਾ ਨਾਮ ਇੱਕ ਸਿੰਘ ਨੇ ਲਿਆਂਦੇ ਹਾਂ ਆਂਦਾ ਲਿਆਉਤੋਂ ਨੂੰ ਮਸਵਰਗਾ ਦੇ ਸੰਤਰੇ ਖਾਣ ਹੁਣ ਨਵੀਂ ਖੋਜਾਂ ਬਹੁਤ ਕੀਤੀ ਉਹਨੇ ਹੁਣ ਅੱਛਾ ਨਵੀਆਂ ਵੀ ਖੋਜਾਂ ਰਹੀਆਂ ਉਹਨੂੰ ਡਾਕਟਰੇਟ ਦਾ ਅਵਾਰਡ ਦੇਣਾ ਚਾਹੀਦਾ ਵਾ ਮਤਲਬ ਡਾਕਟਰ ਬਣਾ ਦੇਣ ਇਹਨੂੰ ਨਹੀਂ ਗਿਨੀਸ ਬੁੱਕ ਆਫ ਰਿਕਾਰਡਸ ਆਉਣਾ। ਉਦੋਂ ਤਾਂ ਵੈਸੇ ਜਿਹੜੇ ਬਹੁਤੇ ਡਾਕਟਰ ਆ ਨਾ ਮੈਂ ਹੁਣ ਜਿਕਰ ਨਾ ਨਾ ਨਾਂ ਲਵਾਂ ਇਸ਼ਾਰਾ ਤੇ ਕਰੀ ਦੇਣਾ ਚਾਹੀਦਾ ਹੈ ਪਤਾ ਲੱਗ ਜਾਣਾ। ਰਗਾਂਾਂ ਦੇ ਜੇ ਲੱਗੀ ਹੋਵੇ ਨਾ ਪੈਰ ਦੇ ਕੂਠੇ ਨੂੰ ਜੇ ਪੈਰ ਦਾ ਕੂਠਾ ਮਿੱਧਿਆ ਜਾਵੇ, ਸੱਟ ਲੱਗ ਜਾਏ ਤੇ ਦਵਾਈ ਤੇ ਖਾਈਦੀ ਹੈ ਉਤੋਂ ਮੂੰਹ ਥਾਣੀ ਪਰ ਅਫੈਕਟਡ ਏਰੀਆ 'ਚ ਆਪਣੇ ਆਪ ਹੀ ਪਹੁੰਚ ਜਾਂਦੀ ਹੈ। ਸਾਡੇ ਯੂਕੇ ਦੇ ਵਿੱਚ ਵੀ ਯਾਲੀ ਯਾ ਡਾਕਟਰ ਆ ਗਏ ਨੇ ਕਈ ਇਹ ਹਾਂਜੀ ਡੁਪਲੀਕੇਟ ਯਾਲੀ ਡਾਕਟਰ ਪਹਿਲਾਂ ਤੇ ਉਹ ਯਾਲੀ ਡਾਕਟਰ ਚੱਲਦੇ ਸਨ ਦਬੇ ਘੁੱਟੇ ਜੇ ਵੀ ਸਾਂਜੀ ਜੀ ਭਾਬੀ ਬਣ ਕੇ ਇੱਧਰ ਦੇ ਤੇ ਉੱਧਰ ਦੇ ਵੀ ਤੇ ਹੁਣ ਉਹ ਇੱਕ ਦਿਨ ਕਹਿਣ ਡੇ ਸਨ ਟੀਵੀ ਤੇ ਵੀ ਹੁਣ ਮੈਂ ਖੁੱਲ ਕੇ ਚੱਲਣਾ ਇਹਦਾ ਮਤਲਬ ਪਹਿਲਾਂ ਤੁਸੀਂ ਬੜੀ ਲੰਮਾ ਚਿਰ ਬੇਈਮਾਨੀ ਕੀਤੀ ਐ ਲੰਮਾ ਸਮਾਂ ਬੇਈਮਾਨੀ ਕਰਦੇ ਰਹੇ ਜੇ ਤੇ ਹੁਣ ਤੁਸੀਂ ਖੁੱਲ ਕੇ ਚੱਲਣਾ ਹੈ ਚੱਲੋ ਖੁੱਲ ਕੇ ਤਗੜੇ ਹੋ ਕੇ ਚੰਗੀ ਗੱਲ ਆ ਪਤਾ ਲੱਗੇ ਲੋਕਾਂ ਨੂੰ ਤੁਹਾਡੀ ਔਕਾਤ ਕੀ ਐ ਹੁਣ ਤੁਸੀਂ ਵਾਕਈ ਡੰਗਰ ਡਾਕਟਰ ਬਣਿਆ ਜੀ ਕੀ ਡੰਗਰ ਡਾਕਟਰ ਵੀਦਰਲੇ ਬਨੇ ਡੰਗਰ ਹਾਂਜੀ ਉਹ ਟੀਵੀ ਡੇਲ ਦੇ ਵਿੱਚ ਡੰਗਰ ਤੋਂ ਉਹਨਾਂ ਦੇ ਡਾਕਟਰ ਹੋਣਾ ਅੱਗੇ ਅੱਗੇ ਜਾਂ ਲਈ ਹੀ ਹੁਣ ਡੰਗਰ ਡਾਕਟਰ ਹੋਗੇ ਸੋ ਇਦਾਂ ਦੀਆਂ ਕਈ ਆਈਟਮਾਂ ਐਸੇ ਕਈ ਆਨਸਰ ਐਸੇ ਨੇ ਜਿਹੜੇ ਅਸਲ ਦੇ ਵਿੱਚ ਲੁਕ ਕੇ ਕੰਮ ਕਰਦੇ ਨੇ ਇਦਾਂ ਬਾਹਰ ਨਿਕਲਦੇ ਨੇ ਫਿਰ ਉਹ ਮਹਾਰਾਜਾ ਖਸਾਇਆ ਕਿਸੇ ਨੇ ਹਾਂਜੀ ਜਦੋਂ ਮਹਾਰਾਜਾ ਖਸਿਆ ਨਾ ਇੱਕ ਦਮ 扑ੜਕ ਡੰਡਿਓ ਬਾਹਰ ਹੋ ਗਿਆ ਵੀ ਇਦਾਂ ਨਹੀਂ ਦਮ ਇਦਾਂ ਕਰੂੰ ਉਹ ਭਾਈ ਇੱਕ ਪਹਾੜ ਦੇ ਪਿਆ ਕਿਤੇ ਅਸੀਂ ਤੇ ਉਹਨਾਂ ਦੀ ਤੁਹਾਡੇ ਬਾਬਿਆਂ ਦੀ ਪ੍ਰਵਾਹ ਨਹੀਂ ਕਰਦੇ ਜਿਹੜੇ ਉੱਥੇ ਬੈਠੇ ਨੇ ਆ ਜਿਹੜੇ ਪੰਜ ਚੋਰ ਬੈਠੇ ਨੇ ਅਹੀਂ ਤੇ ਉਹਨਾਂ ਦੀ ਪ੍ਰਵਾਨੀ ਕੀਤੀ ਕਰੀ ਉਸ ਤੋਂ ਪਿਛੇ ਚਲੇ ਜਾਓ ਅਹੀਂ ਤੇ ਜਿਹੜੇ ਪਰਮਜੀਤ ਢਾਡੀ ਦਾ ਆਪਣਾ ਗ੍ਰੈਂਡ ਡੈਡ ਆ ਨਾ ਰਗਵੀਰ ਦਾ ਰਗਵੀਰ ਸਿੰਘ ਬੈਂਸ ਦਾ ਤੇ ਪਰਮਜੀਤ ਢਾਡੀ ਦਾ ਗ੍ਰੈਂਡ ਡੈਡ ਪ੍ਰਕਾਸ਼ ਸਿੰਘ ਬਾਦਲ ਉਹਦੇ ਵੀ ਪ੍ਰਵਾਨੀ ਕਰਦੇ ਤੇ ਤੁਸੀਂ ਤੇ ਬਹੁਤ ਨਿੱਕੇ ਬਾਗ ਦੀਆਂ ਮੂਲੀਆਂ ਜੇ ਖੁੱਲ ਕੇ ਆਇਆ ਕਰੋ ਇਹ ਬੰਦੇ ਦੀ ਕੁਆਲਿਟੀ ਹੁੰਦੀ ਆ ਭਾਵੇਂ ਵਿਰੋਧ ਕਰੋ ਭਾਵੇਂ ਸਾਥ ਚ ਰਹੋ ਪਰ ਜੋ ਕਰਨਾ ਖੁੱਲ ਕੇ ਕਰੋ ਜੇ ਖੁੱਲ ਕੇ ਨਾ ਕਰੀਏ ਨਾ ਇਨੂ ਮੀਸਣਾ ਪਣ ਕਹਿੰਦੇ ਨੇ ਮੀਣਾ ਪਣ ਕਹਿੰਦੇ ਨੇ ਤੇ ਮੀਣਾ ਪਣ ਤੁਸੀਂ ਕਰੀ ਜਾਂਦੇ ਜੰਦਰ ਖਾਤੇ ਗੱਲਾਂ ਠੀਕ ਹੈ ਗੱਲਾਂ ਮਤਲਬ ਕੀ ਬਾਤ ਹੈ ਹਾਂਜੀ ਤੰਬਾਕੂ ਦੀ ਪੰਦਾਸ਼ ਤੇ ਇਹਦੀ ਤੇ ਆਪਾਂ ਖਾਸ ਕਰਕੇ ਉਸ ਤੇ ਸਰਬਜੀਤ ਸਿੰਘ ਸੈਕਰਾਮੈਂਟੋ ਵਾਲਿਆਂ ਨੇ ਪੋਸਟ ਵੀ ਇਕਪਵਾਈ ਸੀ ਤੰਬਾਕੂ ਦੀ ਪੰਦਾਸ਼ ਜਿਹੜੀ ਆ ਕਾਮ ਤਿੰਨ ਗਊ ਦੇ ਪੈਰਾਂ 'ਚ ਹੋਈ ਤਾਂ ਫੇਰ ਤਾਂ ਤਮਾਕੂ ਦੀ ਮਾੜੀ ਗੱਲ ਨਹੀਂ ਫੇਰ ਕਾਮਤੇਨ ਕਾਮਤੇਨ ਦੇ ਗਊ ਦੇ ਪੈਰਾਂ 'ਚੋਂ ਤਮਾਕੂ ਦੀ ਪਦੈਸ਼ ਹੋਈ ਗਊ ਤੇ ਉਦਾਂ ਹੀ ਪਵਿੱਤਰ ਹੁੰਦੀ ਆ ਤੁਹਾਡੇ ਵਾਸਤੇ ਅਹੀਂ ਅਹੀਂ ਨਹੀਂ ਮੰਨਦੇ ਕਿ ਇਹ ਗਊ ਗਊ ਅਹੀਂ ਗਊ ਖਾਂਦੇ ਜੇ ਅਹੀਂ ਗਾਂ ਖਾਣ ਵਾਲੇ ਆ ਅਹੀਂ ਨੇ ਕਿਹੇ ਗਾਂ ਨੂੰ ਮੰਨਦੇ ਪਰ ਤੁਹਾਡੀ ਮਾਤਾ ਏ ਕਿਉਂਕਿ ਤੁਸੀਂ ਅੱਗੇ ਲਾ ਕੇ ਭਜਦੇ ਜੀ ਗਾਂ ਦੇ ਤੁਸੀਂ ਤਾਂ ਕੁੱਕੜ ਦੇ ਅੱਗੇ ਲਾ ਕੇ ਭਜੇ ਫਿਰਦੇ ਜੇ ਗਾਂ ਤੇ ਬਹੁ ਗਾਂ ਦੀ ਗੱਲ ਆ ਹੁਣ ਤੁਹਾਡੀ ਮਾਤਾ ਮਾਤਾ ਦੀ ਮਾਤਾ ਤੇ ਉਸ ਮਾਤਾ ਦਾ ਇਸ਼ਟ ਕਾਮਤੇਨ ਗਊ ਉਹਦੇ ਖੁਰਾਂ 'ਚ ਹੋਈ ਤਮਾਕੂ ਦੀ ਪਦੈਸ਼ ਮਤਲਬ ਤਮਾਕੂ ਇੱਕ ਵੈਜੀਟੇਸ਼ਨ ਹੈ ਨਾ ਵੈਜੀਟੇਸ਼ਨ ਜੇ ਕਿਤੇ ਰਿਸਰਚਰਾਂ ਨੂੰ ਪਤਾ ਚੱਲੇ ਨਾ ਉਹ ਕਹਿਣਗੇ ਉਹਨਾਂ ਨੇ ਜਬਤ ਕਰ ਲੈਣੀ ਹੈ ਕਿਤਾਬ ਕਿਉਂਕਿ ਵੈਜੀਟੇਸ਼ਨ ਪਹਿਲਾਂ ਆਈ ਹੈ ਉਹਦੇ ਬਾਅਦ ਸਾਰੇ ਲਿਵਿੰਗ ਬੀਇੰਗਸ ਹੋਏ ਆਏ ਹਨ ਪੰਛੀ ਕੀੜੇ ਮਕੌੜੇ ਕੋ ਜਿਹੜੇ ਵੀ ਕੀ ਬਾਤ ਹੈ ਬਹੁਤ ਅੱਛਾ ਨੁਕਤਾ ਜਾ ਸਾਂਝਾ ਕੀਤਾ। ਖੁਰਾਕ ਜਿਹੜੀ ਹੈ ਨਾ ਕੁਦਰਤ ਨੇ ਪਹਿਲਾਂ ਕਿ ਪਹਿਲੋਂ ਦੇਤੇ ਰਿਜਕ ਸਮਾਹ ਹਾਂਜੀ ਪਿਛੋਂ ਦਿੰਦਾ ਹੈ ਜੰਤ ਉਪਾਹਨ ਦੁੱਧ ਵੀ ਕੁਝ ਦਿਨ ਪਹਿਲਾਂ ਹੀ ਆਦਾ ਹੈ ਬਿਲਕੁਲ ਤੇ ਚਾਨਮ ਰੋਵੇ ਚਾਹੇ ਮਨੁੱਖ ਹੋਣਾ ਕੀ ਬਾਤ ਹੈ ਕਿ ਖੁਰਾਕੋ ਨੇ ਬੰਦੋਸ਼ ਕੀਤੀ ਪਸ ਬਹੁਤ ਅੱਛਾ ਕਿਹੜੀ ਜਗ੍ਹਾ ਤੇ ਆਇਲੈਂਡ ਤੇ ਹੈ ਕਿੱਥੇ ਆਊਗਾ ਇਨਸਾਨ ਹੂੰ ਉੱਥੋਂ ਨਿਕਲਦਾ ਹੈ ਕਿ ਆ ਕੁਦਰਤ ਕਵਨ ਕੀ ਵਿਚਾਰ ਕਰੀ ਤੇ ਕੁਦਰਤ ਕਵਨ ਕਹਾ ਵਿਚਾਰ ਬਹੁਤ ਅੱਛਾ ਜਿਵੇਂ ਸਰਦਾਰ ਜਗਰੂਪ ਸਿੰਘ ਨੇ ਕਿਹਾ ਵੀ ਪਹਿਲਾਂ ਪਹਿਲਾਂ ਆ ਗਈ ਵੈਜੀਟੇਸ਼ਨ ਤੇ ਗਾਂ ਤੇ ਆਈ ਉਸ ਤੋਂ ਬਾਅਦ ਤੁਹਾਡਾ ਬਾਬਾ ਕਹਿੰਦਾ ਗਾਂ ਪਹਿਲਾਂ ਆਈ ਤੋਂ ਉਹਨੇ ਉਸ ਗਾਂ ਦੇ ਪੈਰਾਂ ਦੇ ਵਿੱਚੋਂ ਉਹਦੇ ਖੁਰਚੋਂ ਉਹਦੇ ਖੁਰਦੇ ਵਿੱਚੋਂ ਤਬਾਕੂ ਪੈਦਾ ਹੋ ਗਿਆ ਉਹ ਬੇੜਾ ਬਹਿਜੇ ਤੁਹਾਡਾ ਤੁਮੇ ਨੇ ਜਿਹੜਾ ਬਿਆਨ ਦਿੱਤਾ ਨਾ ਕੱਲ ਵੀ ਇਹ ਜਿਹੜਾ ਵਿਵਾਦਿਤ ਲਿਟਰੇਚਰ ਐ ਬੰਦ ਹੋਣਾ ਚਾਹੀਦਾ ਛੇਤੀ ਬੰਦ ਕਰਾਓ ਵੇਰੀ ਗੁੱਡ ਛੇਤੀ ਤੋਂ ਛੇਤੀ ਕੰਮ ਕਰੋ ਆ ਚੱਕੋ ਆਪਣੀ ਕਿਤਾਬ ਕਤੂਬ ਜੋ ਕੋ ਜਾ ਸੂਰਜ ਪ੍ਰਕਾਸ਼ ਲੱਲਾ ਪੱਬਾ ਲੈ ਜਾਓ ਸਭ ਕੁਝ ਚੱਕ ਕੇ ਸਾਨੂੰ ਚਾਹੀਦਾ ਨਾਲੇ ਬਚਤਰ ਨਾਟਕ ਲੈ ਜਾਓ ਆਪਣੇ ਵਿਵਾਦਤ ਹੈ ਨਾ ਵਿਵਾਦ ਰਹਿ ਤ ਇਕੋ ਹੀ ਚੀਜ਼ ਹੈ ਉਹ ਹੈ ਗੁਰੂ ਗ੍ਰੰਥ ਦੀ ਬਾਣੀ ਕਿਥੋਂ ਤੱਕਰ ਮੁੰਦਾਵਣੀ ਤੱਕਰ ਆ ਜਿਹੜੀ ਰਾਗਮਾਲਾ ਇਹ ਵੀ ਲੈ ਜਾਓ ਆਪਣੇ ਕਾਮਕੰਦਲਾਂ ਦੀਆਂ ਜਿਹੜੀਆਂ ਕਹਾਣੀਆਂ ਨੇ ਨਾ ਇਹ ਵੀ ਨਾਲ ਹੀ ਲੈ ਜਾਓ ਵਿਵਾਦ ਰਹਿ ਤ ਗੱਲਾਂ ਕਰਨੀਆਂ ਨਾ ਹੁਣ ਆਪਾਂ ਵਿਵਾਦ ਰਹਿ ਤ ਫਿਰ ਇਕੋ ਹੀ ਹੈ ਗੁਰੂ ਗ੍ਰੰਥ ਦੀ ਬਾਣੀ ਉੱਥੇ ਸਾਰੇ ਇਕੱਠੇ ਹੋ ਜਾਂਦੇ ਆਣ ਕੇ ਵਿਵਾਦ ਜਦੋਂ ਗੁਰੂ ਗ੍ਰੰਥ ਦੀ ਬਾਣੀ ਦੇ ਨਾਲ ਵੀ ਧੱਕਾ ਕਰਦੇ ਜੇ ਤੁਸੀਂ ਜਦੋਂ ਮੁੰਦ ਦਿੱਤੀ ਜਾਂਦੀ ਬਾਣੀ ਮੁੰਦੀ ਗਈ ਸੀਲ ਹੋ ਗਈ ਸੀਲ ਲੱਗ ਗਈ ਮੋਹਰ ਲੱਗ ਗਈ ਵੀ ਮੁੰਦੀ ਗਈ ਹੁਣ ਉਹਦੇ ਮਗਰੋਂ ਚੁੱਕ ਕੇ ਤੁਸੀਂ ਰਾਗ ਮਾਲਾ ਦਾ ਆਰਾਮ ਰੌਲਾ ਪਾ ਦਿੱਤਾ ਜੇ ਇਹ ਰਾਗ ਮਾਲਾ ਨਹੀਂ ਰਾਮ ਰੌਲਾ ਹੈ ਉਹ ਵੀ ਲੈ ਜਾਓ ਪਿੱਛੋਂ ਤੇ ਬਾਕੀ ਜਿਹੜੇ ਆ ਸੂਰਜ ਪ੍ਰਕਾਸ਼ ਹੈ ਆ ਗਰਬਾਣੀ ਪਾਠ ਦਰਸ਼ਨ ਸਭ ਤੋਂ ਪਹਿਲਾਂ ਇਹਨੂੰ ਦੇ ਕਰ ਗੜਹਾ ਗਾਡੀ ਇਹਨੂੰ ਐ ਗੱਡਾ ਖੋੜ ਕੇ ਨਾ ਵੱਡਾ ਉਹਦੇ ਵਿੱਚ ਸੁੱਟੋ ਕਿ ਇਹ ਬਾਹਰ ਨਾ ਨਿਕਲੇ ਜੀ ਦੇ ਵਿੱਚ ਐਸਾ ਇਨਫੋਰਮੇਸ਼ਨ ਜੀ ਦੇ ਨਾਲ ਸਿੱਖਾਂ ਦੀ ਇਮੇਜ ਖਰਾਬ ਹੋ ਜਾਏ ਹੈ ਕਾਮਤਣ ਦੇ ਪੈਰਾਂ ਦੇ ਵਿੱਚੋਂ ਤਬਾਕੂ ਨਿਕਲਿਆ ਬੱਲੇ 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 ਕਾਮਤਣ ਦੇ ਪੈਰਾਂ ਚੋਂ ਗਾਉ ਤਬਾਕੂ ਨੇ ਨਿਕਲਿਆ ਤੁਹਾਡੀ ਗੱਲ ਖਣੋ ਵੀ ਉਹ ਜਿੱਦਾਂ ਇੱਕ ਗੱਲ ਨਹੀਂ ਹੁੰਦੀ ਵੀ ਆਂਡਾ ਪਹਿਲਾਂ ਆਇਆ ਕਿ ਮੁਰਗੀ ਪਹਿਲਾਂ ਆਈ ਮਸਲਾ ਤੇ ਉਹ ਹੀ ਹੋ ਗਿਆ ਹੁਣ ਵੀ ਉਹਨੇ ਕਾਮਤਣ ਗਾਉ ਪਹਿਲਾਂ ਆਈ ਕਿ ਜਿਹੜਾ ਜਿੰਨੂੰ ਖਾ ਕੇ ਕਾਮਤਣ ਗਾਉ ਜੀਂਦੀ ਰਹਿੰਦੀ ਸੀ ਉਹ ਕਾ ਫੂਸ ਪਹਿਲਾਂ ਆਇਆ ਸਾਇੰਸ ਵੀ ਝੂਠੀ ਪਾ ਦਿਓ ਤਗੜੇ ਹੋ ਕੇ ਅੱਛਾ ਆਂਦਾ ਪਖਾਨੇ ਜਾ ਕੇ ਨਾ ਜਦੋਂ ਵਾਪਸ ਵਾਪਸ ਆਉਣਾ ਹਾਂਜੀ ਤੇ ਪੰਜ ਵਾਰ ਮਿੱਟੀ ਨਾਲ ਹੱਥ ਮਾਂਜਣੇ ਆਂ ਭਾਂਡੇ ਮਿੱਟੀ ਨਾਲ ਦੋ ਵਾਰ ਮਾਂਜਣੇ ਆ ਵਾ 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 ਇਹ ਸਵਾ ਲਿਆ ਕੇ ਦੋ ਟੀਵੀ ਡੇ ਵਾਲਿਆਂ ਨੂੰ ਇਹ ਤਗੜੇ ਹੋ ਗਿਆ ਸਵਾ ਮਲੀ ਜਾਣ ਇੱਕ ਦੂਜੇ ਦੇ ਹੱਥ ਮਲੀ ਜਾਣ ਮੂੰਹ ਮਲੀ ਜਾਣ ਜਦੋਂ ਪਖਾਨੇ ਚੋਂ ਬਾਹਰ ਆਉਂਦੇ ਨੇ ਨਾ ਇੱਕ ਕਰਾਂ ਸਭ ਦਾ ਸਰੀਰ ਸਵਾਹ ਨਾਲ ਮਲਦਿਆ ਕਰੋ ਕਿਉਂਕਿ ਪਵਿੱਤਰ ਹੋ ਜਾਂਦੇ ਨਾ ਬਾਥਰੂਮ 'ਚ ਜਾ ਕੇ ਬਖਾਨਾ ਮਤਲਬ ਬਾਥਰੂਮ ਟਾਇਲਟ ਵਾਸ਼ਰੂਮ ਜਦੋਂ ਬਾਹਰ ਆਉਂਦੇ ਜੇ ਨਾ ਸਵਾਹ ਮਲਿਆ ਕਰੋ ਆਪੋ ਆਪਣੇ ਪਿੰਡਿਆਂ ਤੇ ਥੋੜਾ ਪਵਿੱਤਰਤਾ ਆ ਜੇ ਤੁਹਾਨੂੰ ਆਦੇ ਨਵੇਂ ਗੁਰੂ ਜੀ ਨੇ ਦਿਲੀ ਕੈਦ ਦੌਰਾਨ ਗੰਨਾ ਚੂਪ ਕੇ ਛਿਲਕਾ ਛੁੱਟਿਆ ਤੇ ਪ੍ਰੇਤ ਨੇ ਚੂਸਿਆ ਤੇ ਮੁਕਤ ਹੋ ਗਿਆ ਇਹ ਬੰਦਾ ਪੁਛੇ ਏ ਗੁਰੂ ਸਾਹਿਬ ਕੈਦ ਦੇ ਵਿੱਚ ਸਨ ਕਿ ਕਮਾਦ ਦੇ ਵਿੱਚ ਸਨ ਗੁਰੂ ਸਾਹਿਬ ਕੈਦ ਦੇ ਵਿੱਚ ਸਨ ਜਾਂ ਕਮਾਦ ਦੇ ਵਿੱਚ ਸਨ ਵੀ ਉਥੋਂ ਗੰਨਾ ਤੋੜ ਲਿਆ ਕੈਦ ਦੇ ਵਿੱਚੋਂ ਦੇ ਖਾ ਕੇ ਤੇ ਸੁਟਿਆ ਤੇ ਉਧਰੋਂ ਪ੍ਰੇਤ ਨੇ ਚੂਸਿਆ ਤੇ ਪ੍ਰੇਤ ਵੇਖਿਆ ਕਿੰਨੇ ਪ੍ਰੇਤ ਨੂੰ ਜਾਂ ਤੇ ਫਿਰ ਗੁਰੂ ਵੇਖਿਆ ਹੋਊਗਾ ਤੇ ਜਾਂ ਫਿਰ ਪ੍ਰੇਤ ਦਾ ਕੋਈ ਨਾਲ ਭਾਈ ਹੋਊਗਾ ਪ੍ਰੇਤ ਇਹ ਕਿਤੇ ਪ੍ਰੇਤ ਦੀ ਜੂਨ ਚਿੰਤ ਨਹੀਂ ਰਹਿ ਤੁਹਾਡੇ ਬਾਬੇ ਜਿਨ੍ਹਾਂ ਨੇ ਉਹ ਪ੍ਰੇਤ ਦੀ ਸਾਰੀ ਹਰਕਤ ਨੂੰ ਵੇਖਿਆ ਬਾਅਦ ਚ ਕਲਮ ਬੰਦ ਕੀਤਾ ਅਗਲਾ ਜਨਮ ਲਿਆ ਅਗਲੇ ਜਨਮ ਚ ਆਨ ਕੇ ਸਾਰੇ ਗ੍ਰੰਥ ਲਿਖ ਕੇ ਤੇ ਨਾਲ ਉਹ ਪ੍ਰੇਤ ਦੀ ਹਰਕਤ ਲਿਖ ਦਿੱਤੀ ਤੇ ਆਪਾਂ ਹੁਣ ਗੱਲਾਂ ਤੇ ਪੜੀਆਂ ਨੇ ਜੋ ਮੈਨੂੰ ਤੋਂ ਪੁਆਇੰਟ ਬੜੇ ਲਿਖੇ ਪਏ ਨੇ ਇਹਨਾਂ ਦੇ ਆਪਾਂ ਇਸ ਤੋਂ ਅੱਗੇ ਨਹੀਂ ਜਾਣਾ ਹੁਣ ਆਪਾਂ ਅਗਲੇ ਬੰਨੇ ਵਧੀਏ ਗੁਰਦਾਰੇ ਦੀ ਕਮੇਟੀ ਦੀ ਰੋਲ ਆ ਵਧੀਏ ਇਹ ਤੇ ਆ ਪਹਿਲਾ ਹੀ ਸਵਾਲ ਪਹਿਲਾ ਸਵਾਲ ਬੜਾ ਲੰਮਾ ਇਹਤੇ ਤੇ ਆਪਾਂ ਨੂੰ ਸ਼ੋ ਬਹੁਤ ਕਰਨੇ ਪੈਣੇ ਆ ਤੇ ਕਿਤਾਬ ਇਹਨਾਂ ਦੀ ਆ ਲੈਣ ਦਿਓ ਮੈਂ ਆਰਡਰ ਕਰ ਦਿੱਤੀ ਹੁਣ ਪਹਿਲਾਂ ਤੇ ਆਪਾਂ ਕਮੇਟੀ ਦੇ ਰੋਲ ਵੱਲ ਆਈਏ ਦੂਜਾ ਸਵਾਲ ਪਹਿਲਾ ਸਵਾਲ ਤੇ ਸੀ ਵੀ ਹਮਲਿਆਂ ਦਾ ਮੁੱਖ ਕਾਰਨ ਕੀ ਸੀ ਵੀ ਜਿਨ੍ਹਾਂ ਦੀ ਕਾਮ ਤੈਣ ਦੇ ਗਾਉਂ ਦੇ ਪੈਰਾਂ ਚੋਂ ਤਮਾਕੂ ਪੈਦਾ ਹੁੰਦਾ ਹੋਵੇ ਉਹ ਸਾਡੀ ਗੱਲ ਨਾਲ ਸਹਿਮਤ ਕਿਵੇਂ ਹੋ ਜਾਣਗੇ ਸੋ ਸਭ ਤੋਂ ਵੱਡਾ ਕਾਰਨ ਹਮਲੇ ਦਾ ਪੱਗ ਲਾਉਣ ਦਾ ਕੇਵਲ ਆ ਕਮਲਕੁੱਟ ਸੀ ਆ ਜੋ ਕਮਲਕੁੱਟ ਆ ਗਿਆ ਨੇ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਉਹ ਉਹਦੀ ਅਸਲ ਦੇ ਵਿੱਚ ਜਖਮਾ ਪੁੱਟੀ ਜਾ ਰਹੀ ਹੂੰ ਖੁੱਲ ਗਿਆ ਲੋਕਾਂ ਦੇ ਸਾਹਮਣੇ ਹੁਣ ਰਿਆ ਕੁਛ ਨਹੀਂ ਪੜਦੇ ਚ ਆ ਜਿਹੜਾ ਕਮਲਸੀ ਦਾ ਕਰਕੇ ਇਹ ਉਠ ਉਠਾਉਂਦੇ ਸਨ ਹੁਣ ਗੁਰਦਾਰੇ ਕਮੇਟੀ ਦੇ ਰੋਲ ਦੀ ਗੱਲ ਕਰੀਏ ਵੀ ਗੁਰਦਾਰਾ ਕਮੇਟੀ ਗੁਰਮੇਲ ਸਿੰਘ ਮੱਲੀ ਪ੍ਰਧਾਨ ਹੈ ਗੁਰਦੁਆਰੇ ਦਾ ਹਾਂਜੀ ਸਰਪੰਚ ਮੈਨੂੰ ਲੱਗਦਾ ਵੀ ਵਾਈਸ ਪ੍ਰੈਜ਼ੀਡੈਂਟ ਉਹ ਟੇਕਾ ਭਿੰਡਰ ਭਿੰਡਰ ਨਾਮਕ ਵਿਅਕਤੀ ਹੈ ਜਿਹੜਾ ਮੇਰੇ ਖਲ ਸਟੇਸ਼ ਕਤਰਿਆ ਇਜ਼ ਅ ਪਾਰਟ ਆਫ ਕਮੇਟੀ ਕਲਵਾਨ ਸਿੰਘ ਪਿੰਡਰ ਇਜ਼ ਅ ਪਾਰਟ ਆਫ ਕਮੇਟੀ ਐਨੀਵੇ ਅਸਲ ਚ ਜਿਹੜਾ ਸਰਪੰਚ ਹੈ ਉਹ ਪਹਿਲੇ ਇਹਨਾਂ ਗੁੰਡਿਆਂ ਦਾ ਹਿੱਸਾ ਹੈ ਜਦੋਂ ਆ ਇਹਨਾਂ ਨੇ ਵੀਡੀਓ ਕੱਢੀ ਹੈ ਨਾ ਮਰੀਕ ਸਿੰਘ ਗਿੱਲ ਨੂੰ ਸੈਂਟਰ ਚ ਖਿਲਾਰ ਕੇ ਉਹ ਬੰਦੇ ਦੀ ਕੀ ਅਕਲ ਹੋਏਗੀ ਜਿਹੜਾ ਬੰਦਾ ਮੋਤਬਾਰਾ ਚ ਆਪਣੇ ਆਪ ਨੂੰ ਖਮਾਉਂਦਾ ਤੇ ਖੜਾ ਉਹਨਾਂ ਦੇ ਵਿੱਚ ਤੇ ਨਾਲੇ ਕਹਿੰਦਾ ਗੁਰੂ ਕੇ ਲਾਲ ਗਏ ਉਹਨਾਂ ਚ ਖੜਾ ਜਿਹੜੇ ਪੱਗ ਲਾਉਣ ਵਾਲੇ ਨੇ ਉਹ ਬੇਸ਼ਰਮਾ ਤੁਹਾਡੀ ਕੀ ਤੁਹਾਡੀ ਅਕਾਤ ਹੈ ਤੁਸੀਂ ਲੀਡਰ ਮੰਨਦੇ ਜੀ ਆਪਣੇ ਆਪ ਕੀ ਅਕਾਤ ਹੈ ਤੁਹਾਡੀ ਮੱਲੀ ਸਰਪੰਚ ਇਹਨਾਂ ਦਾ ਬੰਦਾ ਪਹਿਲਾਂ ਹੀ ਹਾਂਜੀ ਟੀਵੀ ਡਲ ਗੁੰਡਿਆਂ ਦਾ ਮੱਲੀ ਜਿਹੜਾ ਵਾ ਉਹਨੂੰ ਉਹਨੂੰ ਕੁਛ ਨਹੀਂ ਤਰਮ ਤਰਮ ਦੇ ਨਾਲ ਉਹਦਾ ਇਹ ਆ ਵੀ ਮੇਰੀ ਐਸਟੈਬਲਿਸ਼ਮੈਂਟ ਹੋ ਜੇ politically ਸਟੇਟਸ ਬਣ ਜਾਏ ਉਹਦਾ ਇਹਨਾਂ ਕੀ ਰੋਲ ਹੈ ਬਸ ਹੋਰ ਇਸ ਤੋਂ ਵੱਧ ਉਹਨੂੰ ਕੁਝ ਨਹੀਂ ਚਾਹੀਦਾ ਤਰਮ ਨਾਲ ਉਹਨੂੰ ਕੁਛ ਨਹੀਂ ਭਾਵੇਂ ਕੋਈ ਜਿਹਦਾ ਪਲੜਾ ਭਾਰੀ ਹੈ ਜਾਂ ਮਿਸ਼ਨਰੀ ਨੇ ਭਾਰੀ ਤੇ ਭਾਵੇਂ ਉੱਥੇ ਬਾ ਦਿਓ ਤੇ ਜੇ ਸੰਤਾਂ ਦਾ ਭਾਰੀ ਉਹਨੂੰ ਉਹਨਾਂ ਨੂੰ ਬਾ ਦਿਓ ਤੇ ਜਿਹਨਾਂ ਦਾ ਪਾਰੀ ਤੁਨ ਬਾਦਿਓ ਉਹਨੂੰ ਵੋਟਾਂ ਚਾਹੀਦੀਆਂ ਨੇ ਉਹ ਪੂਰਾ ਬਾਦਲ ਦੀ ਵਿਚਾਰਤਾਰਾ ਪੂਰਾ ਉਹਦੇ ਤੇ ਚੱਲ ਰਿਹਾ ਬਿਲਕੁਲ ਇਹਨ ਬਿਨ ਉਹਦੇ ਤੇ ਚੱਲ ਰਿਹਾ ਤੇ ਜਿਹੜਾ ਕੁਲਵੰਤ ਭਿੰਡ ਰਿਹਾ ਇਹ ਨੂੰ ਇਹ ਰਿਲੀਜੀਅਸ ਫੋਬੀਆ ਦਾ ਮਰੀਜ਼ ਹੈ ਰਿਲੀਜੀਅਸ ਫੋਬੀਆ ਦਾ ਜਿਹੜੇ ਕਈ ਪ੍ਰਾਤਨ ਕੰਡਮ ਵਿਚਾਰਧਾਰਾ ਜੋ ਬਾਹਰ ਨਹੀਂ ਨਿਕਲ ਪਾਉਂਦੀ ਤੂੰ ਉਹਨਾਂ ਨੂੰ ਉਹਦੇ ਵਿੱਚੋਂ ਹੀ ਸਵਰਗ ਸਭ ਕੁਝ ਜੰਨਤ ਦੀਦੀ ਹੈ ਬਿਲਕੁਲ ਹਾਂਜੀ ਇਸ ਕਿਸਮ ਦਾ ਵਿਅਕਤੀ ਹੈ ਜੋ ਮੈਂ ਇਹਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ ਹੁਣ ਜਦੋਂ ਇਹਨਾਂ ਬੰਦਿਆਂ ਨੇ ਵੀਕ ਬੋ ਕੀਤੀ ਉਹਦੀ ਹਾਂਜੀ ਬੋ ਕੀਤੀ ਇਹਨਾਂ ਨੇ ਸਭ ਤੋਂ ਮੁਢਲੀ ਜ਼ਿੰਮੇਵਾਰੀ ਇਹਨਾਂ ਦੀ ਏ ਸੀ ਜਿਹਦੀ ਵੀ ਵੀਕ ਬੋ ਹੋਈ ਹੈ ਸਾਡੇ ਗੁਰਦੁਆਰੇ ਦੇ ਵਿੱਚ ਉਹਦੀ ਪ੍ਰੋਟੈਕਸ਼ਨ ਕਰਨੀ ਇਹਨਾਂ ਦੀ ਰਿਸਪੋਨਸੀਬਿਲਟੀ ਹੈ ਇਹ ਇਹਨਾਂ ਦੀ ਮੁਢਲੀ ਜ਼ਿੰਮੇਵਾਰੀ ਸੀ ਹੁਣ ਉਹ ਬੰਦਾ ਕਿਉਂਕਿ ਉਹ ਤੇ ਕੋਈ ਮਗਰੋਂ ਕੋਈ ਲੈ ਕੇ ਨਹੀਂ ਆਇਆ 50 60 ਬੰਦੇ ਚੱਲ ਕੇ ਆਏ ਨੇ ਇਹਦਾ ਮਤਲਬ ਉਹ ਇੱਕ ਬੰਦੇ ਦੇ ਵਿੱਚ ਇੰਨੀ ਤਾਂ ਪਾਵਰ ਹੋਏਗੀ ਵੀ ਜਿਹਦੇ 60 ਸਾਹਮਣੇ 50 60 ਆਉਂਦੇ ਹੋਣਗੇ ਤਾਂ ਤਾਂ ਟੈਂਦਾ ਹੈ ਤੇ ਚਲ ਕੇ ਨੇ ਆਏ ਬੁਲਾਏ ਆ ਸਰਪੰਚ ਉਹਨਾਂ ਨੇ ਉਹ ਹੁਣ ਪਤਾ ਲੱਗ ਜਾਣਾ ਖੁੱਲ ਜਣੇਗਾ 50 60 ਚਲੋ ਆਪਾਂ ਹੁਣੇ ਖੋਲ ਦਈਏ 50 60 ਜਿਹੜੇ ਆਏ ਨੇ ਹਾਂਜੀ ਉਹ ਆਏ ਨੇ ਸਰਪੰਚ ਦੀ ਸਹਿਮਤੀ ਨਾਲ no doubt at all ਸਰਪੰਚ ਦਾ ਆਪਾਂ ਕੋ ਨੰਬਰ ਵੀ ਹੋਣਾ ਆਪਾਂ ਠਹਿਰ ਕੇ ਨੂੰ ਫੋਨ ਵੀ ਲਾਉਨੇ ਆ ਪੁਰਾਣਾ ਨੰਬਰ ਆਪਾਂ ਲਿਆ ਸੀ ਇਹਦਾ ਤੇ ਕੱਢ ਲੈਨੇ ਆਪਾਂ ਕੋਈ ਨਹੀਂ ਚਲੋ ਐਨੀ ਵੀ ਲੱਭ ਲੈਨੇ ਵਾ ਸਰਪੰਚ ਦੇ ਬੁਲਾਏ ਆਏ ਨੇ ਗੁਰਮੇਲ ਸਿੰਘ ਮੱਲੀ ਜਿਹੜਾ ਵਾ ਉਹਨੂੰ ACP ਅਮਰੀਖ ਸਿੰਘ ਚੰਡੀਗੜ੍ਹ ਨੂੰ ਵੀ ਲੋਕ ਸੋੰਦੇ ਨੇ ਤੇ ਮੈਂ ਇੱਕ ਅਧੀਰਾਂ ਦੀ ਜੇ ਕਥਾ ਹੋ ਗਈ ਤੇ ਦੂਜੀ ਜਿਹੜੀ ਤੇਰਿਆ ਉਹ ਵੀ ਮੇਰੇ ਨਾਲ ਮੜੀ ਜੀ ਮੇਰੇ ਟਿਲਟ ਹੋ ਜੇਗੀ ਹਾਂਜੀ ਝੁੱਕ ਜੇਗੀ ਮੇਰੇ ਅੱਲ ਮੜਾ ਜਾ ਹੁਣ ਜਦੋਂ ਉਥੇ ਰੌਲਾ ਪੈਣਾ ਸ਼ੁਰੂ ਹੋਇਆ ਸਭ ਤੋਂ ਇਹਨਾਂ ਦੀ ਪਹਿਲੀ ਜਨਵਰੀ ACP ਉਸ ਬੰਦੇ ਨੂੰ ਪ੍ਰੋਟੈਕਟ ਕਰਦੇ ਵੀ ਬਾਈ ਤੂੰ ਚਲੇ ਜਾ ਬਿਲਕੁਲ ਹਾਂਜੀ ਅਸੀਂ ਆਪੇ ਨਾਲ ਗੱਲ ਕਰਾਂਗੇ ਇਹ ਬੜੀ ਨੀਤੀ ਤਹਿਤ ਹਾਂਜੀ ਬੜੀ ਨੀਤੀ ਤਹਿਤ ਉਹਨਾਂ ਨੂੰ ਲੈ ਗਏ ਅੰਦਰ ਹਾਂਜੀ ਵੀ ਅੰਦਰ ਜਾ ਕੇ ਗੱਲ ਕਰਦੇ ਅੰਦਰ ਜਾ ਕੇ ਗੱਲ ਕੋਲ ਇਹਨਾਂ ਨੇ ਕੋਈ ਨਹੀਂ ਕਰਨੀ ਇਹ ਪਲਾਨ ਸੀ ਪਹਿਲਾਂ ਹੀ ਯੇ ਵੀ ਮੜਾ ਜਾ ਇਸ ਦਰਬਾਰ ਕੋਕੇ ਨਹੀਂ ਤਾਂ ਲੋਕਾਂ ਦੇ ਵਿੱਚ ਮੈਸੇਜ ਚਲੇ ਜਾਣਾ ਵਾ ਵੀ ਇਹਨਾਂ ਬੰਦਿਆਂ ਨੇ ਦਰਬਾਰ ਦੇ ਵਿੱਚ ਇਹਦੀ ਪੱਗ ਲਾਤੀ ਬਲਾ ਕੇ ਉਹਨੂੰ ਮਾੜਾ ਜਿਹਾ ਸਾਈਡ ਤੇ ਲੈ ਗਏ ਗਿਆਨੀ ਮਿਰਿਕ ਸਿੰਘ ਉਹਨਾਂ ਨੂੰ ਹਾਂਜੀ ਸਾਈਡ ਤੇ ਖੜਕੇ ਤੇ ਇਹ ਵਿੱਚ ਨਾਲ ਇਹਨਾਂ ਨੇ ਕੁਝ ਉਥੇ ਜਦੋਜਾਦ ਨਹੀਂ ਕੀਤੀ ਉਹਦੀ ਪ੍ਰੋਟੈਕਸ਼ਨ ਵਾਸਤੇ ਉਥੇ ਸਾਹਮਣੇ ਇਹਨਾਂ ਦੇ ਹੁਲੜਵਾਜੀ ਹੋਗੀ ਜੇ ਇਹ ਇਮਾਨਦਾਰ ਹੁੰਦੇ ਹਾਂਜੀ ਉਸੇ ਵੇਲੇ ਪੁਲਿਸ ਨੂੰ ਸੱਦ ਕੇ ਤਾਂ ਉਹਨਾਂ ਨੂੰ ਫੜਾਉਂਦੇ ਨਹੀਂ ਉਹਨੂੰ ਕੋਟ ਮਾਰ ਕੇ ਡਰਾ ਕੇ ਉਹ ਤਾਂ ਕਹਾਣਾ ਸੀ ਨਾ ਵੀਡੀਓ ਬਣਾਣੀ ਸੀ ਉਹਨਾਂ ਨੇ ਨੰਬਰ 1 ਵੀ ਉਹਨੂੰ ਬੁਲਾਉਂਦੇ ਫਿਰ ਇਹ ਏਡੇ ਬਿਸ਼ਰਮੀ ਨਾਲ ਗੁਰਮੇਲ ਸਿੰਘ ਮੱਲੀ ਹੁਣੀ ਕਹਿ ਰਹੇ ਨੇ ਪਿੱਤੂ ਜਿਹੜੀਆਂ ਪ੍ਰਾਣੀਆਂ ਤੁਹਾਡੀਆਂ ਗੱਲਾਂ ਨੇ ਉਹ ਤੋਂ ਮਾਫੀ ਮੰਗ ਲਾ ਓਏ ਕਿਹੜੀਆਂ ਗੱਲਾਂ ਨਾਲੇ ਤੇਰੀ ਕਿਹੜੀ ਗੁਰਮਤ ਮਾਰਤਾਂ ਡਿਆਂ ਤੋਂ ਵੀ ਤੈਨੂੰ ਪਤਾ ਹੋਵੇ ਉਹਨੇ ਗੁਰਮਤ ਅਨਸਾਰ ਗੱਲ ਨਹੀਂ ਕੀਤੀ ਕੋ ਗੁਰਮਤ ਮਾਰਤਾਂ ਨੇ ਤੂੰ ਤੇਤੋ ਕੀ ਕੁਆਲਿਫੀਕੇਸ਼ਨ ਹੈ ਇਦਾਂ ਹੀ ਰੋਲੇਕੋਲੇ ਦੇ ਵਿੱਚ ਤੁਹਾਨੂੰ ਤੁਸੀਂ ਜਿਹੜੀ ਹੈ ਇਕੱਠੇ-ਕੁੱਠੇ ਕਰਕੇ ਤੇ ਪ੍ਰਧਾਨਗੀਆਂ ਸੰਭਲੀਆਂ ਨੇ ਬਹੁਤੇ ਗੁਰਦੁਆਰਿਆਂ ਦੇ ਵਿੱਚ ਇਸ ਵੇਲੇ ਆਮ ਦੇਸ਼ਾਂ-ਵਦੇਸ਼ਾਂ ਦੇ ਗੁਰਦਾਰੇ ਗੁੰਡੇ ਬੈਠੇ ਨੇ ਸਾਰੇ ਗੁੰਡਾ ਬਰਗੇਡ ਆ ਜਿਨ੍ਹਾਂ ਨੇ ਆਪਣੀ ਪੋਲੀਟਿਕਲ ਐਸਟੈਬਲਿਸ਼ਮੈਂਟ ਕਰਨੀ ਆਉਣ ਵਾਲੇ ਸਮੇਂ 'ਚ ਦੇਖਿਓ ਤੁਸੀਂ ਆਉਣ ਵਾਲੇ ਸਮੇਂ ਆ ਥਾਈਲੈਂਡ ਵੀ ਬੋਲ ਕੇ ਆ ਮੇਰਾ ਵਿਸ਼ਾ ਹੀ ਉੱਥੇ ਗੁਰਦਾਰਾ ਸੀ ਆਉਣ ਵਾਲੇ ਸਮੇਂ 'ਚ ਜਿਵੇਂ ਅੰਗਰੇਜ਼ ਚਰਚਾਂ ਵੇਚ ਰਹੇ ਨੇ ਨਾ ਬਿਲਕੁਲ ਜੀ ਇਹ ਸਿੱਖਾਂ ਦੇ ਗੁਰਦਾਰੇ ਵਿਕਣੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਹ ਤੇ ਵਿਚਾਰੇ ਇਹਨਾਂ ਦਾ ਤੇ profession ਆ ਗੁਰਦਵਾਰੇ ਇਹਨਾਂ ਦਾ ਕੋਈ ਪੈਸ਼ਨ ਨਹੀਂ ਕੋਈ ਧਰਮ ਨਹੀਂ ਤੇ profession ਆ ਵਿੱਚ ਦੋ ਚਾਰ ਆਏ ਖਾ ਪੀ ਲਿਆ ਕੋਚ ਕੀਤੀ ਆ ਗਏ ਪੀਜੇ ਖਾ ਲਏ ਫਿਰ ਬਹਿ ਗਏ ਇਹਨਾਂ ਦਾ ਇਹਨਾਂ ਕੀ ਰੋਲ ਹੈ ਪਰ ਜਿਹੜੇ ਹੋਰ ਗੁਰਦਵਾਰੇ ਨੇ ਜਿੱਥੇ ਸਮਝਦਾਰ ਕਮੇਟੀਆਂ ਨੇ ਜਿਨ੍ਹਾਂ ਦੇ ਕੋਲ ਕੋਈ ਪ੍ਰੋਜੈਕਟ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕਰਜਾਈ ਇਹਨੇ ਕਰ ਦੇਣੇ ਵੀ ਵੇਖ ਕੇ ਗੁਰਦਵਾਰੇ ਵੇਖ ਕੇ ਉਹਨਾਂ ਦਾ ਕਰਜ਼ਾ ਰਹਿਣਾ ਇਹਨਾਂ ਨੇ ਬੰਦਿਆਂ ਨੇ ਇਹਨਾਂ ਬੰਦਿਆਂ ਨੇ ਕੋਈ ਜਿਹੜੀ ਹੈ ਪ੍ਰੋਟੈਕਸ਼ਨ ਨਹੀਂ ਕੀਤੀ ਸਾਰਾ ਪਲਾਨ ਜਿਹੜਾ ਸੀ ਉਹ ਸਰਪੰਚ ਦਾ ਸੀ ਸਰਪੰਚ ਹੀ ਪਲਾਨ ਕੀਤਾ ਸੀ ਉਹਨੇ ਇਸੇ ਕਰਕੇ ਸਰਪੰਚ ਜਦੋਂ ਉਹ ਬੋਲਣ ਡਿਆ ਵਾ ਮਰੀਕ ਸਿੰਘ ਗਿੱਲ ਉਹ ਨਾਲ ਖੜਾ ਅਗਲੇ ਬਣੇ ਹਾਂਜੀ ਪਹਿਲੀ ਰੋ ਦੇ ਵਿੱਚ ਹਮਲਾ ਕਰਨ ਵਾਲਿਆਂ ਨੂੰ ਸਾਬਤ ਕਰਨ ਵਾਸਤੇ ਸਹੀ ਕਿ ਉਹ ਗੁਰੂ ਕੇ ਲਾਲ ਆਏ ਸਨ ਨਾਲ ਖੜਾ ਹੁਣ ਆਪਾਂ ਥੋੜੀ ਜੀ ਵੀਡੀਓ ਚਲਾ ਲਈਏ ਤੇ ਉਹ ਜਿਹੜੀ ਇਹਨਾਂ ਦੀ ਬੋਲੇ ਨੇ ਉਹ ਤਾਂ ਕਿ ਆਪਾਂ ਆ ਉਹਨਾਂ ਦੀ ਵੀਡੀਓ ਤੇ ਨਾਲ ਉਹਨੂੰ ਸੁਣੀ ਜਾਨੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਅੱਜ ਜੋ ਘਟਨਾ ਸਾਉਤਾਲ ਬਕੇ ਵਾਪਰੀ ਸੀ ਉਹਦੇ ਸਬੰਧ ਵਿੱਚ ਸਮੂਹ ਗੁਰੂਕਰਾਂ ਦੇ ਪ੍ਰਬੰਧਕ ਜਿ세 ਬੰਦियां ਸਭ ਤੋਂ ਪਹਿਲਾਂ ਤੇ ਇੱਥੇ ਗਲਤੀ ਆਏ ਇਹ ਕਾਹਦਾ ਇਹ ਬੰਦਾ ਹੈ ਕਾਹਦਾ ਲੀਡਰ ਹੈ ਆਪਣੇ ਆਪ ਨੂੰ ਲੀਡਰ ਕਹਿੰਦਾ ਜਿਹੜਾ ਸੋ ਕੋਲਡ ਲੀਡਰ ਜਿਹੜੀ ਘਟਨਾ ਵਾਪਰੀ ਇਹੋ ਹਿੰਦੁਸਤਾਨ ਦੀ ਸਰਕਾਰ ਕਹਿੰਦੀ ਹੈ ਵੀ ਦੰਗੇ ਹੋਏ ਹਾਂਜੀ ਇਹੋ ਇਹ ਕਹਿੰਦੇ ਵੀ ਜਿਹੜੀ ਘਟਨਾ ਵਾਪਰੀ ਉਹ ਜਿਹੜੇ ਤੇਰੇ ਲਾਗੇ ਬੇਸ਼ਰਮ ਖੜੇ ਨੇ ਉਹਨਾਂ ਦੀ ਸੰਗੀਚ ਦੰਦਾ ਗੂਠਾ ਉਹਨਾਂ ਨੂੰ ਕਹਿੰਦਾ ਵੀ ਘਟਨਾ ਵਾਪਰੀ ਨਹੀਂ ਇਹ ਦੋਸ਼ੀ ਨੇ ਉਸ ਘਟਨਾ ਦੇ ਦੋਸ਼ੀਆਂ ਨੂੰ ਤਾਂ ਲਾਗੇ ਖਲਾਰ ਕੇ ਬੈਠਾ ਹੈ ਤੇ ਗੱਲਾਂ ਤੋਂ ਕਰ ਰਹੇ ਹੋ ਘਟਨਾ ਵਾਪਰੀ ਐਵੇਂ ਵਾਪਰੀ ਗਈ ਘਟਨਾ ਕਿ ਘਟਨਾ ਇਹ ਆਪਣਾ ਦੰਗਾ ਸੀ ਵੀ ਆਪਣੇ ਆਪ ਵਾਪਰ ਗਿਆ ਦੋਵੇਂ ਬੰਨਿਓ ਬੰਦੇ ਆ ਕੇ ਇਕੱਠੇ ਹੋ ਕੇ ਤੇਰੇ ਨਾਲ ਦੇ ਲਾਗੇ ਜਿਹੜੇ ਬੇਸ਼ਰਮ ਖੜੇ ਨੇ ਉਹਨਾਂ ਦੀ ਸੰਗੀ ਜੀ ਗੂਠਾ ਦਿੰਦਾ ਜੇ ਤੇਰੇ ਅੰਦਰ ਮਾੜਾ ਮੋਟਾ ਵੀ ਕੌਮੀ ਦਰਦ ਹੁੰਦਾ ਤੇ ਪਰ ਨਹੀਂ ਲੀਡਰਸ਼ਿਪ ਚਮਕਾਉਣਾ ਚਾਹੁੰਦੇ ਜੇ ਤੇ ਪੋਲੀਟੀਕਲ ਸਟੈਬਲਿਸ਼ਮੈਂਟ ਚਾਹੁੰਦਾ ਜੇ ਹੋਰ ਇਸ ਤੋਂ ਵੱਧ ਤੁਹਾਡਾ ਕੋਈ ਰੋਲ ਨਹੀਂ ਪੰਥਕ ਦਰਦ ਰੱਖਣ ਵਾਲੇ ਸਾਰੇ ਹੀ ਗੁਰੂ ਪਿਆਰੇ ਇੱਥੇ ਇਕੱਤਰ ਹੋਏ ਆ ਕਿ ਜੋ ਕੁਝ ਪਿਛਲੇ ਕੁਝ ਸਮੇਂ ਤੋਂ ਵਾਪਰਿਆ ਕੁਝ ਪ੍ਰਚਾਰ ਕੋ ਜੋ ਗੁਰਬਾਣੀ ਨੂੰ ਗੁਰ ਇਤਿਹਾਸ ਨੂੰ ਗੁਰੂ ਸਾਹਿਬ ਦੀ ਕਿਰਤ ਨੂੰ ਸਾਡੀਆਂ ਪਰਪਤਾਵਾ ਸਾਖੀਆਂ ਔਰ ਉਹ ਸਥਾਨ ਜਿੱਥੇ ਸਿੱਖਾਂ ਦੀ ਭਾਵਨਾ ਜੁੜੀ ਹੋਈ ਹੈ ਉਹ ਸਥਾਨ ਜਿੱਥੇ ਸਿੱਖਾਂ ਦੀ ਭਾਵਨਾ ਜੁੜੀ ਹੋਈ ਹੈ ਮੈਨੂੰ ਲੱਗਦਾ ਵੀ ਏਡਾ ਇਹ ਹਾਇਲ ਕਿਸਮ ਦਾ ਬੰਦਾ ਵਾਹ ਯਾਤ ਬੰਦਾ ਮੈਂ ਨਹੀਂ ਜ਼ਿੰਦਗੀ ਚ ਵੇਖਿਆ ਜਿੱਥੇ ਸਿੱਖਾਂ ਦੀ ਅੱਛਾ ਆ 1905 ਤੋਂ ਪਿਛਲਾ ਇਤਿਹਾਸ ਪੜ੍ਹ ਕੇ ਵੇਖਿਆ ਸਿੱਖਾਂ ਦੀ ਭਾਵਨਾ ਕਿੱਥੇ ਕਿੱਥੇ ਨਹੀਂ ਜੁੜੀ ਦਰਬਾਰ ਦੇ ਵਿੱਚ ਜਿਹਨੂੰ ਹਰੀ ਮੰਦਰ ਕਹਿੰਦੇ ਨੇ ਦਰਬਾਰ ਹੈ ਉਹ ਉਸ ਦਰਬਾਰ ਦੇ ਵਿੱਚ ਪ੍ਰਕਰਮਾਂ ਚ ਮੂਰਤੀਆਂ ਹੋਇਆ ਕਰਦੀਆਂ ਸਨ ਉਸ ਦਰਬਾਰ ਦੇ ਅੰਦਰ ਜੋਤਸ਼ੀ ਬੈਠਿਆ ਕਰਦੇ ਸਨ ਉਸੇ ਦਰਬਾਰ ਦੇ ਅੰਦਰ ਪੰਡਤਾਂ ਦਾ ਬੋਲਬਾਲਾ ਸੀ ਜਦੋਂ 1905 ਦੇ ਵਿੱਚ ਡਿਪਟੀ ਕਮਿਸ਼ਨਰ ਕਿੰਗ ਦਾ ਸਹਿਯੋਗ ਲੈ ਕੇ ਤਰਨਤਾਰਨ ਦਾ ਡਿਪਟੀ ਕਮਿਸ਼ਨਰ ਸੀ ਭਾਈ ਕਾਨ ਸਿੰਘ ਨਾਭਾ ਨੇ ਉਹ ਮੂਰਤੀਆਂ ਚੁੱਕ ਕੇ ਬਾਹਰ ਸੁੱ ਤੇ ਉਦੋਂ ਵੀ ਰੌਲਾ ਪਿਆ ਸੀ ਉਦੋਂ ਵੀ ਭਾਵਨਾਵਾਂ ਉਹਨਾਂ ਮੂਰਤੀਆਂ ਨਾਲ ਲੋਕਾਂ ਦੀਆਂ ਜੁੜੀਆਂ ਸੀ ਕਿਉਂ ਕਿਉਂਕਿ ਜੜਾਈਆਂ ਸੀ ਜੇ ਪ੍ਰਚਾਰਕ ਨੇ ਸੰਗਤ ਦਾ ਭਾਵ ਵੇਖ ਕੇ ਬੋਲਣਾ ਵੀ ਕਿੱਥੇ ਜੁੜਿਆ ਉਹ ਫਿਰ ਪ੍ਰਚਾਰਕ ਨਹੀਂ ਹੋ ਸਕਦਾ ਫਿਰ ਪ੍ਰਚਾਰਕ ਦੀ ਲੋੜ ਕੀ ਹੈ ਪਰ ਸੰਗਤ ਨੂੰ ਜਾਣਦੇ ਹੋ ਜਿੱਧਰ ਜਾਂਦੀ ਹੈ ਸੰਗਤ ਥੱਲੇ ਬੈਠੀ ਸੁਣ ਤਾਂ ਰਹੀ ਹੈ ਕਿਉਂਕਿ এডਿਕੇਸ਼ਨ ਦੀ ਲੋੜ ਹੈ ਜਿਹੜੀ ਗੱਲ ਪ੍ਰਚਾਰਕ ਨੇ ਪੜ੍ਹੀ ਹੈ ਨਾ ਉਹ ਸੰਗਤ ਤਾਂ ਹੀ ਸਾਂਝੀ ਕਰ ਸਕੇ ਇਹ ਸੰਗਤ ਦੀ ਭਾਵਨਾ ਜੁੜੀ ਸੀ ਕਿਹੜੀ ਭਾਵਨਾ ਜੁੜੀ ਬਈ ਦੱਸੀ ਜਰਾ ਭਾਵਨਾ ਕਿੱਥੇ ਕਿੱਥੇ ਨਹੀਂ ਜੁੜੀ ਸੀ ਤੁਹਾਡੀ ਕੀ ਹਰਦਵਾਰ ਦੇ ਵਿੱਚ ਪਾਂਡਿਆਂ ਦੀ ਭਾਵਨਾ ਨਹੀਂ ਜੁੜੀ ਸੂਰਜਵਾਨ ਨੂੰ ਪਾਣੀ ਦੇਣ ਦੀ ਕੀ ਮੂਰਤੀ ਪੂਜਾ ਨਾਲ ਭਾਵਨਾ ਨਹੀਂ ਜੁੜੀ ਕਿਹੜੀ ਕਿਹੜੀ ਭਾਵਨਾ ਦੀ ਗੱਲ ਕਰੋਗੇ ਇਹਨਾਂ ਦੇ ਹਿੰਦੂ ਵੀ ਕਹਿੰਦੇ ਨੇ ਸਾਡੀਆਂ ਭਾਵਨਾਵਾਂ ਦਾ ਖਲਵਾੜ ਕਰਦੇ ਨੇ ਸਿੱਖ ਮਸਲਾ ਕਿਸੇ ਦੀ ਭਾਵਨਾ ਤੋੜਨ ਦਾ ਨਹੀਂ ਮਸਲਾ ਸੱਚ ਕੀ ਤੇ ਝੂਠ ਕੀ ਹੈ ਅਸਲ ਗੁਰੂ ਦੀ ਮੱਤ ਕੀ ਹੈ ਤੇ ਝੂਠ ਕੀ ਹੈ ਦੁਰਮੱਤ ਕੀ ਹੈ ਮਸਲਾ ਤੇ ਪ੍ਰਗਟ ਕਰਨ ਦਾ ਹੈ ਸੰਗਤ ਦੀ ਭਾਵਨਾ ਜੁੜੀ ਸੀ ਪਰਨਾ ਪ੍ਰੈਸ ਕਰਿਆ ਕਰ ਚੰਗੀ ਤਰ੍ਹਾਂ ਮੋਢੇ ਤੇ ਰੱਖਣ ਵਾਸਤੇ ਸੰਗਤ ਦੀ ਭਾਵਨਾ ਜੁੜੀ ਸੀ ਉਹਦੇ ਸਬੰਧ ਵਿੱਚ ਔ ਸਿੱਖਾਂ ਨੂੰ ਗਲਤ ਪ੍ਰਚਾਰ ਕਰਕੇ ਉਹਦੇ ਨਾਲ ਤੋੜ ਰਹੇ ਹਨ ਸਬੰਧ ਵਿੱਚ ਸਿੱਖਾਂ ਨੂੰ ਗਲਤ ਪ੍ਰਚਾਰ ਕਰਕੇ ਉਹਦੇ ਨਾਲ ਤੋੜ ਰਹੇ ਹਨ ਕਿਹੜਾ ਗਲਤ ਪ੍ਰਚਾਰ ਮੈਂ ਖੁੱਲਾ ਸਤਾ ਦਿੰਨਾ ਤੈਨੂੰ ਪਾਈ ਆ ਤੂੰ ਮੈਨੂੰ ਦੱਸ ਕਿਹੜਾ ਗਲਤ ਪ੍ਰਚਾਰ ਹੈ ਆਪਾਂ ਦੋਵੇਂ ਗੱਲ ਕਰਦੇ ਆ ਰੇਡੀਓ ਦੇ ਉੱਤੇ ਹੁਣ ਇਹ ਨਾ ਕਹੀਂ ਜਿਹੜਾ ਮੇਰਾ ਮੇਰੇ ਵਾਲਾ ਟੈਲੀਵਿਜ਼ਨ ਉਹਦੇ ਤੇ ਆ ਜਾ ਚੱਲ ਤੂੰ ਮੇਰੇ ਵਾਲੇ ਰੇਡੀਓ ਤੇ ਨਾ ਕੋਈ ਐਸੀ ਗੱਲ ਨਹੀਂ ਆਪਾਂ ਖੁੱਲੇ ਇੱਕ ਇੱਕ ਜਗ੍ਹਾ ਤੇ ਬਹਿ ਕੇ YouTube ਲਾਈਵ ਕਰ ਦਿੰਨੇ ਆ YouTube ਲਾਈਵ Facebook ਲਾਈਵ ਕਰ ਦਿੰਨੇ ਆ ਨਾ ਤੇਰਾ মিডিਆ ਨਾ ਮੇਰਾ মিডিਆ ਤੇ ਮੈਨੂੰ ਉਹ ਭਾਵਨਾ ਦੱਸੇ ਜਿਹੜੀ ਸਿੱਖ ਦੀ ਹੈ ਜਿਹੜੀ ਕਿਸੇ ਪ੍ਰਚਾਰਕ ਨੇ ਤੋੜੀ ਤੇ ਮੈਂ ਉਹ ਸਿੱਧ ਕਰੂੰ ਗੁਰਬਾਣੀ ਦੇ ਵਿੱਚੋਂ ਵੀ ਉਹ ਕਿਹੜੀ ਭਾਵਨਾ ਹੈ ਉਹ ਬੇਪਰ ਦੇ ਆਧਾਰਤ ਹੈ ਜਿਵੇਂ ਕਿ ਆਪ ਨੂੰ ਪਲੀਪਾਤ ਪਤਾ ਹੈ ਕਿ ਕੋਈ ਵੀ ਧਰਮ ਜੋ ਹੈ ਉਹ ਕੇਵਲ ਉਹਦਾ ਜੋ ਆਧਾਰ ਹੈ ਉਹ ਸ਼ਰਧਾ ਹੈ ਤੇ ਜਦੋਂ ਕੋਈ ਅਸ਼ਰਧਕ ਹੋ ਜਾਂਦਾ ਹੈ ਉਹਨੂੰ ਆਪਾਂ ਧਰਮ ਹੀ ਨਹੀਂ ਆਖ ਸਕਦੇ بے ਸ਼ਰਮ ਕੋਈ ਵੀ ਧਰਮ ਹੈ ਉਹਦਾ ਆਧਾਰ ਸ਼ਰਧਾ ਹੈ ਤੂੰ ਗੁਰਬਾਣੀ ਨਹੀਂ ਪੜੀ ਭਾਈ ਜਹਾਂ ਗਿਆਨ ਤੈ ਧਰਮ ਹੈ ਜਹਾਂ ਝੂਠਤਾ ਪਾਪ ਜਿੱਥੇ ਗਿਆਨ ਹੈ ਉੱਥੇ ਧਰਮ ਹੈ ਮੈਨੂੰ ਇੱਕ ਦਸ ਸ਼ਬਦ ਜਿੱਥੇ ਲਿਖਿਆ ਹੈ ਜਹਾਂ ਸ਼ਰਧਾ ਤਹਿ ਧਰਮ ਹੈ ਸ਼ਰਧਾ ਗਿਆਨਹੀਨ ਹੋ ਕੇ ਆਵੇ ਤੇ ਸ਼ਰਧਾ ਹੈ ਨਹੀਂ ਤੇ ਜੇ ਉਹ ਸ਼ਰਧਾ ਗਿਆਨਹੀਨ ਨਹੀਂ ਤੇ ਉਹ ਅਗਿਆਨਤਾ ਹੈ ਉਹ ਦੁਰਮਤ ਹੈ ਹੁਣ ਮੈਂ ਤੈਨੂੰ ਸਾਬਤ ਕਰ ਦਤਾ ਵੀ ਗਿਆਨ ਧਰਮ ਹੈ ਜਹਾਂ ਗਿਆਨ ਤਹਿ ਧਰਮ ਹੈ ਗੁਰੂ ਆਂਦਾ ਸ਼ਬਦ ਗੁਰੂ ਸੁਰਤਧਨ ਚੇਲਾ ਫਲਸਫਾ ਉਹ ਗਿਆਨ ਦਾ ਫਲਸਫਾ ਉਹ ਮੇਰਾ ਗੁਰੂ ਹੈ ਉਹ ਮੇਰੀ ਉਹ ਮੈਨੂੰ ਮਾਰ ਉਹ ਮੇਰਾ ਮਾਰਗਦਰਸ਼ਕ ਹੈ ਮੈਨੂੰ ਦੱਸ ਜਿੱਥੇ ਸ਼ਰਦਾ ਗੁਰੂ ਰੱਖਿਆ ਵੇ ਲਿਖਿਆ ਵੇ ਕਦੇ ਗਰਬਾਣੀ ਨੂੰ ਕਿਤੇ ਮੱਥਾ ਹੀ ਟੇਕਿਆ ਜੇ ਤੇ ਕਦੇ ਕਿਤੇ ਪੜ ਕੇ ਵੇਖੀ ਨਹੀਂ ਇੰਨੀ ਇੰਨੀ ਤੁਹਾਡੀ ਉਮਰ ਹੋ ਗਈ ਹੈ ਲੀਡਰਸ਼ਿਪ ਨੂੰ ਤੁਸੀਂ ਭੱਜ ਗਏ ਜਿਵੇਂ ਸਾਨੂੰ ਲੀਡਰ ਬਣਾ ਦਿਓ ਕਿ ਲੀਡਰਸ਼ਿਪ ਪਰਨੇ ਪ੍ਰੈਸ ਕਰਕੇ ਮੋਢਿਆਂ ਤੇ ਟੰਗਣ ਵਾਲੀ ਆ ਜਾਏਗੀ ਲੀਡਰਸ਼ਿਪ ਦੇ ਦਿਓ ਇਹਨਾਂ ਨੂੰ ਸੋ ਇਸ ਗੱਲ ਨੂੰ ਮੁੱਖ ਰੱਖ ਕੇ ਹੀ ਅੱਜ ਗੁਰੂ ਪਿਆਰਿਆਂ ਨੇ ਇੱਥੇ ਇਕਤਰਤਾ ਕੀਤੀ ਹੈ ਕਿ ਉਹ ਪ੍ਰਚਾਰਕ ਜੋ ਇਸ ਟੰਗ ਨਾਲ ਸਿੱਖ ਕੌਮ ਨੂੰ ਸਿੱਖਾਂ ਦੀ ਭਾਵਨਾ ਸ਼ਰਦਾ ਨਾਲੋਂ ਤੋੜ ਰਹੇ ਹਨ ਇਹ ਵੀ ਦੱਸ ਦਿਓ ਵੀ ਇਹ ਕਤਰਤਾ ਪੱਗ ਲਾਉਣ ਤੋਂ ਪਹਿਲਾਂ ਹੀ ਕਿ ਬਾਅਦ ਹੋਈ ਪੀ ਇਸ ਗੱਲ ਨੂੰ ਮੁੱਖ ਰੱਖ ਕੇ ਹਮ ਹੀ ਕੋ ਕਤਲ ਕਰਤੇ ਹੋ ਔਰ ਹਮ ਹੀ ਸੇ ਪੁੱਛਤੇ ਹੋ ਕਿ ਸ਼ਹੀਦੇ ਨਾਦ ਬਤਾਨਾ ਮੇਰੇ ਤਲਵਾਰ ਕੀ ਧਾਰ ਕੈਸੀ ਹੈ ਇੱਕ ਬਨੇ ਤੁਸੀਂ ਪ੍ਰਚਾਰਕ ਦੀ ਪੱਗ ਲਾ ਕੇ ਜਾਣ ਦੇ ਜੇ ਦੂਜੇ ਬਨੇ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਉਹ ਜ਼ਾਲਮੋ ਅਕਲ ਕਰੋ ਥੋੜਾ ਜਿਹਾ ਸ਼ਰਮ ਨੂੰ ਹੱਥਨ ਮਾਰੋ ਕਦੋਂ ਤੁਸੀਂ ਆ ਬਿਆਨ ਦਿੱਤਾ ਹੈ ਪਹਿਲਾਂ ਪੱਗ ਲਥਨ ਤੋਂ ਬਾਅਦ ਕੇ ਪਹਿਲਾਂ ਤੇ ਜਿਨ੍ਹਾਂ ਨੇ ਕਤਲ ਦਾ ਕੀਤੀ ਹੈ ਉਹ ਤਾਂ ਗੁੰਡੇ ਖੜੇ ਤੇਰੇ ਨਾਲ ਜੇ ਮਾੜੀ ਮੋਟੀ ਵੀ ਸਿਰ ਦਤਾ ਹੁੰਦੀ ਨਾ ਸੱਜਣਾ ਤੇਰੇ ਚ ਤੇ ਇਦਾਂ ਨਾ ਕਰਦਾ ਉਹਨਾਂ ਦੇ ਸਬੰਧ ਵਿੱਚ ਇੱਕ ਕਮੇਟੀ ਜੋ ਹੈ ਉਹਦਾ ਯੋਜਨਾਬੰਦ ਤਰੀਕੇ ਨਾਲ ਕਤਲ ਦਾ ਕੀਤੀ ਜਾਵੇਗੀ ਜਿਹਦੇ ਵਿੱਚ ਇੰਗਲੈਂਡ ਦੇ ਸਾਰੇ ਹੀ ਪਤਵੰਤੇ ਸੱਜਣ ਜੋ ਸਿੱਖੀ ਨਾਲ ਗੁਰਮਤ ਨਾਲ ਗੁਰੂ ਨਾਲ ਪਿਆਰ ਕਰਨ ਵਾਲੇ ਹਨ ਉਹਨਾਂ ਸਾਰਿਆਂ ਨੂੰ ਉਹਦੇ ਵਿੱਚ ਲਿਆ ਜਾਵੇਗਾ ਔਰ ਪਾਰਟੀ ਗਰੁੱਪ ਧੜੇ ਤੋਂ ਆਪਣੇ ਕਿਸੇ ਵੀ ਨਿੱਜੀ ਸ਼ੋਰਤ ਤੋਂ ਉੱਪਰ ਉੱਠ ਕੇ ਜਿਹੜੇ ਇਸ ਗੱਲ ਲਈ ਯੋਜਨਾਬੰਦ ਤਰੀਕੇ ਨਾਲ ਕਰਤਾਰ ਹੋਣਗੇ ਕਿ ਆਪਾਂ ਗੁਰੂ ਦੀ ਕਿਤੇ ਵੀ ਨਿੰਦਾ ਜੋ ਹੈ ਉਹ ਗੁਰੂ ਸਿੱਖ ਨਹੀਂ ਸੁਣ ਸਕਦਾ ਗੁਰੂ ਦੀ ਨਿੰਦਾ ਸਿੱਖ ਨਹੀਂ ਉਹ ਸੁਣ ਸਕਦਾ ਆ ਹੁਣ ਤੈਨੂੰ ਪੜ ਕੇ ਸੁਣਾ ਦਤਾ ਪਹਿਲਾਂ ਇਹ ਗੁਰਬਾਣੀ ਦੇ ਵਿੱਚ ਤੁਹਾਡੀ ਤਕਸਾਲ ਦੀ ਇਹ ਜਿਹੜੀ ਗੁਰਬਾਣੀ ਪਾਠ ਦਰਸ਼ਨ ਕਹਿੰਦੀ ਹੈ ਪੀ ਇਹਦੇ ਵਿੱਚ 1500 ਗਲਤੀਆਂ ਕਰਤਾਰਪੁਰੀ ਬੀੜ ਚ 1500 ਗਲਤੀਆਂ ਇਹ ਨਿੰਦਾ ਨਹੀਂ ਗੁਰੂ ਦੀ ਜਿੱਥੇ ਗੁਰੂ ਨੂੰ ਲਵ ਕੁਛ ਦੇ অবতার ਦੱਸਣਾ ਇਹ ਨਿੰਦਾ ਨਹੀਂ ਗੁਰੂ ਦੀ ਜਿੱਥੇ ਪੰਜਾਂ ਪਿਆਰਿਆਂ ਨੂੰ ਚਤਰਪੁਜੀ ਦੇ ਹਿੰਮਤ ਸਿੰਘ ਨੂੰ অবতার ਦੱਸਣਾ ਕੀ ਇਹ ਪੰਜਾਂ ਪਿਆਰਿਆਂ ਦੀ ਨਿੰਦਾ ਨਹੀਂ ਕਿਹੜੀ-ਕਿਹੜੀ ਨਿੰਦਾ ਦੀ ਗੱਲ ਕਰਦੇ ਜੇ ਤੁਸੀਂ ਤੁਹਾਨੂੰ ਹਜ਼ਾਰਾਂ ਇਹੋ ਜਿਹੀਆਂ ਗੱਲਾਂ ਦੱਸ ਦਿੰਦੇ ਨੇ ਜਿਹੜੀਆਂ ਤੁਹਾਡੇ ਅੰਦਰ ਨਿੰਦਾ ਦੀਆਂ ਭਰੀਆਂ ਪਈਆਂ ਨੇ ਤੁਸੀਂ ਗੁਰੂ ਤੇ ਸਵਾਲੀਆ ਚੈਨਲ ਆਏ ਨਿੰਦਾ ਯਾਦ ਆਈ ਇਹ ਤੁਹਾਨੂੰ ਜਿਹੜਾ ਗੁਰਮਤ ਦੀ ਜਿਹੜੇ ਗੁਰਬਾਣੀ ਦੇ ਰੈਫਰੈਂਸ ਤੋਂ ਬਾਹਰ ਗੱਲ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਨਿੰਦਕੁਸ਼ਟ ਕਰੋਗੇ ਸੋ ਉਸ ਗੱਲ ਨੂੰ ਰੋਕ ਥਾਮ ਕਰਨ ਲਈ ਆਪਾਂ ਸਾਰਿਆਂ ਨੇ ਇੱਕ ਕਮੇਟੀ ਦੀ ਜੋ ਹੈ ਉਹ ਗਠਨ ਕਰਨੀ ਹੈ ਤਾਂ ਜੋ ਗੁਰੂ ਪਿਆਰੇ ਉਸ ਦਿਨ ਸੌਥ ਹਾਲ ਵੀ ਗਏ ਹਨ ਜੋ ਗੁਰੂ ਪਿਆਰੇ ਉਸ ਦਿਨ ਸੌਥ ਹਾਲ ਵੀ ਗਏ ਹਨ ਮੈਂ ਯਕੀਨ ਨਾਲ ਕਹਿ ਸਕਦਾ ਬਈ ਦੀ ਸਲਾਹ ਨਾਲ ਆਏ ਨੇ ਇਹ ਜਿਹੜੇ ਗੁਰੂ ਪਿਆਰੇ ਸੌਥ ਹਾਲ ਆਏ ਨੇ ਨਾ ਇਹ ਭਾਈ ਤੇਰੀ ਸਲਾਹ ਤੋਂ ਬਿਨਾ ਨਹੀਂ ਆਏ ਫਿਰ ਜੀ ਉਹ ਗੁਰੂ ਪਿਆਰੇ ਨੇ ਤੇ ਸ਼ਬਦਾਬਲੀ ਵਰਤੀ ਕੀ ਬੜੀ ਗਲਤ ਜੇ ਤੂੰ ਇਹ ਗੱਲ ਕਹਿ ਦਿੰਦਾ ਨਾ ਵੀ ਜਿਹੜੇ ਗੁਰੂ ਦਰਕਾਰੇ ਸੌਥ ਹਾਲ ਗਏ ਨੇ ਜੇ ਆਹ ਸ਼ਬਦ ਵਰਤਦਾ ਤਾਂ ਤੇਰੇ ਸ਼ਬਦ ਅਸੈਪਟ ਹੋ ਜਾਂਦੇ ਤੇਰੇ ਸ਼ਬਦਾਂ ਨੂੰ ਫੁੱਲ ਲੱਗ ਜਾਂਦੇ ਗੁਰੂ ਪਿਆਰੇ ਸੌਥ ਹਾਲ ਗਏ ਸਨ ਉਹ ਗੁਰੂ ਦਰਕਾਰੇ ਸਨ ਜਿਹੜੇ ਸਾਊਥ ਆਲੇ ਸਨ ਜਿਹੜੇ ਈਡੀ ਦਰੋਂ ਕੋਚਾਂ ਕਰਵਾ ਕੇ ਆਏ ਕਿਉਂ ਇੱਕ ਬੰਦਾ ਟਾਉਣਾ ਜੀ ਉਹਨਾਂ ਨੇ 60 ਬੰਦਿਆਂ ਨੇ ਆਣ ਕੇ ਬੱਲੇ ਬੱਲੇ ਇਹ ਸਰਪੰਚ ਦੀ ਗੁੰਡਾਗਰਦੀ ਕਿੱਥੇ ਗਈ ਇਹ ਆਂਦੇ ਬੜਾ ਗੁੰਡਾ ਸੀ ਮੈਂ ਦੋ ਕਰਾਇਿਆਂ ਨੂੰ ਇੱਥੇ ਵੇਖਿਆ ਇੱਕਰਾ ਮੇਰੀ ਪਰੀ ਹੀਗਾ ਇਧਰੋਂ ਮੈਂ ਇਧਰੋਂ ਮੜਾ ਜਾ ਇਧਰੋਂ ਇਹ ਕੁਰੀ ਦਾ ਹੀ ਤੇ ਦੂਜੇ ਬੰਨੇ ਭੱਜ ਜਾਂਦਾ ਹੈ ਉਧਰੋਂ ਕੁਰੀ ਦਾ ਹੀ ਦੂਜੇ ਬੰਨੇ ਭੱਜ ਜਾਂਦਾ ਹੈ ਕਾਲਾ ਵੀ ਇਹਦੇ ਘਰ ਜਾ ਆਇਆ ਦੋ ਤਿੰਨ ਵਾਰ ਕੋਈ ਨਹੀਂ ਕਰਾਂਗੇ ਗੱਲ ਇਹ ਤੇ ਜਿਹੜੇ ਲੋਕ ਲੈ ਇਹਨਾਂ ਨਾਲ ਮਿਲਾਂਗੇ ਟਾਈਮ ਨਾ ਉਹਨਾਂ ਦੇ ਸਬੰਧ ਵਿੱਚ ਜੋ ਸ਼ਬਦਾਬਲੀ ਵੀ ਵਰਤੀ ਆਪਾਂ ਕਿਸੇ ਮੁਜਹਿਬ ਸ਼ਬਦ ਜਿਹੜੇ ਹਨ ਉਹ ਵਰਤੀਏ ਇਹ ਗੁਰਸਿੱਖ ਦਾ ਕਰਮ ਨਹੀਂ ਕਿ ਅਜਿਹੇ ਸ਼ਬਦ ਵਰਤੇ ਜਾਣ ਆ ਜਿਹੜਾ ਤੇਰੇ ਇਲਾਕੇ ਖੜਾ ਨਾ ਟੀਵੀ ਦੇ ਵਾਲਾ ਗੁੰਡਾ ਜਿਹੜਾ ਚਰਨ ਸਿੰਘ ਇਹਨੂੰ ਪੁੱਛੀਂ ਹਪਲਾਏ ਸ਼ਬਦ ਕਿਦਾਂ ਦੀ ਭਾਸ਼ਾ ਵਰਤਦਾ ਮੈਨੂੰ ਪ੍ਰਚਾਰ ਕਾਹਨ ਤੋਂ ਪਤਾ ਲੱਗਾ ਕਿ ਕਦੋਂ ਤੋਂ ਆਂਦੇ ਗਾਲ ਬੜੀ ਗੰਦੀ ਕੱਢਦਾ ਹੈ ਕੋਈ ਨਹੀਂ ਦਿੱਲੀ ਦੂਰ ਨਹੀਂ ਕੋਈ ਨਹੀਂ ਉਸ ਗੱਲ ਦੀ ਵੀ ਅਸੀਂ ਇਹ ਇਹ ਬੇਨਤੀ ਕਰਦੇ ਆਂ ਕਿ ਅਜਿਹੇ ਸ਼ਬਦ ਕਦੀ ਵੀ ਨਾ ਵਰਤੇ ਗੁਰਸਿੱਖਾਂ ਬਰੀ ਸਵਾਨ ਆਪਾਂ ਸਾਰੇ ਹੀ ਭੁੱਲਣ ਹਾਰਾਂ ਭੁੱਲਾ ਹੁੰਦੀਆਂ ਲੇਕਿਨ ਆਪਾਂ ਇਸ ਕਾਰਜ ਲਈ ਸਿਰ ਜੋੜ ਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਕਤਰ ਹੋ ਕੇ ਆਪਣੀਆਂ ਪਰੰਪਰਾਵਾਂ ਆਪਣਾ ਇਤਿਹਾਸ ਆਪਣਾ ਗੁਰੂ ਸਾਹਿਬ ਦਾ ਜੋ ਵਿਰਸਾ ਹੈ ਉਹਨੂੰ ਆਪਣੇ ਸਾਹਮਣਾ ਹੈ ਇਹ ਕਿ ਜਿਹੜਾ ਪਰੰਪਰਾ ਸ਼ਬਦ ਹੈ ਨਾ ਜਾਣ ਕੇ ਕਿਸੇ ਡਿਆ ਗਿਆ ਸਿੱਖੀ ਚ ਹਜ਼ਾਰ ਸਾਲ ਪੁਰਾਣੀ ਪਰੰਪਰਾ ਨਹੀਂ ਹੈ ਸਿੱਖੀ ਜਾਂ ਗੁਰੂ ਦੀ ਮੱਤ ਹੈ ਤੇ ਜਾਂ ਗੁਰ ਇਤਿਹਾਸ ਹੈ ਸਿੱਖ ਇਤਿਹਾਸ ਹੈ ਉਹ ਵੀ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਗੁਰੂ ਦੀ ਮੱਤ ਤੇ ਪਰਖਣਾ ਪੈਂਦਾ ਹੈ ਪਰੰਪਰਾ ਦੇ ਵਿਪਰਦੀਆਂ ਹੋਇਆ ਕਰਦੀਆਂ ਸਨ ਇਹ ਕਿਹੜੀਆਂ ਪਰੰਪਰਾਵਾਂ ਦੀ ਗੱਲ ਕਰਦੇ ਜੇ ਪਰੰਪਰਾ ਟੁੱਟ ਗਈ ਪਰੰਪਰਾ ਟੁੱਟ ਗਈ ਪਰੰਪਰਾ ਵਿਪਰਵਾਦੀ ਸੋਚ ਸੀ ਸਿੱਖੀ ਦੇ ਵੇੜੇ ਵਿੱਚ ਪਰੰਪਰਾ ਨਹੀਂ ਸੀ ਇਸ ਗੱਲ ਇਹ ਹਰ ਸਿੱਖ ਸਿਰ ਜੋੜ ਕੇ ਸਾਡੇ ਨਾਲ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਉਹ ਪ੍ਰਚਾਰਕ ਜੋ ਇਸ ਗੱਲ ਤੇ ਨਹੀਂ ਆਉਂਦੇ ਉਹਨਾਂ ਨੂੰ ਬਿਲਕੁਲ ਇਸੇ ਵੀ ਸਟੇਜ ਦੇ ਉੱਤੇ ਜੋ ਹੈ ਉਹ ਨਾਂ ਠਹਿਨ ਦਿੱਤਾ ਜਾਵੇ ਹਰ ਸਿੱਖ ਸਿਰ ਜੋੜ ਕੇ ਯੋਗਦਾਨ ਪਾਵੇ ਤੇ ਜਿਹੜਾ ਸਿੱਖ ਸਿਰ ਜੋੜਨ ਵਾਸਤੇ ਜਾਵੇ ਉਹ ਪੱਗ ਦੀ ਥਾਂ ਤੇ ਹੈਲਮਟ ਪਾ ਕੇ ਜਾਵੇ ਇਹ ਵੀ ਨਾਲ ਹੀ ਕਹਿ ਦੇਣਾ ਹੈ ਕਿਉਂਕਿ ਸਿਰ ਜੋੜਨ ਵਾਲਿਆਂ ਨੂੰ ਉਹ ਉਮਰੀ ਭਾਈ ਮਰੀਕ ਸਿੰਘ ਦੇ ਵਿਚਾਰਾ ਸਿਰ ਜੋੜਨ ਆਇਆ ਸੀ ਹਾਂਜੀ ਉਹਦੇ ਸਿਰ ਦੇ ਉੱਤੋਂ ਪੱਗ ਲਾ ਕੇ ਭਜੇ ਫਿਰਦੇ ਜਦਹੀਂ ਤੇ ਇੱਥੇ ਸਿਰ ਜੋੜਨ ਦਾ ਆਵਾਜ ਦੇ ਜਾਂਦੇ ਜੇ ਇਹ ਕਹਿ ਦਿੰਦੇ ਵੀ ਸਿਰ ਜੋੜਨ ਵਾਲਾ ਜਿਹੜਾ ਵਾ ਨਾ ਉਹ ਸਿਰ ਦੀ ਆਪਣੀ ਇੰਸ਼ੋਰੈਂਸ ਵਗੈਰਾ ਕਰਵਾ ਕੇ ਪਹੁੰਚੇ ਕਿਉਂਕਿ ਅਸੀਂ ਸਾਡਾ ਪਤਾ ਨਹੀਂ ਲੱਗਦਾ ਕਿਸੇ ਵੇਲੇ ਸਾਡੇ ਸਿਰਾਂ 'ਚ ਕੁਝ ਨਹੀਂ ਵੀ ਅਸੀਂ ਕਿਹੜੇ ਵੇਲੇ ਸਿਰ ਜੋੜਨ ਵਾਲੇ ਆਏ ਆਏ ਦਾ ਜਿਹੜਾ ਵਾ ਉਹਦੇ ਨਾਲ ਉਹਦੀ ਪੱਗ ਲਾ ਕੇ ਭੱਜ ਜਾਣਾ ਜਾਂ ਉਹਦੇ ਨਾਲ ਛਤਰੋ ਛਤਰੀ ਹੋ ਜਾਣਾ ਤੂ ਤੇ ਜੋ ਹੋਏ ਜੋ ਇਸ ਗੱਲ ਤੇ ਨਹੀਂ ਆਉਂਦੇ ਉਹਨਾਂ ਨੂੰ ਬਿਲਕੁਲ ਕਿਸੇ ਵੀ ਸਟੇਜ ਦੇ ਉੱਤੇ ਜੋ ਹੈ ਉਹ ਨਾਂ ਥੈਂ ਦਿੱਤਾ ਜਾਵੇ ਕੌਣ ਮੰਨਦਾ ਹੈ ਤੈਨੂੰ ਕਿ ਇਹ ਸਟੇਜ ਤੇ ਨਾਂ ਬੰਨ੍ਹ ਦਿੱਤਾ ਜਾਵੇ ਹਾਂ ਠੀਕ ਆ ਤੁਹਾਡੀ ਇੱਥੇ ਹੋਣਗੀਏ ਤੁਹਾਡੇ ਕੋਲ ਸਟੇਜਾਂ ਚਾਰ ਹੋਣਗੀਆਂ ਉੱਥੇ ਨਾਂ ਜਾਣਗੇ ਤੇ ਤੈਨੂੰ ਮੰਨਦਾ ਕੌਣ ਹੈ ਤੂੰ ਕਿਹੜੀ ਅਥਾਰਟੀ ਨਾਲ ਬਿਆਨ ਦਈ ਜਨਾ ਭਾਈ ਕੀ ਔਕਾਤ ਹੈ ਤੇਰੀ ਬਾਹਰ ਅਨਿਕਲ ਹਬਾਰ ਮੜਾ ਜਾ ਇੱਥੋਂ ਆਪਣੇ ਬਾਹਰ ਜਾ ਕੇ ਵੇਖ ਕੀ ਪਾਤ ਔਲਦੀ ਹੈ ਕੈਨੇਡਾ ਅਮਰੀਕਾ ਹੀ ਸਿਆਟਲ ਬੋਲ ਕੇ ਆਏ ਉੱਥੇ ਠੋਕੇ ਗੱਲਾਂ ਕਰਕੇ ਆਏ ਆ ਹੁਣ ਮੈਂ ਬੈਂਕਾਕ ਬੋਲ ਕੇ ਆਇਆ ਕਿਧੀਆਂ ਗੱਲਾਂ ਕਰਨ ਦਿਆ ਤੂੰ ਕੌਣ ਕੁ ਨਵਾਈ ਜਾਹੇਦਾਰ ਬਣ ਗਿਆ ਪਰਨੇ ਵਾਲੇ ਮਹਾਪੁਰਖ ਸੋ ਇਹ ਬੇਨਤੀ ਜ਼ਰੂਰ ਸਾਰਿਆਂ ਨੇ ਪ੍ਰਵਾਨ ਕਰਨੀ ਔਰ ਅਸੀਂ ਸਾਰਿਆਂ ਨੂੰ ਕੋਸ਼ ਸਿੰਘਾਂ ਦੀ ਡਿਊਟੀ ਜਿਹੜੀ ਹੈ ਔਰ ਲਈ ਗਈ ਹੈ ਉਹਦੇ ਵਿੱਚ ਦਾਸ ਵੀ ਸੇਵਾ ਅਨਭਾਵੇਗਾ ਔਰ ਬਾਕੀ ਸੰਗ ਵੀ ਜਿਹੜੇ ਹਨ ਉਹਨਾਂ ਨੂੰ ਨਾਲ ਲੈ ਕੇ ਅਸੀਂ ਜੋ ਕਮੇਟੀ ਹੈ ਬਹੁਤ ਹੀ ਛੇਤੀ ਕੁਝ ਦਿਨਾਂ ਵਿੱਚ ਇਕੱਤਰ ਕਰਕੇ ਸਾਰਿਆਂ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਅਜਿਹੀ ਘਟਨਾ ਕਦੀ ਵੀ ਨਾ ਵਾਪਰੇ ਜਿਹਦੇ ਨਾਲ ਅਸੀਂ ਸਾਰੇ ਮਹਿਸੂਸ ਕਰੀਏ ਕਿ ਇਹਦਾ ਅਸੀਂ ਸਿਆਣਪ ਨਾਲ ਹੱਲ ਲੱਭ ਸਕਦੇ ਸੀ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਸਿਆਣਪ ਨਾਲ ਹੱਲ ਲੱਭਿਆ ਜਾ ਸਕਦਾ ਸੀ ਅੱਜ ਵੀ ਜੇ ਇਮਾਨਦਾਰੀ ਸਜਣਾ ਕਰਦਾ ਨਾ ਤੇ ਜਿਹੜੇ ਤੇਰੇ ਲਾਗੇ ਖੜੇ ਸੀ ਨਾ ਮਾੜਾ ਜਾਨਾ ਨੂੰ ਕੁਰੀ ਵਟਦਾ ਉਹ ਭਾਈ ਤੁਸੀਂ ਚਲੇ ਕਿਧਰ ਗਏ ਕੀ ਲੋੜ ਪਈ ਤੁਹਾਨੂੰ ਐਡੀ ਦੂਰ ਲੰਡਨ ਜਾ ਕੇ ਜਾਣ ਦੀ ਪਹੁੰਚਣ ਦੀ ਵੀ 60 ਬੰਦੇ ਇੱਕ ਬੰਦੇ ਕੋ ਤੁਰ ਪੈ ਜਾਏ ਤੁਹਾਨੂੰ ਅਕਲ ਨਹੀਂ ਆਈ ਤੁਹਾਨੂੰ ਸ਼ਰਮ ਨਹੀਂ ਆਈ 60 ਬੰਦਿਆਂ ਨੂੰ ਗਏ ਕਿੱਧਰ ਤੁਸੀਂ ਸੋ ਹੁਣ ਸਾਡੀਆਂ ਕਾਲਾਂ ਖੁੱਲੀਆਂ ਜੇ ਵੀ ਜਿੰਨੇ ਕਾਲ ਕਰਨੀਆਂ ਕਰ ਸਕਦਾ ਅੱਗੇ ਫੋਨ ਕਾਫੀ ਆ ਰਹੇ ਸਨ ਤੇ ਖਾਸ ਕਰਕੇ ਜਿਨ੍ਹਾਂ ਦਾ ਅਸੀਂ ਜਿਗਰ ਕੀਤਾ ਇਹਨਾਂ ਨੂੰ ਤੇ ਮੋਸਟ ਵੈਲਕਮ ਆ ਖੁੱਲਾ ਸਮਾਂ ਇਹਨਾਂ ਨੂੰ ਜੇ ਅੱਗੇ ਵੀ ਅੱਗੇ ਪਿੱਛੇ ਵੀ ਕਹਿਣ ਦਾ ਪ੍ਰੋਗਰਾਮ ਰੱਖਦੇ ਆਂਗੇ ਭਾਵੇਂ ਸਾਨੂੰ ਸਮਾਂ ਕੱਢ ਕੇ ਜਦੋਂ ਮਰਜ਼ੀ ਰੱਖਣਾ ਪਵੇ ਸਮਾਂ ਕੱਢ ਕੇ ਅਸੀਂ ਜਦੋਂ ਮਰਜ਼ੀ ਭਾਵੇਂ ਰੱਖੀਏ ਪ੍ਰੋਗਰਾਮ ਪਰ ਰੱਖਾਂਗੇ ਖੁੱਲਾ ਇਹਨਾਂ ਲਈ ਇੱਕ ਜਹ ਉਹਦਾ ਤੇ ਜ਼ਾਬ ਹੋਇਆ ਵੀ ਜਿਵੇਂ ਉਹਨੂੰ ਵਿਚਾਰੇ ਨੂੰ ਉਹ ਲੱਭਦਾ ਰਹਿੰਦਾ ਕੋਈ ਨਾ ਕੋਈ ਮੁੱਦਾ ਬਾਹਰ ਆਵੇ ਤਾਂ ਮੈਂ ਵੀ ਬਿਆਨ ਦਵਾ ਮਾੜੀ ਮੋਟੀ ਮੇਰੀ ਵੀ ਸਟੈਬਲਿਸ਼ਮੈਂਟ ਜੀ ਹੋ ਜੇ ਮੇਰੀ ਵੀ ਬੁਖਤ ਪਤਾ ਲੱਗ ਜੇ ਲੋਕਾਂ ਨੂੰ ਮੈਂ ਜਹੇਦਾਰ ਹਾਂ ਜਿਹਨੂੰ ਮੰਨਦਾ ਹੀ ਕੋਈ ਨਹੀਂ ਜਿਹਨੂੰ ਜਿਹਨੂੰ ਰੱਦ ਹੀ ਕਰ ਦਿੱਤਾ ਜਿਹੜਾ ਵਿਚਾਰਾ ਪੁਲਿਸ ਵਾਲੇ ਬਾਹਰ ਲਾ ਕੇ ਘਰ ਦੇ ਅੰਦਰ ਬੈਠਾ ਰਿਆ ਉਹ ਬਿਆਨ ਦਿੰਦਾ ਫਿਰਦਾ ਅਦਾਇਤਾ ਦਿੰਦਾ ਫਿਰਦਾ ਲੋਕਾਂ ਨੂੰ ਕੌਣ ਮੰਨਦਾ ਇਹਦੇ ਨੂੰ ਉਹ ਚ ਲਿਖਿਆ ਵੀ ਇਹ ਬਾਜ ਔਣ ਕਥਾਵਾਚਕ ਬਾਜ ਔਣ ਤੂੰ ਬਾਜ ਆ ਤੂੰ ਥੋੜਾ ਜਆ ਬਾਦਲ ਦੇ ਨਿਗਝੋਂ ਬਾਹਰ ਆ ਤੇ ਬਾਜ ਆ ਤੇਰੀ ਕੀ ਅਕਾ ਵਾਜਾ ਉਹ ਨਾ ਤੇ ਬਾਰਾ ਤੇਰੀ ਮੰਨੀ ਕਿੰਨੇ ਅਜ ਤੱਕ ਤੇਰੇ ਬੰਦਿਆ ਤੋਂ ਆਪਦਿਆਂ ਤੋਂ ਸੁਆਏ ਤੇਰੇ ਨਾਂ ਕੇ ਹੁਕਮ ਨਾ ਮੈਨੂੰ ਕੋਈ ਸ਼ਿਕੂ ਤੇ ਟੰਗਦਾ ਏ ਕੌਣ ਏ ਤੂੰ ਬਾਜਾ ਉਹ ਇਹ ਕਥਾਵਾਚਕ ਬਾਜਾਉਣ ਤੂੰ ਬਾਜਾ ਪਹਿਲਾਂ ਤੇ ਸਿੱਖ ਕਾਉਂਸਲ ਯੂਕੇ ਨੇ ਵੀ ਬਿਆਨ ਸੋਹਣਾ ਦਿੱਤਾ ਏ ਜਿਹਨੂੰ ਐਪਰੀਸ਼ੀਏਟ ਕਰਨਾ ਬੰਦਾ ਏ ਤੇ ਬਾਕੀ ਖਾਸ ਕਰਕੇ ਯੋਗਾ ਸਿੰਘ ਹੁਣੀ ਜਾਂ ਬਬਰਾਂ ਦੀ ਟੀਮ ਜਿਹੜੀ ਹੈ ਦੇ ਹੈਵ ਡਨ ਅ ਗ੍ਰੇਟ ਜੌਬ ਟੂ ਮਤਲਬ ਇੱਕ ਤਰ੍ਹਾਂ ਉਹਨੂੰ ਸਰਦਾਰ ਮਰੀਖ ਸਿੰਘ ਹਣਾ ਨੂੰ ਭਾਈ ਮਰੀਖ ਸਿੰਘ ਨੂੰ ਸਦਨਾ ਜ਼ਰੂਰੀ ਬੰਦਾ ਸੀ ਇਹਨਾਂ ਦਾ ਖਤ ਕੀਤੀ ਜੱਸੇ ਵਗੈਰ ਹੋਈ ਉਹਨਾਂ ਨੂੰ ਸੱਦ ਕੇ ਉਹਨਾਂ ਨੇ ਵਧੀਆ ਕੀਤਾ ਸੋ ਬਾਕੀ ਜਿੰਨੇ ਵੀ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਜਦੋਂ ਅਸੀਂ ਡੰਗਰਾਂ ਨੂੰ ਡੀਲ ਕਰਦੇ ਆ ਨਾ ਉਦੋਂ ਸਾਡੇ ਕੋਲ ਬਹੁਤੀ ਹੈ ਦਰਸ਼ਕ ਭਾਸ਼ਾ ਦੀ ਐਸੀ ਭਾਸ਼ਾ ਦੀ ਆਸ ਨਾ ਕਰਿਆ ਕਰੋ ਵੀ ਭਾਈ ਸਾਹਿਬ ਬੱਲੇ 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 ਨਿਮਰਤਾ ਉਹ ਸਾਨੂੰ ਨਹੀਂ ਆਉਂਦੀ ਜਦਾਂ ਅਸੀਂ ਡੰਗਰਾਂ ਨੂੰ ਡੀਲ ਕਰ ਰਹੇ ਆ ਡੰਗਰ ਫਲੂਟ ਨਹੀਂ ਸੰਦਾ ਡੰਗਰ ਗਾੜੀ ਬੰਸਰੀ ਨਹੀਂ ਵੱਜਦੀ ਹਰਮੋਨੀਅਮ ਰਾਗ ਨਹੀਂ ਸੰਦਾ ਤੰਤੀ ਸਾਜ਼ ਨਹੀਂ ਸੰਦਾ ਡੰਗਰ ਡੰਗਰ ਪ੍ਰੈਣੀ ਹੁੰਦਾ ਕੇਵਲ ਜਾਂ ਫਿਰ ਉੱਚੀ ਬੋਲ ਚ ਇੱਕ ਦਾ ਦਵਕਾ ਮਾਰੀਏ ਡੰਗਰ ਤੇ ਚੰਗਾ ਡੰਗਰ ਰੋਕ ਆ ਜਾਂਦਾ ਇਹ ਕਰਕੇ ਬਹੁਤਾ ਦਿਲ ਨਾ ਦਿਖਾਇਓ ਕਿ ਪ੍ਰਭਦੀਪ ਸਿੰਘ ਹੁਣੀ ਸਰਦਾਰ ਜਗਰੂਰ ਸਿੰਘ ਹੁਣੀ ਤੱਤੇ ਕੋ ਵਗੇ ਨੇ ਡੰਗਰਾਂ ਨਾਲ ਡੀਲ ਕਰ ਰਹੇ ਆ ਗੱਲ ਬਸ ਫਰਕ ਇੰਨਾ ਡੰਗਰ ਨੂੰ ਫੜਨ ਵਾਸਤੇ ਡੰਗਰ ਦੀ ਸੁਰਤ ਨਾਲ ਕੰਮ ਕਰਨਾ ਪੈਂਦਾ ਡੰਗਰ ਦੇ ਸਾਹਮਣੇ ਜਾ ਕੇ ਤੁਸੀਂ ਕਿਤੇ ਪੁੱਤਰੇ ਝੋਟੇ ਸਾਹਮਣੇ ਜਾ ਕੇ ਤੁਸੀਂ ਬੰਸਰੀ ਵਜਾਉਣੀ ਜਾਂ ਹਾਰਮੋਨੀਅਮ ਗਲ ਚ ਪਾ ਕੇ ਵਾਜਾ ਮਾਰ ਕੇ ਕਾਲੇ ਕੰਧਾਰ ਤੋਂ ਗਾਹ ਗਾਉਣਾ ਸ਼ੁਰੂ ਕਰਦੇ ਹੋਗੇ ਤਾਂ ਲੱਤ ਮਾਰ ਕੇ ਸੁੱਟੂਗਾ ਤੁਹਾਨੂੰ ਥੱਲੇ ਇਸ ਕਰਕੇ ਡੰਗਰਾਂ ਨਾਲ ਡੀਲ ਕਰਨ ਲੱਗੇ ਆ ਸਾਨੂੰ ਬਾਸ਼ਾ ਦਾ ਆਪਣੀ ਰਫਤਾਰ ਗੁਫਤਾਰ ਸਭ ਚੇਂਜ ਕਰਨੀ ਪੈਂਦੀ ਹੈ ਇਹਨਾਂ ਕਹਿ ਕੇ ਖਿਮਾ ਦਾ ਜਾਚਕਾ ਸੁਣਦੇ ਰਹੋ ਰੇਡੀਓ ਸਿੰਘਨਾਦ ਤੇ ਮੈਨੂੰ ਦਿਓ ਇਜਾਜ਼ਤ ਬੋਲੋ ਜਵਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ